ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਉਦਿਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ ਮੈਂ ਮੂਰਖ ਕੀ ਕਿਰਤਕ ਬਾਤ ਹੈ ਕੂਟ ਪੜਾ ਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੁਣਿਆ ਵੇਖਿਆ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਕਰਮ ਧਰਮ ਪਾਖੰਡ ਜੋ ਦਿਸ ਹੈ ਤਿਨ ਜਮ ਜਾ ਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ ਸੰਤ ਹੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸੋ ਗੁਰ ਪ੍ਰਸਾਦੀ ਤਰੀਐ ਗੁਰ ਪ੍ਰਸਾਦੀ ਤਰੀਐ ਹਰ ਦਿਨ ਸਾਨੂੰ ਬਚਨ ਗੁਰਾਂ ਦੇ ਹਰ ਦਿਨ ਸਾਨੂੰ ਬਚਨ ਗੁਰਾਂ ਦੇ ਸਾਨੂੰ ਬਚਨ ਗੁਰਾਂ ਦੇ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਬੜੇ ਹੀ ਅਦਬ ਸਤਿਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਨਗਰ ਪਿੰਡ ਸੂਚ ਜ਼ਿਲ੍ਹਾ ਗੁਰਦਾਸਪੁਰ ਦੀ ਧਰਤੀ ਤੇ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਾਰੇ ਸਰਵਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰ ਦੀ ਬਖਸ਼ਿਸ਼ ਆਗਿਆ ਦਾ ਪਾਲਣ ਕਰਦੇ ਹੋਏ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਸਤਿਕਾਰ ਨਾਲ ਸਾਵਧਾਨਤਾ ਇਕਾਗਰਤਾ ਨਾਲ ਜੁੜ ਬੈਠ ਕੇ ਪਲਾਥੀਆਂ ਮਾਰ ਕੇ ਚੌਂਕੜੀਆਂ ਮਾਰ ਕੇ ਬੈਠੋ। ਗੁਰੂ ਚਰਨਾਂ ਦਾ ਧਿਆਨ ਗੱਲਾਂ ਬਾਤਾਂ ਤੋਂ ਸੰਕੋਚ ਕਰਦੇ ਹੋਏ ਆਪੋ ਆਪਣੇ ਬੱਚੇ ਬੱਚਿਆਂ ਨੂੰ ਕੰਟਰੋਲ ਕਰਦੇ ਹੋਏ ਝੁਕਾਓ ਸੀਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਰਬੰਸ ਦਾਨੀ ਮਰਦ ਗਮੜੇ ਵਰਿਆਮ ਅਕੇਲੇ ਅੰਮ੍ਰਿਤ ਦੇ ਦਾਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਸ਼ਤਾਬਦੀ ਨੂੰ ਸਮਰਪਿਤ ਤਿੰਨ ਰੋਜ਼ਾ ਗੁਰਮਤ ਚੇਤਨਾ ਸਮਾਗਮ ਧਾਰਮਿਕ ਦੀਵਾਨ ਮਹਾਂਪੁਰਖਾਂ ਦੀ ਯਾਦ ਵਿੱਚ ਜੋ ਆਯੋਜਨ ਕੀਤਾ ਗਿਆ ਸੀ ਅੱਜ ਸਮਾਪਤੀ ਦੇ ਦਿਨ ਦੇ ਆਪਾਂ ਸਾਰੇ ਹੀ ਗੁਰੂ ਚਰਨਾਂ ਵਿੱਚ ਪਹੁੰਚ ਕੇ ਜੁੜ ਬੈਠੇ ਹਾਂ। ਜਿਹੜੀਆਂ ਸੰਗਤਾਂ ਬਾਅਦ ਵਿੱਚ ਆ ਰਹੀਆਂ ਸਤਿਗੁਰਾਂ ਦੇ ਦਰਸ਼ਨ ਕਰਕੇ ਪੰਡਾਲ ਵਿੱਚ ਬੜੇ ਪਿਆਰ ਸਤਿਕਾਰ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ। ਸਤਿਗੁਰਾਂ ਦੀ ਸ਼ਤਾਬਦੀ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਬੇਅੰਤ ਜਥਿਆਂ ਨੇ ਹਾਜ਼ਰੀਆਂ ਭਰੀਆਂ। ਅੰਮ੍ਰਿਤ ਸੰਚਾਰ ਵੀ ਹੋ ਰਿਹਾ। ਥੋੜੇ ਸਮੇਂ ਤੱਕ ਅੰਮ੍ਰਿਤ ਛਕ ਕੇ ਸੰਗਤਾਂ ਨੇ ਵੀ ਪੰਡਾਲ 'ਚ ਪਹੁੰਚ ਜਾਣਾ। ਗੁਰੂ ਕੇ ਸਾਜੇ ਨਵਾਜੇ ਸਿੰਘ ਪੰਜ ਪਿਆਰਿਆਂ 'ਚ ਸ਼ਾਮਲ ਹੋ ਕੇ ਅੰਮ੍ਰਿਤ ਦੀ ਦਾਤ ਬਖਸ਼ ਰਹੇ ਗੁਰਮਰਯਾਦਾ ਅਨੁਸਾਰ ਜੋ 1699 ਦੀ ਵਿਸਾਖੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਖੰਡੇ ਕੀ ਪਹਿਲ ਬਖਸ਼ੀ ਅੰਮ੍ਰਿਤ ਦੀ ਦਾਤ ਸੁਰ ਨਰ ਮੁਨੰਜਾ ਨੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਰਹਿਤ ਮਰਯਾਦਾ ਬਖਸ਼ੀ ਪੰਜ ਕਕਾਰਾਂ ਦੇ ਵਿੱਚ ਤਿਆਰ ਬਰ ਤਿਆਰ ਰਹਿਣਾ ਚਾਰ ਹਾਹੇ ਪੰਜ ਕੱਕੇ ਤੇ ਚਾਰ ਹਾਹੇ ਚਾਰ ਹਾਹਿਆਂ ਤੋਂ ਬਜਰ ਕਰੈਤਾਂ ਤੋਂ ਹੁਕਾ ਹਜਾਮਤ ਹਲਾਲੋ ਹਰਾਮ ਇਹਦੇ ਤੋਂ ਦੂਰ ਰਹਿਣਾ ਜੋ ਰਹਿਤ ਮਰਯਾਦਾ ਬਖਸ਼ੀ ਤੇ ਖਾਲਸਾ ਸਾਜਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਪੰਥ ਵਿੱਚ ਵਾਧਾ ਹੋ ਰਿਹਾ
ਖੁਸ਼ੀ ਦੀ ਗੱਲ ਹੈ ਜਿੱਥੇ ਵੀ ਸਮਾਗਮ ਸਜਦੇ ਹੈ ਹਰ ਜਗ੍ਹਾ ਅੰਮ੍ਰਿਤ ਸੰਚਾਰ ਨਾਲ ਜਿੰਨੇ ਵੀ ਪ੍ਰਾਣੀ 20, 50, 100, 500 ਜਿੰਨਾ ਵੀ ਪ੍ਰਾਣੀ ਹੋਵੇ ਅੰਮ੍ਰਿਤ ਭੁਲਾਖੀ ਸਵੈ ਇੱਛਾ ਅਨੁਸਾਰ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਗੁਰੂ ਪੰਥ ਵਿੱਚ ਸ਼ਾਮਿਲ ਕਰਨਾ ਔਰ ਨਗਰੋ ਗੁਣੇ ਦੀ ਜੂਠ ਲਾ ਕੇ ਸਤਿਗੁਰ ਵਜੋਂ ਗੁਰ ਨੇ ਕੋਈ ਨਗਰੋ ਕਾ ਹੈ ਨਾ ਬੁਰਾ। ਮੁਬਾਰਕ ਹੈ ਪ੍ਰਬੰਧਕਾਂ ਨੂੰ, ਪੁੱਜੀਆਂ ਸੰਗਤਾਂ ਨੂੰ, ਗੁਰੂ ਲੜ ਲੱਗ ਰਿਹਾ ਨੂੰ, ਸਭ ਨੂੰ ਸਤਿਗੁਰ ਦੀ ਰਹਿਮਤ ਹੋ ਰਹੀ ਹੈ ਰੋਜ਼ਾਨਾ ਹੀ। ਕਵੀਸ਼ਰੀ ਜਥਿਆਂ ਵੱਲੋਂ, ਕਵੀਸ਼ਰੀ ਕਵਿਤਾਵਾਂ ਮਹਾਂਪੁਰਸ਼ਾਂ ਵੱਲੋਂ ਗੁਰਸ਼ਬਦ ਧਾਰਨਾ ਕੀਰਤਨ, ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਬੋੜੀ ਸਾਹਿਬ ਵਾਲੇ ਸੰਪਰਦਾਇ ਰਾੜਾ ਸਾਹਿਬ ਉਹਨਾਂ ਨੇ ਹਾਜ਼ਰੀ ਭਰੀ ਹੈ ਗੁਰਮੁਖ ਪਿਆਰਿਓ ਤਿੰਨਾਂ ਦੀਵਾਨਾਂ ਦੇ ਦੌਰਾਨ। ਅੱਜ ਵੀ ਗੁਰਮੁਖ ਪਿਆਰਿਓ ਉੱਥੇ ਹਾਜ਼ਰੀ ਲਵਾਈ ਜੀ ਆਇਆਂ ਨੂੰ। ਸਤਿਕਾਰਯੋਗ ਬਾਬਾ ਜਗੀਰ ਸਿੰਘ ਜੀ ਗੁਰਦੁਆਰਾ ਕਰਮਸਰ ਪਿਪਲੀ ਸਾਹਿਬ ਸੰਪਰਦਾਇ ਸਿੱਧਸਰ ਭੀਖੀ ਰਾੜਾ ਸਾਹਿਬ ਉਹਨਾਂ ਨੇ ਵੀ ਹਾਜ਼ਰੀ ਲਵਾਈ ਇੱਥੇ। ਕਾਨੂੰ ਮਨ ਸ਼ੰਭ ਦੇ ਸ਼ਹੀਦਾਂ ਦੀ ਯਾਦ ਵਿੱਚ ਨਿਸ਼ਾਨੇ ਖਾਲਸਾ ਇੰਟਰਨੈਸ਼ਨਲ ਅਕੈਡਮੀ ਦੇ ਬੱਚਿਆਂ ਨੇ ਵੀ ਕੱਲ ਹਾਜ਼ਰੀ ਲਵਾਈ ਔਰ ਇਸੇ ਤਰ੍ਹਾਂ ਪੰਥ ਪ੍ਰਸਿੱਧ ਕਵੀਸਰ ਭਾਈ ਜੋਗਾ ਸਿੰਘ ਜੀ ਜੋਗੀ ਹੁਣੇ ਸੁਣਿਆ ਜਿਨ੍ਹਾਂ ਨੇ ਗੁਰਮੁਖ ਪਿਆਰਿਓ 250 ਦੇ ਕਰੀਬ ਬੱਚਿਆਂ ਨੂੰ ਕਵੀਸਰੀ ਵਿੱਚ ਨਿਪੁੰਨ ਕੀਤਾ ਔਰ 20 ਦੇ ਕਰੀਬ ਕਿਤਾਬਾਂ ਵੀ ਗੁਰਮੁਖ ਪਿਆਰਿਓ ਸਿੱਖ ਪੰਥ ਦੀ ਝੋਲੀ ਵਿੱਚ ਪਾਈਆਂ। ਪੰਥ ਪ੍ਰਸਿੱਧ ਕਵੀਸ਼ਰ ਔਰ ਜਿਨ੍ਹਾਂ ਨੂੰ ਪੰਥ ਵੱਲੋਂ ਵੱਡਾ ਐਵਾਰਡ ਵੀ ਉਹਨਾਂ ਨੇ ਦੱਸਿਆ ਗੁਰਮੁਖ ਪਿਆਰਿਓ ਉਹਨਾਂ ਨੂੰ ਪ੍ਰਾਪਤ ਹੋਇਆ। ਭਾਈ ਪ੍ਰਤਾਪ ਸਿੰਘ ਜੀ ਹੜ ਹਰਜੋਵਾਲ ਵਾਲਾ ਕਵੀਸ਼ਰੀ ਜਥਾ ਉਹਨਾਂ ਦੇ ਸ਼ਗਿਰਦ ਉਹਨਾਂ ਨੇ ਵੀ ਹਾਜ਼ਰੀ ਭਰੀ ਹੈ ਜੀ ਆਇਆਂ ਨੂੰ। ਬਹੁਤ ਸਾਰੇ ਸਤਿਕਾਰਯੋਗ ਸੱਜਣ ਇਲਾਕੇ ਚੋਂ ਗੁਰਮੁਖ ਪਿਆਰਿਓ ਰੋਜ਼ਾਨਾ ਹੀ ਪੰਚ ਸਰਪੰਚ ਨਗਰ ਪੰਚਾਇਤਾਂ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਸਾਹਿਬਾਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਇੱਥੇ ਗੁਰਮੁਖ ਪਿਆਰਿਓ ਪਹੁੰਚਦੀਆਂ ਰਹੀਆਂ ਸਮਾਗਮ ਵਿੱਚ। ਅੱਜ ਵੀ ਸਾਬਕਾ MLA ਮਾਸਟਰ ਜੌਹਰ ਸਿੰਘ ਜੀ ਔਰ ਮੁੱਖ ਪ੍ਰਬੰਧਕ ਗੁਰਦੁਆਰਾ ਘੱਲੂਘਾਰਾ ਸਾਹਿਬ ਸ਼ਹੀਦਾਂ ਕਾਨੂੰ ਮਨ ਸ਼ੰਭ ਉਹਨਾਂ ਨੇ ਵੀ ਹਾਜ਼ਰੀ ਲਵਾਈ ਔਰ ਅੱਜ ਵੀ ਮੇਰੇ ਸਕੂਲੀ ਜੀਵਨ ਦੇ ਉਸਤਾਦ ਮਾਸਟਰ ਗੁਰਦਿੱਤ ਸਿੰਘ ਜੀ ਜੋ ਸਾਨੂੰ ਖਾਲਸਾ ਸਕੂਲ ਕਾਦੀਆਂ ਦੇ ਵਿੱਚ ਪੂਰਾ ਨਾਮ ਕਲਾਸ ਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਜੋ ਇਤਿਹਾਸ ਹਿਸਟਰੀ ਪੜ੍ਹਾਇਆ ਕਰਦੇ ਸਨ ਉਹ ਮੇਰੇ ਨਾਲ ਹੀ ਗੁਰਮੁਖ ਪਿਆਰਿਓ ਅੱਜ ਦੇ ਸਮਾਗਮ ਵਿੱਚ ਆਏ ਹੈ। ਸਾਰਿਆਂ ਨੂੰ ਜੀ ਆਇਆਂ ਬੜਾ ਪਿਆਰ ਸਤਿਕਾਰ ਮਾਣ ਹੈ। ਭਾਈ ਜੋਗਾ ਸਿੰਘ ਜੋਗੀ ਪਾਸੋਂ ਆਪ ਜੀ ਸਰਵਣ ਕਰ ਰਹੇ ਸੀ ਗੁਰਮੁਖ ਪਿਆਰਿਓ ਔਰ ਉਹਨਾਂ ਨੇ ਦੱਸਿਆ ਭਾਵੇਂ ਸਰੀਰ ਸਾਥ ਨਹੀਂ ਦਿੰਦਾ ਉਹਨਾਂ ਦੱਸਿਆ ਲੱਤ ਦਾ ਫ੍ਰੈਕਚਰ ਹੋਇਆ ਬੈਠੇ ਬੈਠੇ ਉਹਨਾਂ ਨੇ ਹਾਜ਼ਰੀ ਲਵਾਈ ਪਰ ਲੰਬਾ ਸਮਾਂ ਕਈ ਦਹਾਕਿਆਂ ਤੋਂ ਤੁਸੀਂ ਉਹਨਾਂ ਦੀਆਂ ਕਵੀਸ਼ਰੀ ਕਵਿਤਾਵਾਂ ਸੁਣਦੇ ਆ ਰਹੇ ਹੋ। ਪੰਥ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਸਾਰੇ ਸੰਸਾਰ ਦੇ ਵਿੱਚ ਉਹਨਾਂ ਨੂੰ ਪੜ੍ਹਿਆ ਤੇ ਸੁਣਿਆ ਜਾਂਦਾ ਜਦੋਂ ਕਵੀਸ਼ਰੀ ਦੀ ਗੱਲ ਚੱਲਦੀ ਹੈ। ਜਿਸ ਤਰ੍ਹਾਂ ਜਦੋਂ ਢਾਡੀ ਕਲਾ ਦੀ ਗੱਲ ਚੱਲਦੀ ਹੈ ਤੇ ਢਾਡੀ ਜਗਤ ਦੇ ਪਿਤਾਵਾਂ ਪ੍ਰਸਿੱਧ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਉਹਨਾਂ ਦੀਆਂ ਕਵਿਤਾਵਾਂ ਅਸੀਂ ਪੜ੍ਹਦੇ ਤੇ ਸੁਣਦੇ ਹਾਂ। ਇਸੇ ਤਰ੍ਹਾਂ ਕਵੀਸ਼ਰੀ ਕਵਿਤਾਵਾਂ ਭਾਈ ਜੋਗਾ ਸਿੰਘ ਜੋਗੀ ਸਰੀਰ ਭਾਵੇਂ ਸਾਥ ਨਾ ਵੀ ਦੇਵੇ ਭਾਵੇਂ ਕਿਸ ਤਰ੍ਹਾਂ ਦੀ ਹਾਲ ਫਿਰ ਵੀ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣੀ ਕਿਉਂਕਿ ਵਿਦਵਾਨ ਨੂੰ ਅਧਿਕਾਰ ਹੁੰਦਾ। ਜਿਵੇਂ ਭਾਰਤ ਦੇ ਪ੍ਰਸਿੱਧ ਨੀਤੀ ਵੇਤਾ ਚਾਣਕਿਆ ਰਿਖੀ ਨੇ ਜੋ ਰਾਜਨੀਤੀ ਲਿਖੀ ਮਹਾਂਪੁਰਖਾਂ ਨੇ ਪੜ੍ਹਾਈ ਕਿਉਂਕਿ ਏਦਾਂ ਹੀ ਕਿਣਕਾ ਕਿਣਕਾ ਸਭ ਜਗ੍ਹਾ ਤੋਂ ਇਕੱਤਰ ਦਮਦਮੀ ਟਕਸਾਲ ਗੁਰੂ ਦੀ ਵਰਸਾਈ ਹੋਈ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਚੌਂਕ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੇ ਗੁਰਮੁਖ ਪਿਆਰਿਓ ਰਹਿਨੁਮਾਈ ਵਿੱਚ ਰਹਿ ਕੇ ਉੱਥੇ ਗੁਰਮਤ ਦੀ ਵਿਦਿਆ ਪ੍ਰਾਪਤ ਕਰਨ ਦਾ ਸਮਾਂ ਇਸੇ ਤਰ੍ਹਾਂ ਮਹਾਂਪੁਰਖ ਬਾਬਾ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਪ੍ਰਸਿੱਧ ਵਿਦਵਾਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸੰਪੂਰਨ ਟੀਕਾ ਹੁਣ ਗੁਰਮੁਖ ਪਿਆਰਿਓ ਤਿਆਰ ਕੀਤਾ ਔਰ ਪੰਥ ਦੀ ਝੋਲੀ ਵਿੱਚ ਪਾਉਣਾ ਥੋੜੇ ਸਮੇਂ ਤੱਕ ਸੰਪੂਰਨ ਕਰ ਲਿਆ ਉਹਨਾਂ ਨੇ। ਉਹਨਾਂ ਦੇ ਕੋਲੋਂ ਵੀ ਵਿਦਿਆ ਗੁਰਮੁਖ ਪਿਆਰਿਓ ਪ੍ਰਾਪਤ ਕੀਤੀ ਵੇਦਾਂਤ ਦੀ ਵਿਦਿਆ ਇਹ ਸਾਰੇ ਛੋਟੇ ਗ੍ਰੰਥ ਕਹਿ ਦਿੱਤੇ ਜਾਂਦੇ ਕਥਾ ਦੇ ਗ੍ਰੰਥ ਚਾਣਕਿਆ ਰਾਜਨੀਤੀ ਵਿਚਾਰ ਮਾਲਾ ਭਾਵਰ ਸਾਮਰਤ ਅਧਿਆਤਮ ਪ੍ਰਕਾਸ਼ ਵਿਰਾਗ ਸਤਕ ਪ੍ਰਭੋ ਚੰਦਰ ਨਾਟਕ ਵਿਰਾਗ ਸਤਕ ਵੇਦਾਂਤ ਦੇ ਗ੍ਰੰਥ ਬਿਰਤੀ ਪ੍ਰਭਾਕਰ ਮੋਕਸ ਪੰਥ ਗੁਰਮੁਖ ਪਿਆਰਿਓ ਵੇਦਾਂਤ ਦੇ ਗ੍ਰੰਥ ਹੈ। ਸੁਮਾ ਪੁਰਸ਼ਾਂ ਦੇ ਕੋਲੋਂ ਹੀ ਇਸੇ ਤਰ੍ਹਾਂ ਕਥਾ ਕੀਰਤਨ ਜਿਵੇਂ ਸਤਿਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਦੱਸ ਰਹੇ ਸਨ ਕਿ ਧਾਰਨਾ ਕੀਰਤਨ ਵਾਸਤੇ ਉਹਨਾਂ ਦੇ ਸਥਾਨ ਤੇ ਵੀ ਦਾਸ ਛੋਟੇ ਹੁੰਦਿਆਂ ਗੁਰਮੁਖ ਪਿਆਰਿਓ ਮੈਂ ਗਿਆ ਸੀਗਾ
ਸਿੱਖਣ ਵਾਸਤੇ, ਪਰ ਇਹਨਾਂ ਦਾ ਮਿਲਾਪ ਨਹੀਂ ਹੋਇਆ। ਮੇਰੇ ਯਾਦ ਦਾ ਸ਼ਾਇਦ ਇਹਨਾਂ ਨੂੰ ਵਿਸਰ ਗਿਆ ਕਿ ਮੈਂ ਇੱਕ ਰਾਤ ਹੀ ਸ਼ਾਇਦ ਠਹਿਰਿਆ ਸੀ ਉੱਥੇ, ਔਰ ਅਗਲੇ ਦਿਨ ਗੁਰਦੁਆਰਾ ਸਾਹਿਬ ਭਾਈ ਮੰਝ ਜੀ ਦਾ ਹੁਸ਼ਿਆਰਪੁਰ ਦੇ ਵਿੱਚ ਗੁਰਮੁਖ ਪਿਆਰੇ ਜੋ ਹਰਿਆਣਾ ਭੋਂਗਾ ਦੇ ਕੋਲ ਜਿੱਥੇ ਜ਼ਿੰਦਗੀ ਦਾ ਅੰਤਲਾ ਸਮਾਂ ਭਾਈ ਮੰਝ ਜੀ ਨੇ ਬਤੀਤ ਕੀਤਾ, ਉੱਥੇ ਕੁਝ ਸਮਾਂ ਗੁਰਮੁਖ ਪਿਆਰੇ ਸਿੱਖਣ ਸਿਖਾਉਣ ਦਾ, ਕਥਾ ਵਿਚਾਰਾਂ ਦਾ ਸਮਾਂ, ਬੰਦਗੀ ਦਾ ਸਮਾਂ, ਭਗਤੀ ਦਾ ਸਮਾਂ, ਜਿਵੇਂ ਸਤਿਗੁਰ ਨੇ ਕਿਰਪਾ ਕੀਤੀ। ਸੋ ਮਹਾਂਪੁਰਖਾਂ ਵਿਦਵਾਨਾਂ ਦੇ ਚਰਨਾਂ ਚੋਂ ਐਸੇ ਮਹਾਂਪੁਰਖ, ਚਾਹੇ ਉਹ ਗੁਰਮੁਖ ਪਿਆਰੇ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ, ਬਾਬਾ ਹਰੀ ਸਿੰਘ ਜੀ ਗੁਰਮੁਖ ਪਿਆਰੇ, ਇਸੇ ਤਰ੍ਹਾਂ ਨਿਰਮਲੇ ਉਦਾਸੀ ਮਹਾਤਮਾ ਵੀ ਗੁਰਮੁਖ ਪਿਆਰੇ, ਜਿਨ੍ਹਾਂ ਦੀ ਸੰਗਤ ਕਰਨ ਦਾ ਸਮਾਂ, ਗੁਰਮਤ ਦੀ ਵਿਦਿਆ ਵੱਖ ਵੱਖ ਥਾਵਾਂ ਤੋਂ ਜਿਵੇਂ ਇਹਨਾਂ ਨੇ ਦੱਸਿਆ, ਗੁਰਮੁਖ ਪਿਆਰੇ ਇਹਨਾਂ ਦੇ ਕੋਲ ਵੀ ਜਾਣ ਦਾ ਸਮਾਂ ਉੱਥੇ ਮਿਲਿਆ। ਔਰ ਮੈਂ ਬੇਨਤੀ ਕਰ ਰਿਹਾ ਸੀ, ਮਹਾਂਪੁਰਖਾਂ ਨੇ ਜੋ ਪੜ੍ਹਾਇਆ ਸੰਥਿਆ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਭਾਰਤ ਦੇ ਪ੍ਰਸਿੱਧ ਨੀਤੀ ਵੇਤਾ ਚਾਣਕਿਆ ਰਿਖੀ ਉਹ ਲਿਖਦੇ ਆ, ਉਹ ਕਹਿੰਦੇ ਜਦਪ ਰੂਪ ਕਰੂਪ ਹੈ ਵਸਤਰਹੀਨ ਤਨ ਸ਼ਾਰ, ਤਦਪ ਵਿਦਿਆਵਾਨ ਕੋ ਸਭਾ ਮਾਹੇ ਅਧਿਕਾਰ। ਭਾਵੇਂ ਰੂਪ ਕਰੂਪ ਅਸ਼ਟਾਵਕਰ ਮੁਨੀ ਦੀ ਗੁਰਮੁਖ ਪਿਆਰਿਓ ਆਪਾਂ ਦੇਖਦੇ ਹਾਂ, ਸਰੀਰ ਨੂੰ ਅੱਠ ਵਲੇਵੇਂ ਪੈਂਦੇ ਸਨ, ਪਰ ਫਿਰ ਵੀ ਜਿਹੜਾ ਗਿਆਨ ਜਨਕ ਨੂੰ ਅਸ਼ਟਾਵਕਰ ਨੇ ਦੇ ਦਿੱਤਾ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਜਦਪ ਰੂਪ ਕਰੂਪ ਹੈ ਵਸਤਰਹੀਨ ਤਨ ਸ਼ਾਰ, ਤਦਪ ਵਿਦਿਆਵਾਨ ਕੋ ਸਭਾ ਮਾਹੇ ਅਧਿਕਾਰ। ਕਿਉਂਕਿ ਵਿਦਵਾਨ ਦੀ ਕਦਰ ਗੁਰਮੁਖ ਪਿਆਰਿਓ ਵਿਦਿਆ, ਜਿੱਥੇ ਗੁਰਮੁਖ ਪਿਆਰਿਓ ਐਸਾ ਵੀ ਉਹਨਾਂ ਨੇ ਲਿਖਿਆ, ਉਹ ਕਹਿੰਦੇ ਜੈ ਧਨੀ ਪਹੁੰਚੇ ਨੀ ਤੈ ਪਹੁੰਚਾ ਵਿਦਵਾਨ। ਜਿੱਥੇ ਵੱਡੇ ਵੱਡੇ ਅਮੀਰ ਧਨਾੜ ਲੋਕ ਨਹੀਂ ਪਹੁੰਚ ਸਕਦੇ, ਉੱਥੇ ਵਿਦਵਾਨ ਪਹੁੰਚਦੇ, ਵਿਦਵਾਨਾਂ ਦਾ ਅਦਬ ਤੇ ਸਤਿਕਾਰ। ਸੋ ਪ੍ਰਸਿੱਧ ਵਿਦਵਾਨ ਨੇ ਗੁਰਮੁਖ ਪਿਆਰੇ ਸਾਰੇ ਹੀ ਦਸ ਨਾਲੋਂ ਵੱਧ ਨੇ, ਪਰ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਆਪ ਸੰਗਤਾਂ ਨੇ ਹੁਕਮ ਕੀਤਾ, ਤੁਹਾਡੇ ਦਰਮਿਆਨ ਹਾਜ਼ਰੀ ਭਰਨ ਵਾਸਤੇ ਹਾਜ਼ਰ ਹੋਏ ਆ। ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ, ਜਿਵੇਂ ਸਤਿਗੁਰਾਂ ਨੇ ਵਚਨ ਕੀਤੇ ਆਪੋ ਆਪਣੀ ਬੁੱਧ, ਜਿਵੇਂ ਜਿਵੇਂ ਸਤਿਗੁਰ ਬਖਸ਼ਦੇ ਆ, ਕਿਸੇ ਨੂੰ ਥੋੜੀ ਕਿਸੇ ਨੂੰ ਬਹੁਤੀ, ਮੇਰੇ ਨਾਲੋਂ ਸਾਰਿਆਂ ਨੂੰ ਬਹੁਤੀ ਬਖਸ਼ੀ ਹੈ, ਮੈਨੂੰ ਥੋੜੀ ਬਖਸ਼ੀ, ਔਰ ਜਿੰਨੀ ਕੁ ਬਖਸ਼ੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਉਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਗੁਰਮੁਖ ਪਿਆਰੇ ਉਪਾਈ ਦੀ ਜਦੋਂ ਸੰਗਤਾਂ ਹੁਕਮ ਕਰਦੀਆਂ ਜਿੱਥੇ ਵੀ ਦੇਸਾਂ ਪਰਦੇਸਾਂ ਦੇ ਅੰਦਰ, ਸੋ ਆਪ ਸੰਗਤਾਂ ਦਾ ਹੁਕਮ ਸਿਰ ਮੱਥੇ ਮੰਨਦੇ ਆਪਦੇ ਦਰਮਿਆਨ ਪਹੁੰਚੇ, ਸਭ ਦਾ ਸਤਿਕਾਰ ਹੈ ਜੀ ਆਇਆਂ ਨੂੰ, ਤੁਸੀਂ ਸੁਣਿਆ ਸਾਰਿਆਂ ਦੇ ਕੋਲੋਂ, ਆਓ ਜਿੰਨਾ ਸਮਾਂ ਹੋਰ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਮਨੋ ਬਿਰਦੀਆਂ ਇਕਾਗਰ ਚਿਤ ਕਰਕੇ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਦਾ ਲਾਹਾ ਲਈਏ। ਅੱਜ ਸਮਾਪਤੀ ਦਾ ਸਮਾਂ, ਸਮਾਪਤੀ ਦਾ ਦੀਵਾਨ ਹੈ, ਫਿਰ ਪਤਾ ਨਹੀਂ ਕਦੋਂ ਸਮਾਂ ਬਣਨਾ। ਭਾਵੇਂ ਇੱਥੇ ਆਏ ਸਾਲ ਸਮਾਗਮ ਹੁੰਦਾ, ਪਿਛਲੇ 18 ਸਾਲਾਂ ਤੋਂ 18ਵਾਂ ਸਮਾਗਮ ਇਹਨਾਂ ਸੰਗਤਾਂ ਨੇ ਰੱਖਿਆ, ਪਰ ਅਰਦਾਸ ਪਹਿਲੀ ਵਾਰ ਇਸ ਨਗਰ ਦੇ ਅੰਦਰ ਇਹਨਾਂ ਸਮਾਗਮਾਂ ਤੇ ਪਹੁੰਚਿਆ। ਭਾਵੇਂ ਇਲਾਕੇ ਚ ਦੀਵਾਨ ਸਜਦੇ ਰਹਿੰਦੇ, ਗੁਰਦੁਆਰਾ ਰਾਜਾ ਰਾਮ ਸਾਹਿਬ ਹਰਚੋਵਾਲ ਦੀਵਾਨ ਸਜਾਏ ਸਨ, ਔਰ ਇਸੇ ਤਰ੍ਹਾਂ ਗੁਰਦੁਆਰਾ ਘੱਲੂਘਾਰਾ ਸਾਹਿਬ, ਔਰ ਜੱਦੀ ਪਿੰਡ ਹੈ ਸਾਡਾ ਰੋੜਾਂ ਵਾਲੀ ਨਗਰ ਬੱਬੇ ਹਾਲੀ ਦੇ ਕੋਲ, ਉੱਥੇ ਵੀ ਗੁਰਮੁਖ ਪਿਆਰੇ ਸਾਲਾਨਾ ਸਮਾਗਮਾਂ ਦੇ ਸਮੇਂ ਹਾਜ਼ਰੀ। ਸੋ ਅਕਸਰ ਹੀ ਦੀਵਾਨਾਂ ਦੇ ਆਸੇ ਪਾਸੇ ਅਠੀਕਰੀ ਵਾਲ ਨਗਰ ਸਾਲਾਨਾ ਸਮਾਗਮ ਹੁੰਦਾ, ਉੱਥੇ ਵੀ ਹਾਜ਼ਰੀ ਵਿਸ਼ੇਸ਼ ਦੀਵਾਨਾਂ ਦੀ। ਆਉਣ ਵਾਲੇ ਦਿਨਾਂ ਚ ਵੀ ਆ ਮਈ ਦੇ ਮਹੀਨੇ ਵਿੱਚ ਘੱਲੂਘਾਰਾ ਸਾਹਿਬ ਵਿਖੇ ਵੀ ਸਮਾਗਮ ਹੈ, 15 ਤੇ 16 ਰਾਤ ਦਾ ਸਮਾਗਮ, ਔਰ ਇਸੇ ਤਰ੍ਹਾਂ ਦੂਲਾ ਨੰਗਲ ਧਾਰੀਵਾਲ ਦੇ ਕੋਲ ਪੈ ਜਾਂਦਾ, ਇੱਥੋਂ ਬਹੁਤੀ ਦੂਰ ਨਹੀਂ ਹੈ, ਉੱਥੇ ਜੂਨ ਦੇ ਮਹੀਨੇ ਗੁਰਮੁਖ ਪਿਆਰੇ ਸਮਾਗਮ ਹੁੰਦਾ, ਜੂਨ 84 ਦੇ ਸ਼ਹੀਦਾਂ ਦੀ ਯਾਦ ਵਿੱਚ। ਔਰ ਇਸੇ ਤਰ੍ਹਾਂ ਜਿੱਥੇ ਵੀ ਸਮਾਂ ਬਣਦਾ ਉੱਥੇ ਹਾਜ਼ਰੀ ਭਰਨੀ ਗੁਰਮੁਖ ਪਿਆਰਿਓ ਆਪ ਸੰਗਤਾਂ ਦੇ ਦਰਮਿਆਨ, ਔਰ ਇੱਥੇ ਆਪ ਜੀ ਨੇ ਹੁਕਮ ਕੀਤਾ ਗੁਰਮੁਖ ਪਿਆਰਿਓ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀ ਆ। ਘੁਮਾਣ ਨਗਰ ਵੀ ਦੂਰ ਨਹੀਂ, ਸ੍ਰੀ ਹਰਗੋਬਿੰਦਪੁਰ ਤੋਂ ਅੱਗੇ ਭਗਤ ਨਾਮਦੇਵ ਜੀ ਦਾ ਅਸਥਾਨ, ਉੱਥੇ ਵੀ ਸਮਾਗਮਾਂ ਦੀ ਹਾਜ਼ਰੀ। ਸੋ ਅਕਸਰ ਹੀ ਆਸੇ ਪਾਸੇ ਨਗਰਾਂ ਚ ਭੈਣੀ ਮੀਆਂ ਖਾਨ ਤੋਂ ਸੰਗਤ ਵੀ ਆਈ ਬੈਠੀ ਹੈ, ਉੱਥੇ ਵੀ ਹਾਜ਼ਰੀ ਲਵਾਉਣ ਆਏ ਸਾਂ। ਭਾਵੇਂ ਕਿ ਉਸ ਦਿਨ ਬੜਾ ਮੌਸਮ ਤਬਦੀਲ ਹੋ ਗਿਆ, ਹਨੇਰੀ ਬਾਰਿਸ਼, ਪਰ ਜਿੰਨੇ ਕੁ ਦਰਸ਼ਨ ਹੋਏ, ਜਿੰਨਾ ਕੁ ਸਮਾਂ ਸੰਗਤਾਂ ਦੇ ਦਰਸ਼ਨ, ਸੋ ਸਤਿਗੁਰੂ ਰਹਿਮਤ ਕਰਨ। ਇਸੇ ਤਰ੍ਹਾਂ
आप संगतां दे दरमियान जिथे जिथे जिवें जिवें समा बणदा आप जी दे दर्शन दारे देशां परदेशां दे अंदर और मैनू बड़ा माण हुंदा भावे सारी धरती गुरमुख प्यारियो गुरसिख वसदे आ सारे भैण भरा पर ये गुरदासपुर जिला मेरा जद्दी जिला है और इस इलाके च जदों आईदा सारे रिश्तेदार सज्जन मित्र भैण भरा साख संबंधी मिलदे है और इन्हां दीवानां दे विच गुरमुख प्यारियो हाजरी भरी दी है और बचपन गुजरिया इत्थे स्कूल विच पढ़दे आ इस इलाके विच विचरदे आ और बड़ा माण सत्कार है जदों सारे ही प्यार दिंदे हो सारे सत्कार दिंदे हो तुहाडा प्यार सत्कार आशीर्वाद ही है जिस दे सदका जी पंथ ने वड्डियां सेवावां लाईयां ने गुरमुख प्यारियो जिथे पिछले 20 सालां तों देशां परदेशां दुनिया दे 20-25 मुल्कां च जाण दा समां मिलिया उत्थे सरबत खालसा 2015 दे विच जो तख्त श्री दमदमा साहब दी सेवा सरबत खालसा ने सौंपी गुरमुख प्यारियो ये सारियां सेवावां तुहाडे प्यार सत्कार दे सदका सो आओ सतगुरु दे चरणां च अरदास है आप संगतां दे चरणां च अरदास इसे तरह प्यार सत्कार नाल आशीर्वाद बख्शदे होए आप ही ये सेवावां जिहड़ियां लै लैणियां क्योंकि सतगुर दी रहमत ते संगतां दी आशीर्वाद संगतां दी मेहर भरी नगाह निगाह जिस ते पै जावे ओह मनुख नदरी नदर निहाल हो जांदा आओ सारे ध्यान जोड़ो मनोबिरतियां कागरचित करो ते मनोबिरतियां दी कागरता लई सारे मिलके उचारण करो सतनाम श्री वाहे सारी संगत कोई रसना वांझी ना रहे जिथों तक संगतां बैठियां ने आवाज सुनदी है बड़े प्यार नाल सारे माई भाई भैण भरा प्यार दा सबूत दिंदे होए मिलके उचारण करो सतनाम श्री वाहे सतनाम श्री वाहे सतनाम श्री सतनाम श्री वाहे सतनाम श्री वाहे आओ गुरमुख प्यारे गुरु दे बचन गुरु ग्रंथ साहब सच्चे पातशाह दे चरणां च जुड़ बैठे आ गुरु दे बचन सानू तारदे आ गुरु दा बचन असीं हिरदे च वसा लईए ते गुरमुख प्यारे इक बचन भी साडा भला कर दिंदा पार उतारा कर दिंदा जीवन सफल कर दिंदा कुलां दा उद्धार कर दिंदा जेकर इक शब्द इक बचन भी सतगुर दा हिरदे च वसा लईए संतोह सागर पार उतरिए जे को बचन कमावे संतन का सो गुर प्रसादी तरिया गुरु दी कृपा दे नाल ओ बंदे दा भला हो जांदा उतर जांदा जे कोई वचन हृदय च वसा लवे किनका एक जिस जीव बसावे ताकि महिमा गनी न आवे सतगुरु सच्चे पातशाह महाराज वचन कर दे सारे रसना सफली करियो जिन्हां ने एक वचन एक शब्द भी एक किनका भी गुरु दे वचनां दा हृदय च वसा लिया मन लिया वचन जीवन निहाल हो जांदा उन्हां दा गुरमुख प्यारियो कोई रसना बांझी ना रहे एक अखर जना दे मन बसे Oh,
एक जस जीव बसावे ताकि महिमा गनी ना एक वचन एक शब्द भी जिन्हें हृदय च वसा लिया गुरु दा गुरु दी बाणी दा उन्हां दा जीवन निहाल उन्हां दी महिमा कथन च नहीं आ उन्हां दे दर्शन फिर सतगुरु अर्जन देव सच्चे पातशाह आप वचन करदे आ कांखी एक है दर्श तुहारो जिन्हां नूं परमात्मा केवल तेरे दर्शना दी आकांक्षा जिन्हां ने तेरे वचना नूं हिरदे च वसाया ते तेरे दर्शना दी प्यास रखदे आ उन्हां दी संगत मैनूं वी प्राप्त हो जावे ते मेरा भला मेरा पार उतारा हो जावेगा जिथे आखो सतना ये साडे प्रथाए सतगुरां वचन कहे आ कि असीं उन्हां दी संगत कर लईए असीं उन्हां प्यारियां दी गुरमुख रूहां दी संगत करके जिन्हां गुरबाणी नूं हिरदे च वसाया जेड़े गुरु दे राह ते चले आ जिन्हां नूं गुरु दे दर्शन दी प्यास आस प्यासी फिर कह ताई ज्यों चातरक बुंदेरे कहो नानक जीड़ा बलिहारी देहो दर्श प्रभ आओ गुरमुख प्यारे इक शब्द इक वचन जिन्हां हिरदे च वसाया उन्हां दा भला बाकी ते दिखावा सारा उड़ जाना कलयुग दा वरताड़ा सतगुरु कहंदे कर्म धर्म पाखंड जो दिसै तिन जम जा गाती लूटा जिहड़ा दिखावे दा कर्म कांड करदा ना दिखावे दियां तीर्थ यात्रावां दिखावे दा पुन दान ए तां तेरा टैक्सी च कटिया जाणा इहदे मसूल च ही कटिया जाणा जमा ने जगात विच ही लुट लैणा इन्हां ने दिखावे दे कर्म कांड ने दिखावे दे पुन दान ने दिखावे दे नितनेम दिखावे दियां यात्रावां ने तेरा साथ नहीं देना कर्म धर्म पाखंड जो दिसै तिन जम जा गाती लूटै जमाने जगात विच लुट लैणा ते सतगुरां की आखिया निर्वाण कीर्तन गावो करते कह ओ परमात्मा दा जस कर ओदी वडियाई नाल जुड़ निर्वाण कीर्तन गावो करते कह निमख सिमरत जित सूटा एक निमख मात्र सिमरन करन दे नाल भी तेरा भला हो जावेगा जे तो गुरु का कोई वचन हिरदे च वसा लवे गुरु के वचन नूं कमा लवे एक शब्द नूं वी एक वचन नूं वी ते तेरा भला असि गुरु चरणा च क्यों ने गुरु के वचन हिरदे च वसाउण लई इन्हां समागमां दा आयोजन प्रबंध गुरु के वचन कोई पढ़ सुन साडे हिरदे च वस जावे गुरु घर क्यों जाणा गुरुद्वारा साहब केवल मथा टेकण तक सीमित नहीं भावे मथा टेकण दा दर्शन दा भी फल आ गुरु दे द्वारे ते जाण दा भी फल आ पर उत्थे जाके सतगुर दी बाणी नूं पढ़ना ते सुनना गुरु दे शब्दां नूं गुरु दे वचनां नूं फिर हिरदे च वसाउणा कि सतगुर सच्चे पातशाह की वचन बख्शदे आ सतगुर दे वचन क्योंकि वचन सानूं तारदे आ
बाकी ते दिखावे दा कर्म धर्म पाखंड जो दिसै तिन जम जा गाती लूटै निर्वाण कीर्तन गावो करते का निमक सिमरत जित सूट संत हो सागर पार उतरी है। सतगुर सच्चे पातशाह की वचन करदे हे प्यारियो हे संतो देखो सतगुर दे मिठे बोल सानू पापियां नू भी सतगुर ने पापी नहीं आखिया कामियां क्रोधियां नू सतगुर ने नहीं आखिया वह कामियो क्रोधियो वह लोभियो हंकारियो सतगुर दे प्यार दे बोल सतगुर कहिंदे संतो हो गुरबाणी उचारी सतगुरां ने मनुखता दे प्रथाए प्यार दे बोल सुनो भाई साधो सुनो भाई संतो ते सतगुर इत्थे कह रहे संतो हो सागर पार उतरिए आ संसार समुंदर भाव जमण मरण दा चक्कर तेरा मिट जावेगा खत्म हो जावेगा संतो हो सागर पार उतरिए जे को वचन कमावे संतन का जे कोई वचन साधुआं दा संत जना दा सतगुर दा वचन कोई पूरे सतगुर दा वचन कोई कमा लवे क्योंकि पूरे दा ही पार लाओ ना पूरा प्रवे आराध्या पूरा जाका नाओ नानक पूरा पाया पूरे के गुण गाओ अधूरे दा बचन नहीं पार लाऊगा आगो नरक धारिया को सरसे वाले अरगा वो कहे भी ओदा बचन पार ला दू नहीं उते आप गुरमुख प्यारे डुबे फिरदे आ उन्हां ने पार नहीं लाउणा उन्हां नूं ते आप दा खतरा ਜਿਵੇਂ ਬਾਦਸ਼ਾਹ ਨੂੰ ਗੁਰਮੁਖ ਪਿਆਰਿਓ ਸਿੱਖ ਨੇ ਆਖਿਆ ਭੇਟਾ ਰੱਖ ਕੇ ਆਪਣੀ ਸਰਬੰਸ ਜੋ ਸੀ ਆਗਰੇ ਦੀ ਧਰਤੀ ਤੇ ਵੇੜ ਰੱਖ ਕੇ ਬਾਦਸ਼ਾਹ ਦੇ ਅੱਗੇ ਤੇ ਆਗਿਆ ਬਾਦਸ਼ਾਹ ਜੰਮਣ ਮਰਨ ਕੱਟ ਦੇ ਸੱਚੇ ਪਾਤਸ਼ਾਹ ਕਰ ਕਿਰਪਾ ਤੇ ਬਾਦਸ਼ਾਹ ਨੂੰ ਕਹਿਣਾ ਪਿਆ ਸਿੱਖਾ ਤੂੰ ਗਲਤ ਜਗ੍ਹਾ ਆ ਗਿਆ ਜੰਮਣ ਮਰਨ ਦਾ ਤੇ ਮੈਨੂੰ ਫਿਕਰ ਆਪਣਾ ਤੂੰ ਛੇਵੇਂ ਪਾਤਸ਼ਾਹ ਦੇ ਭੁਲੇਖੇ ਮੇਰੇ ਕੈਂਪ ਚ ਆ ਗਿਆ ਸਤਿਗੁਰ ਦਾ ਕੈਂਪ ਅੱਗੇ ਲੱਗਿਆ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਚ ਜਾ ਗੁਰੂ ਨਾਨਕ ਦਾ ਸੇਵਾ ਜੰਮ ਉੱਥੇ ਜੰਮਣ ਮਰਨ ਕੱਟਿਆ ਜਾਂਦਾ ਮੈਨੂੰ ਤੇ ਆਪ ਦੇ ਜੰਮਣ ਮਰਨ ਦਾ ਫਿਕਰ ਆ ਜਿਹੜੇ ਅਧੂਰੇ ਉਹਨਾਂ ਨੂੰ ਤੇ ਆਪਣਾ ਫਿਕਰ ਆ ਉਹਨਾਂ ਨੂੰ ਤੇ ਆਪ ਦਾ ਡਰ ਲੱਗਿਆ ਰਹਿੰਦਾ ਗੁਰਮੁਖ ਪਿਆਰਿਓ ਤੁਸੀਂ ਦੇਖਦੇ ਹੀ ਆ ਜੈਡ ਸਿਕਿਉਰਟੀਆਂ ਦੀ ਗੱਲ ਉਹ ਸਰਸੇ ਵਾਲਾ ਪਖੰਡੀ ਜੈਡ ਸਿਕਿਉਰਟੀ ਵਾਰੇ ਵਾਰੇ ਜਾਈਦਾ ਦੇਸ਼ ਨੂੰ ਚਲਾਉਣ ਵਾਲਿਆਂ ਦੇ ਪਤਾ ਨੀ ਉਹਨੇ ਦੇਸ਼ ਵਾਸਤੇ ਕਿਹੜੀ ਕੁਰਬਾਨੀ ਕੀਤੀ ਆ ਆ ਪਹਿਲੀ ਸਰਕਾਰ ਨੇ ਵੀ ਉਹਦੇ ਆ ਜਿਹੜੇ ਡੇਰੇ ਜੇ ਬਣੇ ਇੱਧਰ ਤੇ ਮਹਾਰਾਜ ਦੀ ਕਿਰਪਾ ਉੱਧਰ ਮਾਲਵੇ ਚ ਤੇ ਡੇਰਿਆਂ ਚ ਹੈ ਕੁਛ ਨੀ ਬਸ ਗੁਰਮੁਖ ਪਿਆਰਿਓ ਕੰਧਾਂ ਇੱਟਾਂ ਲੱਗੀਆਂ ਕੁਝ ਵੀ ਨੀ ਕੰਟੀਨਾਂ ਜੀਆਂ ਖੋਲੀਆਂ ਉੱਥੇ ਭੁਜੀਆ ਬਦਾਨਾ ਵੇਚੀ ਜਾਂਦੇ ਪਰ ਜਿਹੜੇ ਉਧਰ ਨੂੰ ਜਾਂਦੇ ਉਹਦੇ ਡੇਰੇ ਨੂੰ ਖੜ ਜਾਂਦੇ ਉੱਥੇ ਤੇ ਉੱਥੇ ਫੋਰਸਾਂ ਬਿਠਾ ਛੱਡੀਆਂ ਨੇ ਮੈਂ ਕਿਹਾ ਦੱਸੋ ਆ ਕੰਧਾਂ ਦੀ ਰਾਖੀ ਗੁਰਦੁਆਰਿਆਂ ਦੀ ਰਾਖੀ ਜਿੱਥੋਂ ਸਤਿਗੁਰ ਦੀ ਬੇਅਦਬੀ ਹੋ ਰਹੀ ਥਾਂ ਥਾਂ ਤੇ ਗੁਰਬਾਣੀ ਦੀ ਬੇਅਦਬੀ ਹੋਈ ਉੱਥੇ ਤੇ ਫੋਰਸਾਂ ਲਾਈਆਂ ਨੀ ਸਰਕਾਰ ਨੇ ਤੇ ਉਹਦੇ ਡੇਰਿਆਂ ਦੀ ਰਾਖੀ ਮੈਂ ਕਿਹਾ ਦੱਸੋ ਕੰਧਾਂ ਦੀ ਰਾਖੀ ਕਰਦੇ ਆ ਆ ਭੁਜੀਏ ਬਦਾਨੇ ਦੀ ਰਾਖੀ ਕਰਦੇ ਜਿਹੜਾ ਉਹ ਸੌਦਾ ਸਾਧ ਇੱਥੇ ਵੇਚਦਾ ਸਮਾਨ ਵੇਚਦਾ ਲੋਕਾਂ ਨੂੰ ਹੁਣ ਉਹਨੇ ਬੜੇ ਹੋਰ ਵੀ ਪ੍ਰੋਡਕਟ ਬਣਾ ਲਏ MSG ਅਖੇ ਪ੍ਰੋਡਕਟ ਜਿਵੇਂ ਸਵਾਮੀ ਰਾਮਦੇਵ ਆਪਣਾ ਸਮਾਨ ਵੇਚਦਾ ਹੈ ਪਤੰਜਲੀ ਦਾ ਉਹਨੇ ਵੀ ਆਪਣੇ ਪ੍ਰੋਡਕਟ ਬਣਾ ਲਏ ਡੇਰੇ ਦੀਆਂ ਟੌਫੀਆਂ ਬਣਾਤੀਆਂ ਚਾਰ ਬਣਾਤੇ ਲਾਇਵੇਰਾ ਜੂਸ ਵੀ ਆ ਲੋ ਖਰੀਦ ਵਪਾਰ ਮੈਂ ਕਹਿੰਦਾ ਡੇਰਿਆਂ ਦੀ ਰਾਖੀ ਦੇਖੋ ਤਨਖਾਹ ਸਰਕਾਰ ਦੇ ਖਾਤੇ ਚੋਂ ਤੇ ਸਰਕਾਰ ਦਾ ਖਾਤਾ ਭਰਨਾ ਆ ਲੋਕਾਂ ਦੇ ਜਿਹੜੇ ਖੁਦਕਸ਼ੀਆਂ ਕਰ ਰਹੇ ਕਰਜ਼ਿਆਂ ਦੇ ਥੱਲੇ ਦੱਬੇ ਕਿਸਾਨ ਇਹਨਾਂ ਤੇ ਟੈਕਸ ਲੱਗਣਾ ਤੇ ਸਰਕਾਰ ਦਾ ਖਜ਼ਾਨਾ ਭਰਨਾ ਤੇ ਸਰਕਾਰ ਦੇ ਖਜ਼ਾਨੇ ਚੋਂ ਫੋਰਸਾਂ ਨੂੰ ਤਨਖਾਹ ਮਿਲਣੀ ਤੇ ਫੋਰਸਾਂ ਸਰਸੇ ਵਾਲੇ ਦੇ ਡੇਰੇ ਦੀ ਰਾਖੀ ਤੇ ਦੱਸ ਜਾਂ ਸਰਸੇ ਵਾਲੇ ਦੇ ਜੈਡ ਸਿਕਿਉਰਟੀ ਦੱਸੋ ਕਿਹੜੀ ਉਹਨੇ ਕੁਰਬਾਨੀ ਕੀਤੀ ਹੈ ਬਈ ਦੇਸ਼ ਵਾਸਤੇ ਸਮਾਜ ਵਾਸਤੇ ਪਹਿਲਾਂ ਉਸ ਸਰਕਾਰ ਨੇ ਕੰਮ ਗੁਰਮੁਖ ਪਿਆਰਿਓ ਹੁਣ ਆਹ ਜਿਹੜੀ ਸਰਕਾਰ ਬਣੀ ਅੱਜ ਮੈਂ ਪੜ੍ਹ ਰਿਹਾ ਸੀ ਇਹਨਾਂ ਨੇ ਵੀ ਲਾਤੀ ਗੁਰਮੁਖ ਪਿਆਰਿਓ ਦੇ ਡੇਰਿਆਂ ਦੀ ਰਾਖੀ ਇਹ ਸਿੱਖ ਉਹਦੇ ਡੇਰੇ ਨਾ ਢਾ ਦੇਣ ਕਿਉਂਕਿ ਪਹਿਲਾਂ ਇੱਕ ਢਾਤਾ ਸੀ ਮੌੜ ਮੰਡੀ ਜਦੋਂ ਉਹਨੇ ਸਵਾਂਗ ਰਚਿਆ ਸੀ ਅੰਮ੍ਰਿਤ ਛਕਾਉਣ ਦਾ ਤੇ ਸਲਾਬਤਪੁਰਾ ਬਚ ਗਿਆ ਫੋਰਸਾਂ ਲੱਗ ਗਈਆਂ ਸੀ ਬਹੁਤ ਨਹੀਂ ਤੇ ਸੈਂਕੜੇ ਸਿੱਖ ਹਜ਼ਾਰਾਂ ਸਿੱਖ ਉਧਰ ਨੂੰ ਵੀ ਤਖ਼ਤ ਦਮਦਮਾ ਸਾਹਿਬ ਤੋਂ ਵੀ ਹੀਰਾਂ ਘੱਤ ਕੇ ਤੁਰ ਪਏ ਅਗਾਂਹ ਆ ਕੇ ਫੋਰਸਾਂ ਨੇ ਗੁਰਮੁਖ ਪਿਆਰਿਓ ਰੋਕ ਲਿਆ ਨਹੀਂ ਤੇ ਉਦਣ ਉਹਦੀ ਵੀ ਇੱਟ ਨਾ ਇੱਟ ਸਰਹੰਦ ਦੀ ਇੱਟ ਨਾ ਇੱਟ ਵਾਂਗੂ ਖੜਕਾ ਦੇਣੀ ਸੀ ਗੁਰੂ ਪੰਥ ਖਾਲਸੇ ਨੇ ਕਿਉਂਕਿ ਪਖੰਡੀ ਪਖੰਡ ਦਾ ਡੇਰਾ ਪਖੰਡ ਦੀ ਅਡੰਬਰਬਾਜੀ ਤੇ ਖਿਆਲ ਕਰੋ ਆ ਹੁਣ ਤੇ ਸਾਰਾ ਕੁਝ ਸਾਹਮਣੇ ਹੀ ਆਇਆ ਫਿਰਦਾ ਹੁਣ ਕਿਸੇ ਨੂੰ ਭੁਲੇਖਾ ਥੋੜੀ ਹੈ
ਪਹਿਲਾਂ ਉਹਨੇ ਗੁਰਮੁਖ ਪਿਆਰਿਓ ਸੌਦਾ ਸਾਧ ਨੇ ਦਿੱਲੀ ਚ ਉੱਥੇ ਇੱਕ ਪਾਰਟੀ ਦੀ ਹਮਾਇਤ ਕਰਤੀ, ਉਹਨਾਂ ਦਾ ਸੂਤੜਾ ਸਾਫ ਕਰਕੇ ਰੱਖਤਾ ਦਿੱਲੀ ਚ, ਕਿ ਮੇਰਾ 20 ਲੱਖ ਪੈਰੋਕਾਰ ਆ ਤੇ ਉਹ ਪਾਰਟੀ ਨੂੰ ਵੋਟਾਂ ਪਈਆਂ ਸਾਰੀਆਂ 12 ਲੱਖ ਕੁੱਲ ਮਿਲਾ ਕੇ, ਕਹਿੰਦੇ ਦੱਸੋ ਇਹਦਾ 8 ਲੱਖ ਕਿੱਥੇ ਗਿਆ ਤੇ ਪਾਰਟੀ ਦੀਆਂ ਵੋਟਾਂ ਕਿੱਥੇ ਗਈਆਂ। ਪਖੰਡ ਦਿਖਾਵਾ ਲੀਡਰ ਐਵੇਂ ਜਾ ਕੇ ਉੱਥੇ ਨੱਕ ਰਗੜਦੇ। ਫਿਰ ਗੁਰਮੁਖ ਪਿਆਰ ਉਸ ਤੋਂ ਬਾਅਦ ਜਿਹੜੀ ਪਿਛਲੀ ਸਰਕਾਰ ਬਣੀ ਸੀ ਉਦੋਂ ਕੈਪਟਨ ਜਾ ਉੱਥੇ ਬੈਠਾ ਕਿ ਬਾਬਾ ਜੀ ਜਿਤਾਉਣਗੇ ਆਸ਼ੀਰਵਾਦ ਦੇ ਕੇ, ਉਹਦਾ ਕੰਮ ਸਾਫ ਹੋ ਗਿਆ। ਕੈਪਟਨ ਦਵੇ ਬਿਆਨ ਇਹ ਬਾਬੇ ਦੇ ਆਸ਼ੀਰਵਾਦ ਨਾਲ ਸਾਡੀ ਸਰਕਾਰ ਬਣਨੀ ਆ, ਤੇ ਪਿਛਲੀ ਵਾਰੀ ਫਿਰ ਅਕਾਲੀ ਦਲ ਨੇ ਸਰਕਾਰ ਬਣਾ ਲਈ ਤੇ ਉਹਦਾ ਕੰਮ ਸਾਫ। ਤੇ ਫਿਰ ਗੁਰਮੁਖ ਪਿਆਰਿਓ ਹਰਿਆਣੇ ਦੇ ਵਿੱਚ ਉੱਥੇ ਫਿਰ ਉਹਨੇ ਜਿਹਦੀ ਹਮਾਇਤ ਕੀਤੀ ਉਹਦਾ ਆਪਣਾ ਹੀ ਡੇਰੇ ਦਾ ਏਰੀਆ, 9 ਸੀਟਾਂ ਬਣਦੀਆਂ ਸੀ ਸਰਸੇ ਦੀਆਂ, 9 ਚੋਂ 8 ਸਾਫ ਜਿਹਨੂੰ ਬਾਬੇ ਨੇ ਹਮਾਇਤ ਕੀਤੀ, ਪਖੰਡੀ ਬਾਬੇ ਨੇ ਸੌਦਾ ਸਾਧ ਨੇ, ਉਹ ਸਾਫ ਉੱਥੋਂ। ਤੇ ਹੁਣ ਆ ਸਾਡੇ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਅਕਾਲੀ ਦਲ ਵਾਲੇ ਜਾ ਵੜੇ। ਗੁਰਮੁਖ ਪਿਆਰਿਓ ਲੀਡਰ ਆਮ ਦਾ ਤੇ ਵਿਚਾਰਿਆਂ ਦਾ ਕੀ ਕਸੂਰ ਆ, ਜਿਹੜੇ ਆਪਾਂ ਪਿੰਡਾਂ ਚ ਆਪਾਂ ਦੇ ਪੰਥ ਦੇ ਨਾਂ ਤੇ ਗੁਰਮੁਖ ਪਿਆਰਿਓ ਪੰਥ ਨੂੰ ਵੋਟਾਂ ਪਾਉਣੀਆਂ, ਪੰਥ ਦੇ ਨਾਂ ਤੇ ਪਾਰਟੀਆਂ ਨੇ ਕੋਈ ਕਿਸੇ ਨਾ ਕੋਈ ਕਿਸੇ ਨਾਲ ਜੁੜਿਆ, ਪਰ ਜਿਹੜੇ ਵੱਡੇ ਲੀਡਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦੇ ਕੇ ਸੌਦਾ ਸਾਧ ਦੇ ਖੁਰੜਿਆਂ ਚ ਜਾ ਕੇ ਬੈਠੇ, ਅਖੇ ਬਾਬੇ ਦਾ ਆਸ਼ੀਰਵਾਦ ਮਿਲ ਗਿਆ, ਹੁਣ ਸਾਡੀ ਸਰਕਾਰ ਬਣਨੀ ਆ, ਉਹ ਦੇਖ ਲਓ ਸਾਫ਼ ਕਰਕੇ ਰੱਖਤਾ ਉਹਨੇ। ਜਿੱਧਰ ਉਹ ਖੜਦਾ ਇਸ ਲੀਡਰ ਫੇਰ ਨੀ ਸਮਝਦੇ, ਫੇਰ ਜਾ ਖੜਦੇ ਆ ਉੱਥੇ। ਆਓ ਮੈਂ ਬਹੁਤੇ ਵਿਸਥਾਰ ਨਾਲ ਇਸ ਪਾਸੇ ਜਾਵਾਂ। ਗੁਰਮੁਖ ਪਿਆਰੇ ਮੈਂ ਬੇਨਤੀ ਕਰ ਰਿਹਾ, ਅਧੂਰਿਆਂ ਪਖੰਡੀਆਂ ਦੇ ਵਚਨਾਂ ਨੇ ਪਾਰ ਨਹੀਂ ਲਾਉਣਾ, ਉਹਨਾਂ ਨੂੰ ਤੇ ਆਪ ਦਾ ਫਿਕਰ ਆ, ਉਹ ਤੇ ਆਪ ਹਿੱਲੇ ਫਿਰਦੇ ਆ। ਇਹ ਤੇ ਪੂਰੇ ਸਤਿਗੁਰਾਂ ਦੇ ਵਚਨ ਆ, ਉਹ ਗੁਰੂ ਦੀ ਕਿਰਪਾ ਹੋਈ ਆ। ਅੰਮ੍ਰਿਤ ਭਲਾਖੀ ਸੰਗਤਾਂ ਜਿਹੜੇ ਅੰਮ੍ਰਿਤ ਛਕ ਕੇ ਗੁਰੂ ਦੇ ਚਰਨਾਂ 'ਚ ਪਹੁੰਚੇ ਆ, 5 ਪਿਆਰੇ ਸਹਿਬਾਨਾਂ ਦੇ ਨਾਲ ਜੀ ਆਇਆਂ ਨੂੰ ਗੁਰੂ ਕੇ 5 ਪਿਆਰੇ ਸਾਜੇ ਨਵਾਜੇ ਔਰ ਅੰਮ੍ਰਿਤ ਭਲਾਖੀ ਅੰਮ੍ਰਿਤ ਛਕ ਕੇ ਜਿਹੜੇ ਗੁਰੂ ਵਾਲੇ ਬਣੇ ਆ, ਉਹਨਾਂ ਦੀ ਆਮਦ ਤੇ ਗੁਰਮੁਖ ਪਿਆਰੇ ਖੁਸ਼ੀ ਤੇ ਚੜ੍ਹਦੀ ਕਲਾ ਦੇ 5 ਜਕਾਰੇ ਸਾਰੀਆਂ ਸੰਗਤਾਂ ਨੇ ਚੜ੍ਹਦੀ ਕਲਾ ਨਾਲ ਜਵਾਬ ਦੇਣੇ ਆ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਦੀਆਂ ਖੁਸ਼ੀਆਂ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ, ਸਾਰੇ ਮਾਈ ਭਾਈ 5 ਜਕਾਰਿਆਂ 'ਚ ਗੱਜ ਕੇ ਸ਼ਾਮਲ ਹੋਵੋ ਸਾਰੇ। ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ, ਸ੍ਰੀ ਅਕਾਲ ਬੋਲੇ ਸੋਨਿਹਾਲ ਸ੍ਰੀ ਅਕਾਲ। ਆਓ ਸਾਧ ਸੰਗਤ ਜੀ ਬੜੀ ਖੁਸ਼ੀ ਮੁਬਾਰਕਾਂ ਜਿਹੜੇ ਗੁਰੂ ਕੇ ਲੜ ਲੱਗੇ ਆ। ਪ੍ਰਬੰਧਕ ਵੀਰਾਂ ਨੂੰ ਬੇਨਤੀ ਆ, 5 ਪਿਆਰੇ ਸਿੰਘਾਂ ਦਾ ਸਨਮਾਨ ਕਰ ਦਿਓ, ਲੰਬੇ ਸਮੇਂ ਤੋਂ ਸੇਵਾ 'ਚ ਲੱਗੇ, ਉਹਨਾਂ ਨੇ ਵਸਤਰ ਵੀ ਬਦਲੀ ਕਰਨੇ ਹੁੰਦੇ, ਜਲ ਪਾਣੀ ਛਕਣੇ, ਜਾ ਕੇ 5 ਪਿਆਰੇ ਸਿੰਘਾਂ ਦਾ ਸਨਮਾਨ ਪ੍ਰਬੰਧਕ ਜਨ ਕਰ ਦੇਣ। ਔਰ ਆਪਾਂ ਸਾਰੇ ਇਸੇ ਤਰ੍ਹਾਂ ਦੀਵਾਨ ਦੀ ਹਾਜ਼ਰੀ ਜਿਹੜੇ ਅੰਮ੍ਰਿਤ ਛਕ ਕੇ ਆਏ ਉਹ ਵੀ ਪੰਡਾਲ ਵਿੱਚ ਬੈਠੇ ਗੁਰੂ ਦੇ ਚਰਨਾਂ 'ਚ ਬੜੇ ਪਿਆਰ ਸਤਿਕਾਰ ਦੇ ਨਾਲ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਗੁਰੂ ਦੇ ਚਰਨਾਂ ਦੇ ਵਿੱਚ। ਜਿੰਨੇ ਵੀ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਆ, ਲੱਖ ਲੱਖ ਮੁਬਾਰਕ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ ਹੈ। 5 ਪਿਆਰੇ ਸਾਹਿਬਾਨਾਂ ਨੇ ਦੱਸਿਆ 35 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਆ ਸੂਚ ਨਗਰ ਦੇ ਅੰਦਰ, ਇਸ 18ਵੇਂ ਸਮਾਗਮ ਦੇ ਅੰਦਰ ਮੁਬਾਰਕ। ਚੜ੍ਹਦੀ ਕਲਾ ਦਾ ਇੱਕ ਹੋਰ ਜੈਕਾਰਾ, ਸਾਰੀਆਂ ਸੰਗਤਾਂ ਸ਼ਾਮਲ ਹੋਣ। ਬੋਲੇ ਸੋਨਿਹਾਲ। ਆਓ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਪ੍ਰਬੰਧਕ ਸੱਜਣ 5 ਪਿਆਰੇ ਸਿੰਘਾਂ ਦਾ ਸਨਮਾਨ ਕਰ ਰਹੇ ਆ। ਆਪਾਂ ਸਾਰੇ ਜੈਕਾਰਿਆਂ ਦੇ ਵਿੱਚ ਸ਼ਾਮਲ ਹੋਵੋ, ਉਪਰੰਤ ਦੀਵਾਨ ਦੀ ਹਾਜ਼ਰੀ ਉਸੇ ਤਰ੍ਹਾਂ ਪਿਆਰ ਸਤਿਕਾਰ ਦੇ ਨਾਲ ਆਪਾਂ ਸਾਰਿਆਂ ਨੇ ਭਰਨੀ ਹੈ। 5 ਪਿਆਰੇ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਖੜੇ ਹੋ ਕੇ ਪ੍ਰਬੰਧਕਾਂ ਦੇ ਪਾਸੋਂ ਸਰੋਪੋ ਮਰਿਆਦਾ ਗੁਰੂ ਘਰ ਦਾ ਮਾਣ ਸਨਮਾਨ ਜਿਹੜਾ ਉਹ ਪ੍ਰਾਪਤ ਕਰਨ, ਸਾਰੇ ਸਿੰਘ ਜੈਕਾਰੇ 'ਚ ਸ਼ਾਮਲ ਸਾਰੀਆਂ ਸੰਗਤਾਂ ਚੜ੍ਹਦੀ ਕਲਾ ਨਾਲ।
ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ 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 ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜਿਹਨਾਂ ਸਿੰਘਾਂ ਨੇ ਪੰਜ ਪਿਆਰਿਆਂ ਚ ਸ਼ਾਮਿਲ ਹੋ ਕੇ ਅੰਮ੍ਰਿਤ ਦੀ ਦਾਤ ਦਿੱਤੀ ਗੁਰਮਰਜ਼ਾਦਾ ਅਨੁਸਾਰ। ਧੰਨਵਾਦ ਹੈ ਗੁਰਮੁਖ ਪਿਆਰਿਓ। ਆਓ ਸਾਰੀਆਂ ਸੰਗਤਾਂ ਧਿਆਨ ਜੋੜਿਓ, ਗੁਰਮੁਖ ਪਿਆਰਿਓ ਇੱਕ ਵਾਰ ਫਿਰ ਸਾਰੇ ਮਨੋਬਿਰਤੀਆਂ ਦੀ ਇਕਾਗਰਤਾ ਲਈ ਮਿਲ ਕੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਸੰਗਤ ਫਿਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਆਓ ਗੁਰਮੁਖ ਪਿਆਰਿਓ, ਪੂਰੇ ਗੁਰਾਂ ਦਾ ਵਚਨ ਅਧੂਰਿਆਂ ਦਾ ਨਹੀਂ, ਅਧੂਰੇ ਤੇ ਆਪ ਗੁਰਮੁਖ ਪਿਆਰੇ। ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਵਰਤਾਰਾ ਵਰਤ ਰਿਹਾ, ਫਿਰ ਵੀ ਸਾਡੇ ਕਈ ਆਗੂ ਲੋਕ ਸਮਝਦੇ ਨਹੀਂ ਆ। ਉਹ ਜਾ ਜਾ ਗੁਰਮੁਖ ਪਿਆਰੇ ਉਹਨਾਂ ਦੀਆਂ ਹਾਜ਼ਰੀਆਂ ਭਰਦੇ ਆ, ਪਖੰਡੀਆਂ ਤੋਂ ਆਸ਼ੀਰਵਾਦ ਲੈ ਕੇ ਜਿੱਤਣ ਦੇ ਭਰਮ ਪਾਲਦੇ ਆ। ਪਰ ਕਹਿੰਦੇ ਜਿਵੇਂ ਦੁਖੀਏ ਨੂੰ ਕੂੜ ਪਿਆਰਾ ਤੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ। ਲੀਡਰਾਂ ਨੂੰ ਐ ਹੁੰਦਾ ਚੱਲ ਜਿੰਨੀਆਂ ਕੁ ਪੈਣਗੇ, ਇੰਨਾ ਨੀ ਪਤਾ ਵੀ ਇਹ ਜਿਹੜੇ ਗੁਰੂ ਦੇ ਧੱਕੇ ਹੋਏ ਆ ਇਹਨਾਂ ਦੀਆਂ ਲੈਂਦੇ ਤੁਸੀਂ ਤਿਆਰ ਬਰ ਤਿਆਰ ਗੁਰਸਿੱਖਾਂ ਦੀਆਂ ਬੂਟਾਂ ਤੋਂ ਜਾਂਦੇ ਰਹੋਗੇ। ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖ ਪਿਆਰੇ, ਡੇਰਿਆਂ ਦੀ ਰਾਖੀ, ਕੰਧਾਂ ਦੀ ਰਾਖੀ, ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਬੇਅਦਬੀ ਹੋਈ, ਉਸ ਪਾਸੇ ਖਿਆਲ ਨੀ ਕਿਸੇ ਦਾ। ਆ ਪੰਜਾਬ ਦੇ ਲੋਕਾਂ ਨੇ ਗੁਰਮੁਖ ਪਿਆਰਿਓ ਭਰੋਸਾ ਕੀਤਾ ਵਾਅਦਿਆਂ ਤੇ, ਮੌਜੂਦਾ ਜਿਹੜੀ ਸਰਕਾਰ ਬਣੀ ਆ ਤੇ ਇਹਨਾਂ ਨੂੰ ਗੁਰਮੁਖ ਪਿਆਰਿਓ ਵੋਟਾਂ ਪਾ ਕੇ ਜਿਤਾਇਆ। ਪਰ ਆ ਦੇਖ ਲੋ, ਕਹਿੰਦੇ ਸੀ ਬੇਅਦਬੀ ਦਾ ਅਸੀਂ ਕੱਢਾਂਗੇ। ਆ ਪਹਿਲੀਆਂ ਦੇ ਵਿੱਚ ਹੀ ਆ 100 ਤੋਂ ਵੱਧ ਫੈਸਲੇ ਲੈ ਲਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਦਾ ਫੈਸਲਾ ਹੀ ਭੁੱਲ ਗਏ ਵੀ ਇਹਦਾ ਵੀ ਕੁਛ ਕਰਨਾ। ਜਿਹੜੇ ਸਿੰਘ ਸ਼ਹੀਦ ਕੀਤੇ ਗੋਲੀਆਂ ਮਾਰ ਕੇ, ਇੱਧਰ ਵੀ ਕੁਛ ਕਰਨਾ। ਲੋਕਾਂ ਨੂੰ ਵਾਅਦੇ ਕੀਤੇ ਆ ਕਿ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ, ਚਲੋ ਅਜੇ ਸਮਾਂ ਪਿਆ ਇਹ ਕਹਿ ਸਕਦੇ ਵੀ ਅਜੇ ਸਾਡੀ ਸ਼ੁਰੂਆਤ ਆ, ਪਰ ਇਹ ਤੇ ਬੇਅਦਬੀ ਦਾ ਮਸਲਾ ਤੇ ਨੰਬਰ 1 ਤੇ ਰੱਖਣਾ ਚਾਹੀਦਾ ਸੀ, ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ। ਪਰ ਨਹੀਂ ਸਰਕਾਰਾਂ, ਗੁਰਮੁਖ ਪਿਆਰਿਓ ਕਈ ਵਾਰੀ ਆਪਾਂ ਵੋਟਾਂ ਮੰਗਣ ਵੇਲੇ ਸਾਡੇ ਲੀਡਰ ਹੋਰ ਹੁੰਦੇ ਆ, ਜਿੱਤ ਕੇ ਭੁੱਲ ਜਾਂਦੇ, ਮੁੜ ਕੇ ਕਹਿੰਦੇ ਕੋਈ ਨੀ ਦੇਖਾਂਗੇ। ਅੱਜ ਮੇਰੇ ਕੋਲ ਉੱਥੇ ਗੁਰਮੁਖ ਪਿਆਰਿਓ ਘਰ ਵਿੱਚ ਆ ਗਏ, ਕਿਉਂਕਿ ਇੱਧਰ ਇਲਾਕੇ ਦੇ ਆ ਸਾਰੇ, ਕਈ ਪੁਸਤਾਂ ਤੋਂ ਗੁਰਮੁਖ ਪਿਆਰਿਓ ਵੱਸਦੇ ਆ, ਪਰਿਵਾਰਕ ਰਿਲੇਸ਼ਨ, ਪਰਿਵਾਰਕ ਮੇਲ ਵੀ ਹੁੰਦਾ ਤੇ ਬਾਕੀ ਜੋ ਪ੍ਰਚਾਰ ਪ੍ਰਸਾਰ ਸੰਘਰਸ਼ ਲੜਿਆ ਉਹਦਾ ਵੀ ਮਾਣ ਸਤਿਕਾਰ। ਕੈਬਨਿਟ ਮਨਿਸਟਰ ਬਣੇ ਆਪਣੇ ਕਾਦੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੇਰੇ ਨੂੰ ਘਰ ਮਿਲਣ ਵਾਸਤੇ ਆ ਗਏ। ਮੈਂ ਕਿਹਾ ਬੇਅਦਬੀ ਦਾ ਮਸਲਾ ਕਿਉਂ ਭੁੱਲ ਗਏ, ਤੇ ਤੁਸੀਂ ਪਹਿਲੀਆਂ ਚ ਰੱਖਣਾ ਸੀਗਾ, ਇਹ ਕਿਉਂ ਭੁੱਲੇ ਪਹਿਲਾਂ ਕੈਬਨਿਟ ਦੀ ਮੀਟਿੰਗ ਚ ਮਸਲਾ ਰੱਖਦੇ। ਆ ਮੇਰੇ ਕੋਲ ਜਿੰਨੇ ਕੱਲ ਤੋਂ ਮੈਂ ਇੱਥੇ ਘਰ ਠਹਿਰਿਆ ਹੋਇਆ ਸੀ, ਜਿੰਨੇ MLA ਆਏ ਮੇਰੇ ਕੋਲ ਆ ਮੌਜੂਦਾ ਸਰਕਾਰ ਦੇ, ਮੈਂ ਸਾਰਿਆਂ ਨੂੰ ਚੇਤਾ ਕਰਾਇਆ। ਮੈਂ ਕਿਹਾ ਸਭ ਤੋਂ ਪਹਿਲੀ ਆਹ ਗੱਲ ਆ, ਇਹ ਬੇਅਦਬੀ ਦਾ ਮੁੱਦਾ। ਜੇ ਅਸੀਂ ਪਹਿਲਾਂ ਵਾਲੀ ਸਰਕਾਰ ਨੂੰ ਹਿੱਕ ਡਾ ਕੇ ਅਸੀਂ ਆਖਿਆ ਵੀ ਬੇਅਦਬੀ ਦਾ ਇਨਸਾਫ ਦੇ, ਧਰਨੇ ਮੁਜ਼ਾਹਰੇ ਕੀਤੇ, ਮੁਕਦਮੇ ਝੱਲੇ, ਸ਼ਹਾਦਤਾਂ ਵੀ ਹੋਈਆਂ, ਡਾਂਗਾਂ ਵੀ ਝੱਲੀਆਂ, ਇਹ ਨਾ ਸਮਝਿਓ ਕਿ ਕੋਈ ਤੁਹਾਨੂੰ ਨੀ ਕਹਾਂਗੇ, ਤੁਹਾਨੂੰ ਵੀ ਓਨਾ ਹੀ ਕਿ ਉਹ ਇਨਸਾਫ ਦਿਓ। ਜਿਹੜੇ ਬਰਗਾੜੀ ਬੇਅਦਬੀ ਹੋਈ ਆ ਉਹਦਾ ਇਨਸਾਫ ਕਰੋ, ਜਿਹੜੇ ਗੁਰੂ ਸਾਹਿਬ ਦੇ ਸਰੂਪ ਚੋਰੀ ਹੋਏ ਅੱਜ ਤੱਕ ਨੀ ਮਿਲੇ, ਗੁਰੂ ਸਰ ਜਲਾਲ ਤੇ ਬੁਰਜ ਜਵਾਹਰ ਸਿੰਘ ਵਾਲਾ ਤਾਂ ਉਹ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਲੱਭੋ ਕਿੱਥੇ ਆ, ਜਿਹਨਾਂ ਬੇਅਦਬੀ ਥਾਂ ਥਾਂ ਤੇ ਕੀਤੀ। ਪੰਜਾਬ ਵਿੱਚ 100 ਤੋਂ ਵੱਧ ਥਾਵਾਂ ਤੇ ਬੇਅਦਬੀ ਹੋਈ ਆ, ਲੱਭੋ ਉਹਨਾਂ ਨੂੰ ਕਿੰਨਾ ਨੇ ਕੀਤੀ ਆ। ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਭਾਈ ਗੁਰਜੀਤ ਸਿੰਘ ਸਰਾਵਾਂ ਦੀ ਸ਼ਹਾਦਤ ਹੋਈ ਆ ਬਹਿਬਲ ਕਲਾਂ, ਇਨਸਾਫ ਦਿਓ, ਕਿਹਨਾਂ ਨੇ ਗੋਲੀਆਂ ਮਾਰੀਆਂ ਨੇ, ਏਦਾਂ ਨੀ ਤੁਸੀਂ ਬਰੀ ਹੋ ਸਕਦੇ ਜਿਵੇਂ ਪਹਿਲੀ ਸਰਕਾਰ ਨੇ ਅਣਪਸਾਤੀ ਪੁਲਿਸ, ਕਦੇ ਪੁਲਿਸ ਵੀ ਅਣਪਸਾਤੀ ਹੁੰਦੀ ਆ, ਜਿਹਨਾਂ ਨੇ ਬੇਕਸੂਰ ਸਿੱਖਾਂ ਨੂੰ ਸ਼ਾਂਤਮਈ ਰੋਸ ਕਰਦੇ ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੀਆਂ, ਫੜੋ ਉਹਨਾਂ ਨੂੰ। ਤੇ ਮੈਂ ਅੱਜ ਚੇਤਾ ਕਰਾਇਆ, ਮੈਂ ਕਿਹਾ ਜੇ ਪਿਛਲੀ ਸਰਕਾਰ ਨੇ ਪਾਸਾ ਵਟਿਆ ਉਸ ਪਾਸੋਂ ਤੇ ਦੇਖ ਲਓ ਹਾਲ ਕੀ ਹੋਇਆ ਪੰਜਾਬ ਦੇ ਅੰਦਰ, ਕਿਉਂਕਿ ਹਰ ਸਿੱਖ ਜਿਹੜਾ ਪੰਜਾਬ ਵਿੱਚ ਵੱਸਦਾ, ਸਿੱਖ ਵੀ ਤੇ ਗੈਰ ਸਿੱਖ ਵੀ, ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਹੈ ਤੇ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਅਦਬ ਸਤਿਕਾਰ, ਸਭ
ਸਭ ਤੋਂ ਪਹਿਲਾਂ ਤੇ ਮੈਂ ਕਿਹਾ ਦੇਖ ਲੋ ਜੇ ਉਹਨਾਂ ਇਨਸਾਫ਼ ਨਹੀਂ ਦਿੱਤਾ ਉਹਨਾਂ ਨੇ ਆਪਣੇ ਗਲੋਂ ਲਾ ਕੇ ਗੁੰਗਲੂਆਂ ਤੋਂ ਮਿੱਟੀ ਝਾੜਦਿਆਂ ਸੀਬੀਆਈ ਨੂੰ ਜਾਂਚ ਦੇ ਦਿੱਤੀ ਅੱਧੀ ਪਚੱਧੀ ਸਾਰੇ ਕੇਸਾਂ ਦੀ ਨਹੀਂ ਦਿੱਤੀ ਬਸ ਮੇਨ ਬਰਗਾੜੀ ਕਾਂਡ ਜਿੱਥੇ ਪੁਲਿਸ ਨੇ ਗੋਲੀਆਂ ਮਾਰੀਆਂ ਉੱਥੇ ਕੋਈ ਜਾਂਚ ਨਹੀਂ ਜਿਹੜਾ ਕੋਟ ਕਪੂਰੇ ਚ ਲਾਠੀ ਚਾਰਜ ਕੀਤਾ ਉਹਦੀ ਕੋਈ ਜਾਂਚ ਨਹੀਂ ਉਹਦਾ ਕੋਈ ਇਨਸਾਫ ਨਹੀਂ ਪਿਛਲੀ ਸਰਕਾਰ ਨੇ ਦਿੱਤਾ ਤੇ ਅੱਧ ਅਧੂਰਾ ਸਿਰਫ ਸੰਗਤਾਂ ਦੇ ਅੱਖਾਂ ਦੇ ਅਥਰੂ ਪੂੰਝਣ ਵਾਸਤੇ ਸੱਚੇ ਹੋਣ ਲਈ ਕਿ ਅਸੀਂ ਸੀਬੀਆਈ ਨੂੰ ਜਾਂਚ ਦੇ ਦਿੱਤੀ ਸੀਬੀਆਈ ਨੂੰ ਰਾਜ ਸਰਕਾਰਾਂ ਕਦੋਂ ਜਾਂਚ ਦਿੰਦੀਆਂ ਜਦੋਂ ਆਪਣੇ ਗਲੋਂ ਗਲਾਵਾਂ ਲਾਉਣਾ ਹੋਵੇ ਉਦੋਂ ਕਹਿੰਦੇ ਸੀਬੀਆਈ ਦੇ ਗਲ ਪਾ ਦਿਓ ਕਹਿ ਕੇ ਸੁਰਖਰੂ ਹੋਰਾਂਗੇ ਜਦੋਂ ਸਾਨੂੰ ਕੋਈ ਪੁੱਛੂਗਾ ਭਾਈ ਜਾਂਚ ਸੀਬੀਆਈ ਕੋਲ ਆ ਸਾਡੇ ਕੋਲ ਤੇ ਹੈ ਹੀ ਨਹੀਂ ਹੈ ਆਪਣੇ ਗਲੋਂ ਗਲਾਵਾਂ ਲਓ ਅਸੀਂ ਤੇ ਸੀਬੀਆਈ ਦੀ ਜਾਂਚ ਮੰਗੀ ਨਹੀਂ ਸੀ ਅਸੀਂ ਤੇ ਪੰਜਾਬ ਸਰਕਾਰ ਜਾਂਚ ਕਰੇ ਇੰਨੀਆਂ ਏਜੰਸੀਆਂ ਨੇ ਕਹਿੰਦੇ ਸਾਨੂੰ ਕੀੜੀ ਤੁਰਦੀ ਨਜ਼ਰ ਆਉਂਦੀ ਹੈ ਪੰਜਾਬ 'ਚ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਚੋਰੀ ਕਰਨ ਵਾਲੇ ਨਹੀਂ ਨਜ਼ਰ ਆਉਂਦੇ ਇਹਨਾਂ ਨੂੰ ਬਾਣੀ ਬੇਅਦਬੀ ਦੀ ਕਰਨ ਵਾਲੇ ਨਹੀਂ ਨਜ਼ਰ ਆਉਂਦੇ ਇਹਨਾਂ ਨੂੰ ਸਿੰਘਾਂ ਦੇ ਗੋਲੀਆਂ ਮਾਰਨ ਵਾਲੇ ਨਜ਼ਰ ਨਹੀਂ ਆਉਂਦੇ ਤੇ ਮੈਂ ਅੱਜ ਉਹਨਾਂ ਨੂੰ ਚੇਤਾ ਕਰਾਇਆ ਮੋਗੇ ਤੋਂ ਜਿੱਥੇ MLA ਡਾਕਟਰ ਹਰਜੋਤ ਕਮਲ ਉਹ ਆਏ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਉਹ ਵੀ ਮੇਰੇ ਕੋਲ ਔਰ ਪ੍ਰਤਾਪ ਸਿੰਘ ਬਾਜਵਾ ਜੋ ਮੈਂਬਰ ਰਾਜ ਸਭਾ ਤੇ ਉਹਨਾਂ ਦੇ ਭਰਾ ਫਤਿਹ ਜੰਗ ਸਿੰਘ ਬਾਜਵਾ ਕਾਦੀਆਂ ਤੋਂ ਹੁਣ ਹਲਕਾ MLA ਭੋਹੇ ਤੋਂ ਜੋਗਿੰਦਰ ਪਾਲ ਗੁਰਮੁਖ ਪਿਆਰਿਓ ਸਾਰੇ MLA ਮੇਰੇ ਕੋਲ ਘਰ ਆਏ ਔਰ ਮੰਤਰੀ ਮੈਂ ਉਹਨਾਂ ਨੂੰ ਕਿਹਾ ਬੇਅਦਬੀ ਦੀ ਗੱਲ ਜਿਹੜੀ ਆ ਇਹਨੂੰ ਭੁੱਲ ਗਈ ਤੁਹਾਡੀ ਸਰਕਾਰ ਜੋ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਸੀ ਇਹ ਤੁਹਾਡੀ ਸਰਕਾਰ ਨੇ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਕਿ ਬੇਅਦਬੀ ਦੇ ਦੋਸ਼ੀ ਫੜਾਂਗੇ ਪਹਿਲੇ 100 ਫੈਸਲਿਆਂ ਚ ਕਿਉਂ ਭੁੱਲੇ ਆ ਯਾਦ ਕਰੋ ਅਸੀਂ ਤੁਹਾਨੂੰ ਚੇਤਾ ਕਰਾਉਂਦੇ ਰਹਿਣਾ ਅਸੀਂ ਪਹਿਲੀ ਸਰਕਾਰ ਨੂੰ ਵੀ ਚੇਤਾ ਕਰਾਉਂਦੇ ਸੀ ਸ਼ਾਂਤਮਈ ਤਰੀਕੇ ਨਾਲ ਉਹ ਵੀ ਸਾਡੇ ਤੇ ਮੁਕਦਮੇ ਦਰਜ ਕਰਕੇ ਤੇ ਸਾਨੂੰ ਜੇਲ੍ਹਾਂ ਚ ਡੱਕ ਦਿੰਦੇ ਸੀ ਤੇ ਮੈਂ ਕਿਹਾ ਆਹ ਕੰਮ ਭਾਵੇਂ ਤੁਸੀਂ ਕਰੀ ਜਾਇਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਅਸੀਂ ਤੁਹਾਨੂੰ ਕਹਿੰਦੇ ਰਹਿਣਾ ਅਸੀਂ ਤੁਹਾਨੂੰ ਇਹ ਯਾਦ ਕਰਾਉਂਦੇ ਰਹਿਣਾ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਜਿੰਨਾ ਚਿਰ ਨਹੀਂ ਲੱਭਦੇ ਸਾਡੇ ਹਿਰਦੇ ਸ਼ਾਂਤ ਨਹੀਂ ਜਿੰਨਾ ਚਿਰ ਉਹ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਨਹੀਂ ਲੱਭਦੇ ਉਹਨਾਂ ਚਿਰ ਸਾਡੇ ਹਿਰਦੇ ਸ਼ਾਂਤ ਨਹੀਂ ਆ ਤੇ ਜਿਹੜਾ ਬੇਦੋਸ਼ੀਆਂ ਤੇ ਜ਼ੁਲਮ ਹੋਇਆ ਸ਼ਹੀਦ ਹੋਏ ਜ਼ਖਮੀ ਹੋਏ ਤੇ ਝੂਠੇ ਮੁਕਦਮੇ ਦਰਜ ਕਰ ਥਾਂ ਥਾਂ ਜੇਲ੍ਹਾਂ ਚ ਡੱਕੇ ਨਹੀਂ ਰਿਹਾ ਕਰਦੇ ਸਾਡਾ ਜਿਹੜਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਾ ਅਸੀਂ ਤੁਹਾਨੂੰ ਯਾਦ ਕਰਾਉਂਦੇ ਰਹਿਣਾ ਤੁਸੀਂ ਆਪਣਾ ਫਰਜ਼ ਨਿਭਾਓ ਭਰੋਸਾ ਤੇ ਦਿੱਤਾ ਉਹਨਾਂ ਨੇ ਅੱਜ ਮੈਨੂੰ ਕਿ ਅਸੀਂ ਕੈਪਟਨ ਸਾਹਿਬ ਨਾਲ ਗੱਲ ਕਰਾਂਗੇ ਮੁੱਖ ਮੰਤਰੀ ਪੰਜਾਬ ਨਾਲ ਕਿ ਇਹ ਜਿਹੜਾ ਮਸਲਾ ਕਿਉਂ ਵਿਸਰਿਆ ਇਹਨੂੰ ਜਿਹੜਾ ਹੈ ਪਹਿਲ ਦੇ ਆਧਾਰ ਤੇ ਰੱਖਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਜਿਹੜੇ ਆ ਉਹਨਾਂ ਦੋਸ਼ੀਆਂ ਨੂੰ ਬੇਕਸੂਰਾਂ ਨੂੰ ਨਹੀਂ ਦੋਸ਼ੀਆਂ ਨੂੰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ ਪਛਾਣਿਆ ਜਾਵੇ ਤੇ ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਔਰ ਜਿਹਨਾਂ ਨੇ ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਗੁਰਮੁਖ ਪਿਆਰਿਓ ਸਰਕਾਰ ਕਾਂਗਰਸ ਦੀ ਬਣੀ ਇਹਨਾਂ ਨੂੰ ਚੇਤਾ ਕਰਾਉਂਦੇ ਆ ਝਾੜੂ ਵਾਲਿਆਂ ਦੀ ਬਣਦੀ ਅਸੀਂ ਉਹਨਾਂ ਨੂੰ ਚੇਤਾ ਕਰਾਉਣਾ ਸੀ ਉਹਨਾਂ ਦੇ ਵੀ ਬੜੇ MLA ਸਾਡੇ ਕੋਲ ਆਏ ਉਹਨਾਂ ਨੂੰ ਵੀ ਇਹੀ ਤੇ ਅੱਜ ਵੀ ਉਹ ਵਿਰੋਧੀ ਧਿਰ ਵਿੱਚ ਬੈਠੇ ਆ ਤੇ ਉਹਨਾਂ ਨੂੰ ਗੁਰਮੁਖ ਪਿਆਰ ਉਹਨਾਂ ਨੂੰ ਵੀ ਚੇਤਾ ਕਰਾਉਂਦੇ ਆ ਕਿ ਵਿਧਾਨ ਸਭਾ ਦੇ ਵਿੱਚ ਆਵਾਜ਼ ਉਠਾਓ ਕਿ ਆਖਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਹੈ ਕੌਣ ਜਿਨ੍ਹਾਂ ਨੇ ਥੋੜੇ ਸਮੇਂ ਦੇ ਅੰਦਰ ਇੰਨੀ ਵੱਡੀ ਪੱਧਰ ਦੇ ਉੱਤੇ ਪੰਜਾਬ 'ਚ ਵੱਖ ਵੱਖ ਥਾਵਾਂ ਤੇ ਬਾਣੀ ਦੀ ਬੇਅਦਬੀ ਕੀਤੀ ਇਹਦੇ ਪਿੱਛੇ ਸਾਜ਼ਿਸ਼ ਕੀ ਆ ਕੌਣ ਲੋਕ ਨੇ ਉਹਨਾਂ ਨੂੰ ਨੰਗਾ ਕੀਤਾ ਜਾਵੇ ਕਿਉਂ ਬਾਣੀ ਦੀ ਬੇਅਦਬੀ ਜਿਹੜੀ ਬਾਣੀ ਸਭ ਨੂੰ ਸਾਂਝਾ ਉਪਦੇਸ਼ ਦਿੰਦੀ ਆ ਸਾਂਝੀਵਾਲਤਾ ਦਾ ਸਰਬੱਤ ਦਾ ਭਲਾ ਮੰਗਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਹਿੰਦੂ ਕੋਈ ਮੁਸਲਮਾਨ ਸਿੱਖ ਈਸਾਈ ਕੋਈ ਬੋਧੀ ਜੈਨੀ ਆਵੇ ਸਤਿਗੁਰ ਸੱਚੇ ਪਾਤਸ਼ਾਹ ਦੀ ਸ਼ਰਨ ਤੇ ਸਤਿਗੁਰ ਦੀ ਬਾਣੀ ਪੜ੍ਹੇ ਹਿਰਦਾ ਸ਼ਾਂਤ ਹੁੰਦਾ ਸਤਿਗੁਰ ਦੀ ਬਾਣੀ ਮੰਨੇ ਹਿਰਦਾ ਸ਼ਾਂਤ ਹੁੰਦਾ ਸਤਿਗੁਰ ਨੂੰ ਸ਼ਰਧਾ ਨਾਲ ਸੀਸ ਝੁਕਾਵੇ ਹਿਰਦਾ ਸ਼ਾਂਤ ਹੁੰਦਾ ਉਹ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਦੇ ਪੱਧਰੇ ਥਾਂ ਥਾਂ ਕਿਉਂ ਖਿਲਾਰੇ ਗਏ ਆ ਕਿਉਂ ਅਗਨ ਭੇਟ ਕੀਤਾ ਗਿਆ ਆਰਾਮ ਦਿਵਾਲੀ ਤੁਹਾਡੇ ਤੋਂ ਦੂਰ ਨਹੀਂ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕੀਤੇ ਗਏ ਮੈਂ ਅਗਲੇ ਦਿਨ ਉੱਥੇ ਪਹੁੰਚ ਗਿਆ ਭਾਈ ਸ਼ਰਨਵੀਰ ਸਿੰਘ ਬੈਠੇ ਆ ਅਕਾਲਗੜ੍ਹ ਭੰਨਾ ਤੋਂ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਤੇ ਅਸੀਂ ਉੱਥੇ ਗੁਰਮੁਖ ਪਿਆਰਿਓ ਪਹੁੰਚੇ ਸਾਰੀ ਘਟਨਾ ਦਾ ਪਤਾ ਲਿਆ ਤੇ ਜਿਹੜੇ ਦੋਸ਼ੀ ਮੌਕੇ ਤੇ ਫੜ ਲਏ ਗਏ ਗੁਰਮੁਖ ਪਿਆਰੇ ਨਗਰ ਦੇ ਲੋਕਾਂ ਵੱਲੋਂ ਫੜ ਕੇ ਪਹਿਲਾਂ ਤੇ ਆਪ ਛਿੱਤਰ ਪਰੇਡ ਕੀਤੀ ਫਿਰ ਪੁਲਿਸ ਦੇ ਹਵਾਲੇ ਕਰ ਦਿੱਤੇ ਪੁਲਿਸ ਆ ਗਈ ਉਹਨਾਂ ਦੇ ਹਵਾਲੇ ਕੀਤੇ ਸੱਚ ਆਉਣਾ ਚਾਹੀਦਾ ਸੀ ਸਾਹਮਣੇ
पर देखो पंजाब दी सरकार जिहड़ी चले गई ते उन्हां दा प्रशासन एक घंटे बाद प्रेस कॉन्फ्रेंस कर दित्ती की आखिया बस गोंगलुआं तो मिट्टी झाड़न लोकां दी अखां ठंडियां कर लई अखे चोरी करन आए सी बंदे इन्हां ने तां करके घटना जिहड़ी आ हो गई है ते चोर चोरी करन आए सन ते मैं उत्थे कहा मैं जाके देख के आया भी जे चोर चोरी करन आए उन्हां ने गोलक तोड़ ली गोलक लुट के लै जांदे उन्हां ने गुरु ग्रंथ साहिब दी बाणी दे गुटके अलमारी दे विचों कढे ते सतगुर दे सचखंड साहब वाले पलंगे दे उत्ते रख के जिथे सतगुर दे सरूप विराजमान सन ਉਹਨਾਂ ਨੇ ਕੱਲੇ ਉਹ ਸਰੂਪ ਹੀ ਨਹੀਂ ਅਲਮਾਰੀ ਚੋਂ ਗੁਟਕੇ ਕੱਢ ਕੇ ਗੁਟਕਾ ਸਾਹਿਬ ਤੇ ਉਸ ਪਲੰਗੇ ਤੇ ਰੱਖ ਕੇ ਤੇ ਉਹਨਾਂ ਨੇ ਸਤਿਗੁਰ ਦੇ ਸਰੂਪ ਅਗਣ ਭੇਟ ਕੀਤੇ ਜੇ ਉਹ ਚੋਰੀ ਕਰਨ ਆਏ ਤੇ ਉਹਨਾਂ ਨੇ ਮਹਾਰਾਜ ਦੇ ਸਰੂਪਾਂ ਨੂੰ ਅੱਗ ਕਿਉਂ ਲਾਈ ਬਈ ਮਹਾਰਾਜ ਦੇ ਸਰੂਪ ਕਿਉਂ ਸਾੜੇ ਉਹਨਾਂ ਗੋਲਕ ਭੰਨ ਲਈ ਗੋਲਕ ਲੈ ਜਾਂਦੇ ਜੇ ਉਹ ਚੋਰ ਸੀ ਪਰ ਸਰਕਾਰ ਨੇ ਗੁਰਮੁਖ ਪਿਆਰੇ ਸਾਡੀਆਂ ਅੱਖਾਂ ਚ ਘਟਾ ਪਾਉਣ ਵਾਸਤੇ ਮਾਮਲਾ ਰਫਾ ਦਫਾ ਕਰਨ ਵਾਸਤੇ ਤੇ ਉਹਨਾਂ ਨੇ ਇੱਕ ਘੰਟੇ ਬਾਅਦ ਹੀ ਪੁਲਿਸ SSP ਦਿਹਾਤੀ ਉਹਦੇ ਤੋਂ ਅੰਮ੍ਰਿਤਸਰ ਸਾਹਿਬ ਦਿਹਾਤੀ SSP ਦੇ ਕੋਲੋਂ ਪ੍ਰੈਸ ਕਾਨਫਰੰਸ ਕਰਾਤੀ ਵੀ ਇਹ ਤਾਂ ਜੀ ਅਖੇ ਚੋਰ ਚੋਰੀ ਕਰਨ ਆਏ ਸੀ ਘਟਨਾ ਵਾਪਰੀ ਜਦੋਂ ਕਿ ਅਸੀਂ ਜਾ ਕੇ ਖੁਦ ਦੇਖਿਆ ਕਿ ਉੱਥੇ ਕੋਈ ਚੋਰੀ ਦੀ ਗੱਲ ਨਹੀਂ ਸੀ ਕੱਲੀ ਗੋਲਕ ਦਾ ਚੋਰੀ ਕੀਤੀ ਸਤਿਗੁਰ ਦੇ ਸਰੂਪ ਤੇ ਗੁਟਕਾ ਸਾਹਿਬ ਅਗਣ ਭੇਟ ਕੀਤੇ ਪਰ ਜੇ ਸਰਕਾਰ ਨੇ ਨਹੀਂ ਤਵੱਜੋ ਦਿੱਤੀ ਇਸ ਪਾਸੇ ਜੇ ਗੁਰਮੁਖ ਪਿਆਰਿਓ ਵਿਆਨਾਂ ਦੇ ਵਿੱਚ ਆਸਟਰੀਆ ਚ ਕਾਂਡ ਵਾਪਰਿਆ ਰਾਮਾਨੰਦ ਚੜ੍ਹਾਈ ਕਰ ਗਿਆ ਨਿਰੰਜਨ ਦਾਸ ਉੱਥੇ ਗੁਰਮੁਖ ਪਿਆਰਿਓ ਜ਼ਖਮੀ ਹੋਇਆ ਤੇ ਉਹਦੇ ਵਾਸਤੇ ਸਪੈਸ਼ਲ ਹੈਲੀ ਆਪਣਾ ਜਹਾਜ਼ ਕਰਕੇ ਇੱਥੋਂ ਚਾਰਟਰਡ ਪਲੇਨ ਕਰਕੇ ਉੱਥੇ ਗਏ ਤੇ ਉਹਨਾਂ ਨੂੰ ਲੈ ਕੇ ਆਏ 90 ਲੱਖ ਦਾ ਜਹਾਜ਼ ਦਾ ਕਿਰਾਇਆ ਦਿੱਤਾ ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਜੋੜਿਆਂ ਚ ਰੁਲਦੇ ਰਹੇ ਉਹ ਸਰਕਾਰ ਨੇ ਚੱਕੇ ਨਹੀਂ ਜਿਹੜੇ ਇੱਥੋਂ ਗਏ ਪੰਜਾਬ ਦੀ ਅਕਾਲੀ ਸਰਕਾਰ ਦੇ ਮੰਤਰੀ ਸੰਤਰੀ ਜਿਹੜੇ ਨੁਮਾਇੰਦੇ ਭੇਜੇ ਉਹਨਾਂ ਨੂੰ ਜਹਾਜ਼ ਤੇ ਇੱਕ ਜਿਉਂਦਾ ਜ਼ਖਮੀ ਤੇ ਇੱਕ ਮ੍ਰਿਤਕ ਦੇ ਉਹਨਾਂ ਸਰੀਰਾਂ ਨੂੰ ਇੱਥੇ ਲੈ ਆਏ ਜੇ ਉਹਨਾਂ ਵਾਸਤੇ ਗੁਰਮੁਖ ਪਿਆਰਿਓ ਏਡਾ ਪ੍ਰਬੰਧ ਸਰਕਾਰ ਕਰ ਸਕਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਲਈ ਪ੍ਰਬੰਧ ਕਿਉਂ ਨਹੀਂ ਜੇ ਅੱਜ ਸੌਦਾ ਸਾਧ ਦੇ ਡੇਰਿਆਂ ਭੁਜੀਏ ਬਦਾਨੇ ਦੀ ਰਾਖੀ ਪੁਲਿਸ ਫੋਰਸਾਂ ਨੂੰ ਬਿਠਾ ਸਕਦੇ ਆ ਤੇ ਗੁਰਦੁਆਰਿਆਂ ਦੀ ਰਾਖੀ ਵਾਸਤੇ ਪ੍ਰਬੰਧ ਕਿਉਂ ਨਹੀਂ CCTV ਕੈਮਰੇ ਜਾਂ ਖੁਫੀਆ ਗੁਰਮੁਖ ਪਿਆਰਿਓ ਕਿਉਂ ਨਹੀਂ ਲਾਏ ਜਾਂਦੇ ਏਜੰਸੀਆਂ ਦੇ ਬੰਦੇ ਵੀ ਦੇਖੋ ਕੌਣ ਲੋਕ ਆ ਜਿਹੜੇ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਦੇ ਉਹਨਾਂ ਨੂੰ ਫੜੋ ਜੇ ਪਿਛਲੀ ਸਰਕਾਰ ਨੇ ਨਹੀਂ ਕੀਤਾ ਉਹਨਾਂ ਨੂੰ ਆਪਣੇ ਕੀਤੇ ਦਾ ਫਲ ਭੁਗਤਣਾ ਪਿਆ ਤੇ ਜੇ ਤੁਸੀਂ ਨਹੀਂ ਕਰੋਗੇ ਭਾਈ ਦੁਨੀਆਂ ਤੋਂ ਬਚ ਸਕਦੇ ਹੋ ਪਰ ਗੁਰੂ ਤੋਂ ਨਹੀਂ ਬਚ ਸਕਦੇ ਕਿਉਂਕਿ ਉਹਦੇ ਸਾਧ ਸੁਣਦਾ ਸਾਧ ਵੇਖਦਾ ਜਿਹੜਾ ਬੰਦਾ ਗੁਨਾਹ ਕਰਦਾ ਦੁਨੀਆਂ ਤੋਂ ਬਚ ਸਕਦਾ ਪਰ ਗੁਰੂ ਤੋਂ ਨਹੀਂ ਇਨਸਾਫ਼ ਦੇਰ ਸਵੇਰ ਹੋ ਸਕਦੀ ਆ ਜਿਵੇਂ ਕਹਿ ਦਿੰਦੇ ਉਹਦੇ ਘਰ ਵਿੱਚ ਦੇਰ ਆ ਹਨੇਰ ਨਹੀਂ ਆ ਪਰ ਮੈਂ ਨਾਲ ਹੀ ਇਹ ਕਹਿਣਾ ਚਾਹੁੰਦਾ ਗੁਰਮੁਖੋ ਵਾਹਿਗੁਰੂ ਦੀ ਚੱਕੀ ਜਿਹੜੀ ਚੱਲਦੀ ਬੜੀ ਹੌਲੀ ਆ ਪਰ ਪੀਸ ਦੀ ਬੜਾ ਬਰੀਕ ਆ ਦਾਣਾ ਰਹਿਣ ਨਹੀਂ ਦਿੰਦੀ ਪਾਸੇ ਕੋਈ ਗੁਰਮੁਖ ਪਿਆਰੇ ਚੱਲਦੀ ਚੱਕੀ ਹੌਲੀ ਆ ਪਰ ਪੀਸ ਦੀ ਬੜਾ ਬਰੀਕ ਆ ਇਹ ਜਿਨ੍ਹਾਂ ਨੇ ਗੁਨਾਹ ਕੀਤੇ ਬਾਣੀ ਦੀ ਬੇਅਦਬੀ ਬਖਸ਼ੇ ਨਹੀਂ ਜਾਣਗੇ ਤੇ ਜਿਹੜਾ ਸਿੰਘਾਂ ਦੇ ਹੱਥ ਚੜਿਆ ਜੇ ਸਰਕਾਰਾਂ ਨੇ ਨਹੀਂ ਕੀਤਾ ਸਿੰਘਾਂ ਨੂੰ ਪਤਾ ਲੱਗਿਆ ਬਖਸ਼ਿਆ ਸਿੰਘਾਂ ਨੇ ਕਿਉਂਕਿ ਖਾਲਸਾ ਹੀ ਸਿਧਾਂਤਾਂ ਅਨੁਸਾਰ ਉਹਨਾਂ ਨੂੰ ਸਜ਼ਾ ਦਿੱਤੀ ਆ ਜਿਨ੍ਹਾਂ ਨੇ ਬਾਣੀ ਦੀ ਬੇਅਦਬੀ ਕੀਤੀ ਗੁਰਮੁਖ ਪਿਆਰਿਓ ਮਤਾਂ ਕੋਈ ਭੁਲੇਖਾ ਰੱਖੇ ਜੇ ਉਹ ਪੀਲੀਆਂ ਬੰਗਾ ਰਾਜਸਥਾਨ ਚ ਪਖੰਡੀ ਅਸਾਧ ਸੂਰਜਮੁਣੀ ਨੇ ਬੇਅਦਬੀ ਕੀਤੀ ਸਿੰਘਾਂ ਨੇ ਸੋਧਾ ਲਾਇਆ ਜਿਵੇਂ ਉਹਨੇ ਪੱਧਰਾ ਪੱਧਰਾ ਕਰਕੇ ਗੁਰਬਾਣੀ ਦਾ ਰੋੜਿਆ ਸੀ ਪਾਣੀ ਵਿੱਚ ਉਸੇ ਤਰ੍ਹਾਂ ਉਹਦਾ ਡਕਰਾ ਡਕਰਾ ਕੀਤਾ ਰਾਜਸਥਾਨ ਚ ਹੋਰ ਕਿੰਨੇ ਥਾਂ ਮੱਸਾ ਰੰਗੜ ਜੇ ਬੇਅਦਬੀ ਕਰਦਾ ਸੀ ਮੱਸੇ ਰੰਗੜ ਦਾ ਪੰਥ ਖਾਲਸੇ ਨੇ ਕੀ ਹਾਲ ਕੀਤਾ ਤੁਹਾਡੇ ਸਾਹਮਣੇ ਸਰਕਾਰਾਂ ਜੇ ਛੱਡਣਗੀਆਂ ਤੇ ਗੁਰਮੁਖ ਪਿਆਰਿਓ ਪੰਥ ਖਾਲਸੇ ਦੇ ਹੱਥ ਚੜ੍ਹਿਓ ਬਖਸ਼ੇ ਨਹੀਂ ਜਾਣਗੇ ਨਾ ਹੀ ਪੰਥ ਖਾਲਸੇ ਨੇ ਕਦੇ ਬਖਸ਼ਿਆ ਵਾਧਾ ਕਿਸੇ ਤੇ ਕਰਨਾ ਨਹੀਂ ਤੇ ਵਾਧਾ ਕਿਸੇ ਦਾ ਜਰਨਾ ਨਹੀਂ ਜਿਹੜੇ ਗੁਨਾਹਗਾਰ ਆ ਉਹਨਾਂ ਨੂੰ ਸਜਾਵਾਂ ਪਰ ਜੇ ਕਾਨੂੰਨੀ ਸਜਾਵਾਂ ਦੇਵੇ ਜਿਨ੍ਹਾਂ ਦਾ ਫਰਜ਼ ਬਣਦਾ ਤੇ ਜਿਨ੍ਹਾਂ ਨੇ ਵਾਅਦੇ ਕੀਤੇ ਗੁਰਮੁਖ ਪਿਆਰਿਓ ਅੱਜ ਫਰਜ਼ ਉਹਨਾਂ ਦਾ ਬਾਣੀ ਦੀ ਬੇਅਦਬੀ ਨੂੰ ਰੋਕਿਆ ਜਾਵੇ ਮੈਂ ਬੇਨਤੀ ਕਰਾਂ ਅੱਜ ਹਰੇਕ ਸਿੱਖ ਦਾ ਫਰਜ਼ ਬਣਦਾ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਆ ਕਿ ਜਿਹੜੇ ਉਹਨਾਂ ਪਾਰਟੀਆਂ ਨਾਲ ਜੁੜੇ ਹੋਏ ਆ ਜਿਨ੍ਹਾਂ ਦੀ ਸਰਕਾਰ ਗਈ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਆਪਣੇ ਮੰਤਰੀਆਂ ਸੰਤਰੀਆਂ ਲੀਡਰਾਂ ਨੂੰ ਕਹੋ ਤੇ ਜਿਹੜੀ ਹੁਣ ਸਰਕਾਰ ਆਈ ਅਸੀਂ ਉਹਨਾਂ ਲੋਕਾਂ ਨੂੰ ਕਹਿੰਦੇ ਆਪਣੇ ਕੰਮ ਕਾਰ ਭਾਵੇਂ ਪਛਾਣ ਰੱਖ ਲਿਓ
ਪਰ ਬਾਣੀ ਦੀ ਬੇਅਦਬੀ ਦੀ ਗੱਲ ਉਹਨਾਂ ਮੰਤਰੀਆਂ ਸੰਤਰੀਆਂ ਐਮਐਲਏ ਜਿਹੜੇ ਬਣੇ ਆ ਜਿਹੜਾ ਵੀ ਮਿਲਦਾ ਉਹਨੂੰ ਕਹੋ ਭਾਈ ਬਾਣੀ ਦੀ ਬੇਅਦਬੀ ਦਾ ਕੀ ਕੀਤਾ ਜੇ ਦੋਸ਼ੀ ਫੜੇ ਆ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਫੜੇ ਆ ਜੇ ਨਹੀਂ ਤੇ ਕਿਉਂ ਉਹਨਾਂ ਨੂੰ ਚੇਤਾ ਕਰਾਉਂਦੇ ਰਹੋ ਤਾਂ ਕਿ ਉਹਨਾਂ ਨੂੰ ਵੀ ਯਾਦ ਰਹੇ ਭੁੱਲ ਨਾ ਜਾਣ ਕਈਆਂ ਨੂੰ ਤੇ ਖੁਦ ਯਾਦ ਆ ਕਿਉਂਕਿ ਉਹ ਵੀ ਗੁਰੂ ਕੇ ਸਿੱਖ ਆ ਪਰ ਗੁਰਮੁਖ ਪਿਆਰੇ ਯਾਦ ਕਰਾਉਣਾ ਵੀ ਸਾਡਾ ਫਰਜ਼ ਆ ਚਾਹੇ ਗੈਰ ਸਿੱਖ ਵੀ ਆ ਉਹਨੂੰ ਵੀ ਉਹਨਾਂ ਦਰਦ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਿਜਦਾ ਕਰਦਾ ਪਰ ਸਾਡਾ ਵੀ ਫਰਜ਼ ਬਣਦਾ ਇਹਨਾਂ ਨੂੰ ਬੜੇ ਕੰਮ ਕਾਰ ਹੁੰਦੇ ਆ ਭੁੱਲ ਜਾਂਦੇ ਗੁਰਮੁਖ ਪਿਆਰਿਓ ਕਈ ਵਾਰੀ ਸੱਤਾ ਦਾ ਨਸ਼ਾ ਤਾਕਤ ਦਾ ਨਸ਼ਾ ਵੀ ਭੁਲਾ ਦਿੰਦਾ ਪਰ ਅਸੀਂ ਉਹਨਾਂ ਨੂੰ ਚੇਤੇ ਕਰਾਉਂਦੇ ਰਹਿਣਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਮਾਣ ਸਨਮਾਨ ਦੀ ਗੱਲ ਅਦਬ ਦੀ ਗੱਲ ਦੋਸ਼ੀਆਂ ਨੂੰ ਸਜਾਵਾਂ ਦੀ ਗੱਲ ਆ ਉਹ ਧਿਆਨ ਜੋੜੋ ਮੈਂ ਬੇਨਤੀ ਕਰ ਰਿਹਾ ਸੀ ਪੂਰਾ ਸਤਿਗੁਰ ਅਧੂਰਿਆਂ ਕੋਲੇ ਫਿਰਦੇ ਆ ਗੇੜੇ ਖਾਂਦੇ ਅਧੂਰਿਆਂ ਦੀਆਂ ਰਾਖੀਆਂ ਕਰਦੇ ਫਿਰਦੇ ਆ ਪਰ ਸਤਿਗੁਰ ਸੱਚੇ ਪਾਤਸ਼ਾਹ ਦਾ ਫਿਕਰ ਨਹੀਂ ਗੁਰਮੁਖ ਪਿਆਰੇ ਸਾਨੂੰ ਸਤਿਗੁਰ ਦੇ ਮਾਣ ਸਨਮਾਨ ਦਾ ਅਦਬ ਸਤਿਕਾਰ ਦਾ ਕਿਉਂਕਿ ਗੁਰੂ ਗ੍ਰੰਥ ਦੀ ਪੰਥ ਨੂੰ ਤਾਬਿਆ ਕੀਤਾ ਗੁਰੂ ਗ੍ਰੰਥ ਦੀ ਤਾਬਿਆ ਪੰਥ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਆਤਮਾ ਗ੍ਰੰਥ ਵਿੱਚ ਸਰੀਰ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪੰਥ ਆ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਮਾਣ ਸਨਮਾਨ ਦਾ ਖਿਆਲ ਪੰਥ ਨੇ ਰੱਖਣਾ ਇਹ ਸਾਡਾ ਫਰਜ਼ ਬਣਦਾ ਔਰ ਇਹ ਐਸੇ ਸਤਿਗੁਰ ਸੱਚੇ ਪਾਤਸ਼ਾਹ ਬਾਣੀ ਦਾ ਇੱਕ ਇੱਕ ਬਚਨ ਅਸੀਂ ਹਿਰਦੇ ਚ ਵਸਾ ਇੱਕ ਬਚਨ ਵੀ ਵਸ ਜਾਵੇ ਜ਼ਿੰਦਗੀ ਦਾ ਭਲਾ ਪਾਰ ਉਤਾਰਾ ਹੋ ਜਾਂਦਾ ਜੇ ਪੂਰੇ ਗੁਰਾਂ ਦਾ ਬਚਨ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਜਿਨ੍ਹਾਂ ਨੇ ਬਚਨ ਕਮਾਇਆ ਗੁਰੂ ਦਾ ਉਹਨਾਂ ਦੇ ਖੋਪੜੇ ਲੈ ਕੇ ਗੁਰਮੁਖ ਪਿਆਰੇ ਪਰ ਪ੍ਰਵਾਨ ਹੋਏ ਉਬਲਦੀਆਂ ਦੇਗਾਂ ਚ ਉਬਲੇ ਪਰ ਪ੍ਰਵਾਨ ਹੋਏ ਬੰਦ ਬੰਦ ਕੱਟੇ ਗਏ ਪ੍ਰਵਾਨ ਹੋਏ ਸਿਰ ਲੱਥ ਸਿਰ ਤਲੀ ਤੇ ਰੱਖ ਕੇ ਯੋਧੇ ਲੜੇ ਗੁਰਮੁਖ ਪਿਆਰੇ ਜਿਨ੍ਹਾਂ ਬਚਨ ਕਮਾਇਆ ਸੱਜਣ ਵੜ ਗਏ ਠੱਗ ਚੋਰ ਉਹ ਸੰਤ ਸੱਜਣ ਬਣ ਗਏ ਬਚਨ ਕਮਾ ਕੇ ਭੂਮੀਏ ਵਰਗੇ ਚੋਰ ਬਚਨ ਕਮਾ ਕੇ ਸੰਤ ਭੂਮੀਏ ਦੀ ਅਵਸਥਾ ਨੂੰ ਪ੍ਰਾਪਤ ਕਰ ਗਏ ਸਿੱਧੇ ਰਾਹ ਜਿਨ੍ਹਾਂ ਗੁਰੂ ਦਾ ਬਚਨ ਕਮਾਇਆ ਆਓ ਆਪਾਂ ਗੁਰੂ ਚਰਨਾਂ ਚ ਜੁੜੇ ਹਾਂ ਐਸੇ ਸਤਿਗੁਰ ਦਾ ਬਚਨ ਅਸੀਂ ਵੀ ਕਮਾ ਲਈਏ ਤੇ ਜਿਹੜਾ ਬਚਨ ਕਮਾ ਲੈਂਦਾ ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਆ ਕੀ ਬਚਨ ਹੈ ਸਾਰੇ ਰਸਨਾ ਸਫਲੀ ਕਰਿਓ ਜੇ ਕੋਈ ਬਚਨ ਕਮਾਵੇ ਸੰਤਨ ਗੁਰ ਪ੍ਰਸਾਦੀ ਪਾਰ ਪਾਵੇ ਜਾਵ ਬਚਨ ਕਮਾਵੇ ਸੰਤਨ ਹਾਂ ਗੁਰ ਪ੍ਰਸਾਦੀ ਪਾਰ ਪਾਵੇ ਜਾਵ ਆ
संतो सागर पारो तरिया जे को बचन कमावे संतन का सूही राग विच गुरु अर्जन देव सच्चे पातशाह शहीदां दे सरताज ए शब्द विच बचन कर रहे सच्चे पातशाह कहंदे भाई जे कोई बचन कमा लवे जे कोई गुरु दा बचन संत जनां दा रब दे प्यारेयां दा बचन कमा लवे सो गुर प्रसादी तरी है भला हो जांदा ओदा सतगुरु सच्चे पातशाह कहंदे कोट तीर्थ मज्जण इस नन इस कलम मैल भरी जै कलयुग दे अंदर गुरु दा शब्द गुरु दे वचन छड्ड के भावे करोड़ां तीर्थां ते घूमदा फिरे इस कलयुग दे अंदर होमे अहंकार दी मैल भर जांदी काम क्रोध लोभ मोह अहंकार राग द्वेष ते सतगुरु सच्चे पातशाह कहंदे फिर जिहड़ा गुरु चरणां च आउंदा साध संग जो हर गुण गावे सो निर्मल कर लीजे जिहड़ा सत संगत विच आ के गुरु दे वचन सुन के पढ़दा सुनदा गाउंदा हिरदे च वसाउंदा ਉਹ ਆਪਣੇ ਹਿਰਦੇ ਨੂੰ ਨਿਰਮਲ ਕਰ ਲੈਂਦਾ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆਹ ਖੰਡਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਓ ਜਿਵੇਂ ਕੋਲੂ ਦੀ ਲੀਰ ਕਿੰਨੀ ਸਫੈਦ ਧੋ ਸਵਾਰ ਬਣਾ ਕੇ ਕੋਲੂ ਨਾਲ ਵੰਡ ਦੋ ਆਏ ਗੇੜੇ ਫਿਰ ਗੰਦੀ ਹੋ ਜਾਂਦੀ ਉਹ ਮਲੀਨ ਹੋ ਜਾਂਦੀ ਜਿੰਨੀ ਮਰਜ਼ੀ ਸਫੈਦ ਤੇ ਮੁੜ ਉਹਨੂੰ ਜੇ ਆਪਾਂ ਸਫੈਦ ਕਰਨਾ ਚਾਹੀਏ ਮੁੜ ਉਸ ਤਰ੍ਹਾਂ ਦੀ ਸਫੈਦੀ ਕੋਲੂ ਦੀ ਲੀਰ ਲੱਖਾਂ ਵਾਰ ਧੋਤਿਆਂ ਵੀ ਮੁੜ ਸਫੈਦ ਨਹੀਂ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ ਜੂਨਾਂ ਚ ਭਟਕਦਾ ਫਿਰਦਾ ਕਈ ਜਨਮ ਤੇ ਕੀਟ ਪਤੰਗਾ ਕਈ ਜਨਮ ਗਾਜ ਮੀਨ ਪੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬ੍ਰਿਖ ਜੋਇਓ ਤਾਂ ਹੀ ਸਤਿਗੁਰੂ ਕਹਿੰਦੇ ਭਲਿਆ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾ ਵਾਲੇ ਦੇਸ਼ ਜ਼ਰੀਆ ਹੁਣ ਤਾਂ ਤੇਰਾ ਸਮਾਂ ਮਿਲਣ ਦਾ ਪਰਮਾਤਮਾ ਨੂੰ ਮਿਲ ਮਨੁੱਖਾ ਜਨਮ ਤੈਨੂੰ ਮਿਲਿਆ ਅਵਰ ਕਾਜ ਤੇਰਾ ਕਿਤੇ ਨਾ ਕਾਮਿਲ ਸਾਧ ਸੰਗਤ ਭਜ ਕੇਵਲ ਨਾਮ ਗੁਰੂ ਦੇ ਨਾਮ ਨੂੰ ਗੁਰੂ ਦੇ ਬਚਨ ਨੂੰ ਹਿਰਦੇ ਚ ਵਸਾ ਕੇ ਉਹਦੀ ਕਮਾਈ ਕਰ ਬੰਦਗੀ ਕਰ ਭਗਤੀ ਕਰ ਤਪ ਕਰ ਅੱਜ ਕਈ ਕਹਿੰਦੇ ਬੰਦਗੀ ਦੀ ਲੋੜ ਨਹੀਂ ਭਗਤੀ ਦੀ ਲੋੜ ਨਹੀਂ ਤਪ ਦੀ ਲੋੜ ਨਹੀਂ ਪਤਾ ਨਹੀਂ ਸਾਡੇ ਵੀਰਾਂ ਨੂੰ ਕਿਹੜਾ ਗਿਆਨ ਹੋ ਗਿਆ ਜਿਹੜੇ ਅੱਜ ਐਸਾ ਕਹਿੰਦੇ ਨਹੀਂ ਗੁਰਮੁਖੋ ਸਤਿਗੁਰ ਨੇ ਤਾਪ ਬੰਦਗੀ ਭਜਨ ਬਾਬਾ ਫਰੀਦ ਸਾਹਿਬ ਤੇ ਕਹਿੰਦੇ ਤੇਰੀ ਪਨੇ ਖੁਦਾਏ ਤੂੰ ਬਖਸੰਦਗੀ ਸੇਕ ਫਰੀਦ ਖੈਰ ਦੀਜੈ ਬੰਦਗੀ ਉਹਦੇ ਬੰਦਗੀ ਦਾ ਖੈਰ ਤੇ ਆਪਾਂ ਬੰਦਗੀ ਦਾ ਭਗਤੀ ਦਾ ਤੇ ਖੈਰ ਮੰਗਣਾ ਗੁਰੂ ਦੇ ਚਰਨਾਂ ਚ ਤੇ ਸੱਚੇ ਪਾਤਸ਼ਾਹ ਮਹਾਰਾਜ ਕਰੋ ਕਿਰਪਾ ਮੇਰੀ ਤੇ ਬਾਰ ਬਾਰ ਇਹੀ ਬੇਨਤੀ ਹੈ ਕਿ ਮੇਰੀ ਝੋਲੀ ਬੰਦਗੀ ਦਾ ਖੈਰ ਪਾਓ ਭਗਤੀ ਦਾ ਖੈਰ ਪਾਓ ਤੇ ਗੁਰੂ ਤੋਂ ਬੰਦਗੀ ਭਗਤੀ ਲੈ ਕੇ ਬੰਦਗੀ ਭਗਤੀ ਕਰਨੀ ਤੇ ਸਤਿਗੁਰ ਕਹਿ ਰਹੇ ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਜਿਹੜਾ ਸਤ ਸੰਗਤ ਕਰਦਾ ਹਰੀ ਦੇ ਗੁਣ ਗਾਉਂਦਾ ਪਰਮਾਤਮਾ ਦਾ ਨਾਂ ਹਿਰਦੇ ਚ ਵਸਾਉਂਦਾ ਗੁਰੂ ਦੇ ਬਚਨ ਜਿਵੇਂ ਭੂਮੀਏ ਚੋਰ ਨੇ ਵਸਾਏ ਤੇ ਭਲਾ ਹੋ ਗਿਆ ਪਾਰ ਉਤਾਰਾ ਹੋ ਗਿਆ ਗੁਰੂ ਨਾਨਕ ਸਾਹਿਬ ਦੀ ਸੰਗਤ ਮਿਲੀ ਨਾ ਭੂਮੀਏ ਚੋਰ ਢਾਕੇ ਬੰਗਾਲੇ ਨੂੰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗਏ ਨਾ ਤੇ ਭੂਮੀਆਂ ਚੋਰ ਆਇਆ ਸਤਿਗੁਰ ਦੇ ਚਰਨਾਂ ਚ ਇਹ ਸਤਿਗੁਰਾਂ ਦੀਆਂ ਜੀਵਨ ਸਾਖੀਆਂ ਸਾਨੂੰ ਸਿੱਖਿਆ ਦਿੰਦੀਆਂ ਗੁਰੂ ਦਾ ਇਤਿਹਾਸ ਸਿੱਖਿਆ ਦਿੰਦਾ ਸਾਨੂੰ ਸਤਿਗੁਰ ਦੇ ਚਰਨਾਂ ਚ ਆਇਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਈ ਭੂਮੀਆਂ ਕੀ ਕਰਦਾ ਹੁੰਦਾ ਕਹਿੰਦਾ ਮਹਾਰਾਜ ਚੋਰੀਆਂ ਤੇ ਮਹਾਰਾਜ ਕਰੋ ਕਿਰਪਾ ਮੇਰਾ ਹਰ ਬੰਦਾ ਜਿਹੜਾ ਗੁਰੂ ਦੇ ਚਰਨਾਂ ਚ ਆਉਂਦਾ ਆਪਣੇ ਕਾਰੋਬਾਰ ਦਾ ਵਾਧਾ ਚਾਹੁੰਦਾ ਨੌਕਰੀ ਵਾਲਾ ਕਹਿੰਦਾ ਮਹਾਰਾਜ ਮੇਰੀ ਤਰੱਕੀ ਹੋ ਜੇ ਅਹੁਦਾ ਵੱਧ ਜੇ ਖੇਤੀਬਾੜੀ ਵਾਲਾ ਕਹਿੰਦਾ ਮਹਾਰਾਜ ਫਸਲ ਦੁੱਗਣੀ ਤਿਗਣੀ ਹੋ ਜੇ ਹਰ ਬੰਦਾ ਜਿਹੜੇ ਖੇਤਰ ਨਾਲ ਜੁੜਿਆ ਸਤਿਗੁਰ ਦੇ ਚਰਨਾਂ ਚ ਉਹੀ ਮੰਗਦਾ ਕਿ ਗੁਰੂ ਨਾਨਕ ਸਾਹਿਬ ਕੋਲੇ ਭੂਮੀਆਂ ਚੋਰ ਆਇਆ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰਾ ਕਾਰੋਬਾਰ ਵੀ ਵੱਧ ਜੇ ਕਾਰੋਬਾਰ ਸੀ ਚੋਰੀਆਂ ਕਰਨ ਦਾ ਡਾਕੇ ਮਾਰਨ ਦਾ ਸਤਿਗੁਰ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਭੂਮੀਆਂ ਆਹ ਕੰਮ ਮਾੜਾ ਛੱਡ ਦੇ ਕਹਿੰਦਾ ਮਹਾਰਾਜ ਬੜਾ ਔਖਾ ਇਹਦੇ ਤੋਂ ਬਿਨਾ ਮੈਨੂੰ ਆਉਂਦਾ ਹੀ ਕੁਛ ਨਹੀਂ ਆ ਜੋ ਦਾਦਿਆਂ ਤੋਂ ਚੋਰੀਆਂ ਡਾਕੇ ਮਾਰਨੇ ਹੀ ਕੰਮ ਆ ਇਹਦੇ ਤੋਂ ਬਿਨਾ ਮੈਨੂੰ ਆਉਂਦਾ ਹੀ ਕੁਛ ਨਹੀਂ ਆ ਮੈਂ ਕਰੂੰਗਾ ਕਿ ਭੁੱਖਾ ਮਰ ਜੂ ਪਰਿਵਾਰ ਭੁੱਖਾ ਮਰ ਜੂਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭੂਮੀਆਂ ਚੋਰੀਆਂ ਛੱਡ ਦੇ ਕਹਿੰਦਾ ਮਹਾਰਾਜ ਹੋਰ ਆਉਂਦਾ ਕੁਝ ਨਹੀਂ ਆ ਹੋਰ ਕੋਈ
ਮਰਜ਼ੀ ਛਡਾ ਲਿਓ ਸੱਚੇ ਪਾਤਸ਼ਾਹ, ਇਹ ਨਾ ਛਡਾਓ। ਇਹ ਨਹੀਂ ਮੈਂ ਛੱਡ ਸਕਣਾ, ਝੂਠਾ ਵਚਨ ਕਰਨਾ ਨਹੀਂ ਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭੂਮੀਆਂ, ਫਿਰ ਜੇ ਚੋਰੀਆਂ ਨਹੀਂ ਛੱਡ ਸਕਦਾ ਤੇ ਸਾਡਾ ਵਚਨ ਮੰਨ ਲਾ, ਤਿੰਨ ਵਚਨ ਮੰਨ ਲਾ। ਕਹਿੰਦਾ ਮਹਾਰਾਜ ਤਿੰਨਾਂ ਦੀ ਜਗ੍ਹਾ ਭਾਵੇਂ ਪੰਜ ਵਚਨ ਹੋਰ ਦੇ ਦੋ, ਮੰਨ ਲੂੰਗਾ, ਪਰ ਚੋਰੀ ਛੱਡਣ ਨੂੰ ਨਾ ਕਹੋ। ਮਹਾਰਾਜ ਕਹਿੰਦੇ ਚੰਗਾ ਮਨ। ਕਹਿੰਦਾ ਦੱਸੋ ਸੱਚੇ ਪਾਤ, ਸਤਿਗੁਰ ਕਹਿੰਦੇ ਸਭ ਤੋਂ ਪਹਿਲੀ ਗੱਲ ਝੂਠ ਨਹੀਂ ਬੋਲਣਾ, ਸਦਾ ਸੱਚ ਬੋਲਣਾ। ਕਹਿੰਦਾ ਸਤ ਵਚਨ ਮਹਾਰਾਜ, ਆਹ ਮੈਂ ਕਮਾਈ ਕਰ ਲੂੰਗਾ। ਦੂਸਰਾ ਸੱਚੇ ਪਾਤਸ਼ਾਹ ਕਹਿੰਦੇ ਗਰੀਬ ਮਾਰ ਨਹੀਂ ਕਰਨੀ, ਚੋਰੀਆਂ ਤੇ ਕਰਦਾ ਗਰੀਬ ਦੇ ਘਰ ਨਹੀਂ ਚੋਰੀ ਕਰਨੀ, ਗਰੀਬ ਮਾਰ ਨਹੀਂ ਕਰਨੀ। ਕਹਿੰਦਾ ਮਹਾਰਾਜ ਇਹ ਵੀ ਮੰਨ ਲੂੰਗਾ। ਤੇ ਤੀਜਾ ਵਚਨ ਸਤਿਗੁਰ ਕਹਿੰਦੇ ਲੂਣ ਖਾ ਕੇ ਹਰਾਮ ਨਹੀਂ ਕਰਨਾ। ਕਹਿੰਦਾ ਮਹਾਰਾਜ ਇਹ ਵੀ ਮੰਨ ਲੂੰਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਆ, ਭੂਮੀਏ ਚੋਰ ਨਾ ਤੇ ਗੁਰਮੁਖ ਪਿਆਰੇ, ਭੂਮੀਆਂ ਚੋਰ ਸਤਿਗੁਰ ਸੱਚੇ ਪਾਤਸ਼ਾਹ ਦੀ ਸੰਗਤ, ਗੁਰੂ ਦੀ ਸੰਗਤ, ਗੁਰੂ ਨਾਨਕ ਦੇ ਨੂੰ ਸੁਣਿਆ ਵੇਖਿਆ ਤੇ ਫਿਰ ਗਰਭਾਸ ਨਾ ਪਵੇ। ਆ ਬਾਬਾ ਵੀ ਬੰਦਗੀ ਦੀ ਦਾਤ ਸਤਿਗੁਰ ਕੋਲੋਂ ਮੰਗ ਲਈਏ, ਤੇਰੀ ਭਵੇਂ ਖੁਦਾਏ ਤੂੰ ਬਖਸ਼ੰਦਗੀ, ਸੇਖ ਮਰੀ ਦਾ ਖੈਰ ਬੀਜੇ, ਬੰਦਗੀ ਸਾਰੇ ਰਸਨਾ ਸਫਲੀ ਕਰੇ, ਝੋਲੀਆਂ ਅੱਡ ਕੇ ਸਤਿਗੁਰ ਤੋਂ ਦਾਤਾਂ ਮੰਗਣੀਆਂ। ਖੈਰ ਬੰਦਗੀ ਦਾ ਬਾਦਰੇ ਬਾਰ ਬਾਰ ਕਰਾਂਗੇ ਖੈਰ ਬੰਦਗੀ ਦਾ ਬਾਦਰੇ ਬਾਰ ਬਾਰ ਕਰਾਂਗੇ ਖੈਰ ਬੰਦਗੀ ਦਾ ਬਾਦਰੇ ਬਾਰ ਬਾਰ ਕਰਾਂਗੇ ਮੈਨੂੰ ਖੈਰ ਬੰਦਗੀ ਦਾ ਬਾਦਰੇ ਬਾਰ ਬਾਰ ਕਰਾਂਗੇ ਖੈਰ ਬੰਦਗੀ ਸਤਿਗੁਰ ਦੇ ਚਰਨਾਂ ਚ ਨਿਤ ਅਰਦਾਸਾਂ ਕਰੀਏ ਮਹਾਰਾਜ, ਬੰਦਗੀ ਦੀ ਦਾਤ, ਭਗਤੀ ਦੀ, ਸਿਮਰਨ ਦੀ, ਨਿਤਨੇਮ ਦੀ ਦਾਤ, ਸੇਵਾ ਦੀ ਦਾਤ ਮੇਰੀ ਝੋਲੀ ਚ ਬਾਲ, ਮੇਰਾ ਜੀਵਨ ਸਫਲ ਹੋ ਜਾ, ਲੋਕ ਸੁਖੀਆ ਪਰ ਲੋਕ ਸਹੇਲਾ ਹੋ ਜਾ,
ਬਚਨ ਬਖਸ਼ੋ ਜਿਹੜਾ ਹਿਰਦੇ ਚ ਵਸ ਜਾਵੇ ਸਤਿਗੁਰ ਦੇ ਦਰ ਤੇ ਆ ਕੇ ਸਤਿਗੁਰ ਦੇ ਬਚਨਾਂ ਨੂੰ ਪੜ੍ਹਨਾ ਸੁਣਨਾ ਗਾਉਣਾ ਵਿਚਾਰਨਾ ਹਿਰਦੇ ਚ ਵਸਾਉਣਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਚਨ ਕਰਦੇ ਭਾਈ ਵੇਦ ਕਤੇਗ ਸਿਮਰਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਜਿੰਨੇ ਵੇਦ ਸ਼ਾਸਤਰ ਸਿਮਰਤ ਕੇਵਲ ਪੜ੍ਹਨ ਦੇ ਨਾਲ ਨਹੀਂ ਪੜ੍ਹ ਕੇ ਉਹਨਾਂ ਨੂੰ ਵਿਚਾਰਨਾ ਤੇ ਉਹਨਾਂ ਨੂੰ ਮੰਨਣਾ ਜਿਸ ਪਾਸੇ ਤੋਰਦੇ ਤੁਰਨਾ ਜਿੱਧਰੋਂ ਰੋਕਦੇ ਰੁਕਣਾ ਸ਼ੁਭ ਗੁਣ ਗ੍ਰਹਿਣ ਕਰਨੇ ਆ ਤੇ ਮਾੜੇ ਕਰਮ ਨੂੰ ਛੱਡਣਾ। ਇਹੀ ਆ ਵੇਦਾਂ ਕਿਤੇਬਾਂ ਨੂੰ ਪੜ੍ਹਨਾ। ਤੇ ਜੇ ਅਸੀਂ ਵੇਦ ਕਿਤੇਬਾਂ ਦੇ ਵਿੱਚੋਂ ਸਾਰ ਗੱਲ ਲਈ ਨਾ ਵੇਦ ਕਿਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ। ਪਰ ਕੇਵਲ ਪੜ੍ਹਨ ਦੇ ਨਾਲ ਵੇਦ ਕਿਤੇਬ ਸਿਮਰਤ ਸਭ ਸਾਸਤ ਇਨ ਪੜ੍ਹਿਆ ਮੁਕਤ ਨਾ ਹੋਈ। ਕਿਉਂਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਉਹਨਾਂ ਨੇ ਵੀ ਕਹਿ ਦਿੱਤਾ ਕੀ ਆਖਿਆ ਨਾਮ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਨਾਮ ਤੋਂ ਬਿਨਾ ਬੰਦਗੀ ਭਗਤੀ ਤੋਂ ਬਿਨਾ ਸਾਰਾ ਕੁਝ ਕੂੜ ਆ। ਸਾਰੀਆਂ ਗੱਲਾਂ ਹੋਛੀਆਂ ਨੇ ਪਰਮਾਤਮਾ ਦੇ ਨਾਮ ਬਿਨਾ ਬੰਦਗੀ ਬਿਨਾ। ਜਿੰਨੇ ਮਰਜ਼ੀ ਲੈਕਚਰ ਬਾਜ਼ੀਆਂ ਭਾਸ਼ਣ ਕਰ ਲਾ ਜਿੰਨੀਆਂ ਮਰਜ਼ੀ ਚਲਾਕੀਆਂ ਚਤਰਾਈਆਂ ਕਰ ਲਾ ਸਭ ਕੂੜ ਆ। ਜਿੰਨੀਆਂ ਮਰਜ਼ੀ ਸਹਿ ਸਿਆਣਪਾਂ ਦੀਆਂ ਗੱਲਾਂ ਕਰ ਲਾ ਪਰ ਸਭ ਕੂੜ ਆ। ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ। ਨਾਮ ਤੋਂ ਬਿਨਾ ਬੰਦਗੀ ਤੋਂ ਬਿਨਾ ਵੇਦ ਕਤੇਬ ਸਿਮਰਤ ਸਭ ਸਾਸਤੇ ਨੇ ਪੜ੍ਹਿਆ ਮੁਕਤ ਨਾ ਹੋਈ। ਕੀ ਆਖਿਆ ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਅੱਖਰ ਜੋ ਗੁਰਮੁਖ ਜਾਪਿਆ ਤਿਸ ਕੀ ਨਿਰਮਲ ਸੋਈ। ਉਹਨਾਂ ਦੀ ਨਿਰਮਲ ਸੋਈ ਸੋਭਾ ਹੋ ਜਾਂਦੀ ਆ। ਉਹਨਾਂ ਦਾ ਜੀਵਨ ਸਫਲਾ ਹੋ ਜਾਂਦਾ ਜਿਹਨਾਂ ਨੇ ਗੁਰੂ ਦਾ ਬਚਨ ਹਿਰਦੇ ਤੇ ਵਸਾ ਲਿਆ। ਤੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਂਝਾ ਉਪਦੇਸ਼ ਮੇਰੇ ਗੁਰੂ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਦਾ ਇੱਕ ਓਂਕਾਰ ਤੋਂ 18:10-20 ਤੱਕ ਬਾਣੀ ਪੜ੍ਹੋ। ਸਭ ਨੂੰ ਸਾਂਝਾ ਉਪਦੇਸ਼ ਸਭੇ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਦੇਸਾ ਬਾਹਰਾ ਜੀ। ਜਿੱਥੇ ਦਿਆਵੇ ਵੰਡੀਆਂ ਪਾਈਆਂ ਖਿੜੀਆਂ ਲੋਕਾਂ ਨੇ ਜਾਤਾਂ ਗੋਤਾਂ ਮਜ਼ਬਾਂ ਧਰਮਾਂ ਦੀਆਂ ਸਤਿਗੁਰ ਦਾ ਤੇ ਉਪਦੇਸ਼ ਸਭ ਨੂੰ ਸਾਂਝਾ। ਸਾਰੀ ਮਨੁੱਖਤਾ ਇੱਕ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੁਮ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪੈ ਉਧਰੈ ਸੋ ਕਲ ਮੈਂ ਘੱਟ ਘੱਟ ਨਾਨਕ ਮਾਝਾ। ਜਿਹੜਾ ਗੁਰਮੁਖ ਹੋ ਕੇ ਨਾਮ ਜਪਦੇ ਬੰਦਗੀ ਭਗਤੀ ਗੁਰੂ ਦੇ ਰਾਹ ਤੇ ਤੁਰ ਪਏ ਉਹਨੇ ਜੀਵਨ ਸਵਾਰ ਲਿਆ। ਘੱਟਾਂ ਘੱਟਾਂ ਚ ਵਸਿਆ ਉਹ ਪਰਮਾਤਮਾ ਘੱਟਾਂ ਘੱਟਾਂ ਦੇ ਮਾਝਾ ਵਿਚਾਲ ਵਿਚਕਾਰ ਉਹ ਪਰਮਾਤਮਾ ਸਭਾ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਤੇ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਸਤਿਗੁਰ ਸੱਚੇ ਪਾਤਸ਼ਾਹ ਦਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਮੰਦੇ। ਐਵੇਂ ਲੋਕਾਂ ਨੇ ਵੰਡੀਆਂ ਪਾਈਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਐਸਾ ਸਾਂਝੀ ਵਾਲਤਾ ਦਾ ਵਰਲਡ ਵਾਈਡ ਸੰਸਾਰ ਭਰ ਨੂੰ ਹੋਕਾ ਦੇ ਰਹੀ। ਸੱਚੇ ਪਾਤਸ਼ਾਹ ਕੀ ਕਹਿ ਰਹੇ ਆ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅਲਾਏ। ਸਾਂਝੀ ਵਾਲਤਾ ਦਾ ਉਪਦੇਸ਼ ਮੇਰੇ ਸਤਿਗੁਰ ਦਾ। ਵਾਹਿਗੁਰੂ ਹਰੀ ਦਾ ਨਾਮ ਇੱਕ ਹੈ ਪਰਮਾ ਚ ਪੈ ਗਈ ਦੁਨੀਆ। ਵਾਹਿਗੁਰੂ ਹਰੀ ਦਾ ਨਾਮ ਇੱਕ ਪਰਮਾ ਚ ਪੈ ਗਈ ਦੁਨੀਆ। ਵਾਹਿਗੁਰੂ ਹਰੀ ਦਾ ਨਾਮ ਇੱਕ ਹੈ ਦੁਨੀਆ। ਵਾਹਿਗੁਰੂ ਹਰੀ ਦਾ ਨਾਮ ਇੱਕ ਹੈ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ ਦੀ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ ਦੀ ਦੁਨੀਆ। ਪੈਰੀ ਦੁਨੀਆ ਪਰਮਾਤਮਾ ਪੈਰੀ ਦੁਨੀਆ ਦੁਨੀਆ ਪਰਮਾਤਮਾ ਜੀ ਦੁਨੀਆ ਪਰਮਾਤਮਾ
कुदरत के सब दल एक नूर ते सब जग उपजा कौन भले कोई बोले राम राम कोई खुदाए कोई सेवे गुसैया कोई हलाए मेरे सतगुर दा सांझा उपदेश गुरु ग्रंथ साहब की बाणी ते दसवें पातशाह दे बोल पढ़ो दसवें पातशाह की बाणी गुरु गोबिंद सिंह महाराज भी कहिंदे को हिंदू तुरक राफ जी को इमाम साफी मानस की जात सब है एक है पहचान पार्टियां ते वंडियां पाने किन्नी कतलो गारत होंदी है थे पार्टी बाजियां च पार्टियां रखो गुरमुखो आपो अपने थां बड़ियां वंडियां पातियां पार्टियां ने सके भलावां च कंधां कढ़ातियां बाप पुत वख कर दिंदे पार्टी बाजियां ने ओ पार्टियां आउंदियां जांदियां रहणियां अपना भाईचारा ना थोड़े नगरां दा इलाकियां दा पार्टियां पिछे कतलो गार मैनूं बड़ा दुख होया आ सरकार बदली आ मैनूं इत्थों पता लग्या गुरमुखां ने दस्या कि बड़ा गुरसिख जथेदार पार्टी भावें कोई होवे कोई अकाली है कोई कांग्रेसी कोई झाड़ू किसे पासे भी आपो अपने आलणे बनाए टिकाणे कोई किधर तुरिया जिहदी कोई सुणदा उधर नूं हो जांदा ते कहिंदे उहदा विचारे दा कतल कर दित्ता गल वी कुछ नहीं सी आ फिर उह जी की पिंड नाल ही है सरकार बणदिआं सार अगले दिन दसो गल भी कोई नहीं की होया गुरमुख प्यारे पार्टियां ते आउंदियां जांदियां रहिंदियां राज भाग बदलदे रहिंदे आ पर असीं अपना भाईचारा ना तोड़िए नगरां च एवें पार्टियां पिछे कतलो गारद नहीं आ खून खराबा अज इहनां दी कल उहनां दी आ गई कल उहनां दी अज इहनां दी बदलते रहते हैं किसे ने गुरमुख प्यारे किसे का यह जद्दी पुश्ती राज नहीं है बड़िया भुलेखा होंगा गुरमुख प्यारे पर निकल जाता है गद्दाफी वर्गे होशनी मुबारक वर्गे सदाम हुसैन वर्गे गुरमुख प्यारे चाली चाली साल जिन्होंने राज पर की रोह नहीं गुरमुख प्यारे इतने ये राज भाग है मैं भुलेखिया होंगे लीडर लोग बड़ा साडे नाल जुल्म कीता पिछली सरकार ने तुहानू पता ही है जे सरबत खालसा कर लिया तां फड़ के अंदर देते जे प्रचार करन तुरे तां राज फड़ के अंदर देते आ गुरदासपुर आए सी दीवान सजा के वापस चले तां फड़ के इत्थे गुरदासपुर जेल च देते कसूर कही आ की आ मैं अफसरां नूं पुछिया जिन्हां गिरफ्तारी पाई कहिंदे सानूं वी नहीं पता बस सरकार दा हुक्म आ गया मैं कहा गुनाह तां दसो राह जांदियां नूं फड़ के 57 करके अंदर डक देना किहड़ा इंसाफ बड़िया जेलां च मैं गया मैनू आ पिछली सरकार ने 8-9 साल जेलां च कोई साल ही लंघदा सी जदों ना देण ते मैं देखिया पंजाब दीआं सारीआं जेलां मैनू दिखाईआं इहनां ने ते मैं देखा बड़े बेकसूर मामा दे पुत गुरमुख प्यारे पार्टी बाजियां च पाउडर पवा पवा चिट्टे पवा पवा अंदर कीते आ पार्टी बाजियां दसो इह किहड़ा लोकतंत्र आ अकालियां दा राज आ कांग्रसी अंदर कर दिओ कांग्रसियां दा आ गया अकाली अंदर कर दिओ दसो कोई लोकतंत्र कोई इंसाफ वाली गल आ जिन्हां दा राज भाग आया राज भाग करो धक्के छांझां नहीं बेइंसाफियां नहीं ते जिहड़े जुल्म दे राज आ फिर गुरमुख प्यारे उहनां नूं जालम राज तौर ते ही लोक याद करदे आ अज राज औरंगजेब दा भी याद कीता जांदा हिटलर दा भी पर माड़े लफ्जां ते अज याद गुरमुख प्यारे शेरे पंजाब महाराजा रणजीत सिंह दा राज भी ते राजे जनक दा भी कीता जांदा उह चंगे लफ्जां च याद कीता जांदा चंगे लफ्जां च आओ गुरमुख प्यारे सारे भाईचारे प्यार इतफाक नाल रहण ये सतगुर दी बाणी ने सानू समझाया माफ करियो इहदे धर्मां दे नां ते वंडियां जातां गोतां दे नां ते वंडियां छड्डो अज पार्टियां दे नां ते वंडियां पै गईआं पार्टियां तों गांह अज होर बहुत सारे पंथ विच मुद्दे खड़े हो गए साडियां भरावां भरावां दीआं वंडियां कोई कुछ गुरमुख प्यारे जिहदे जो मूंह च आउंदा कही जांदा गुरमुख प्यारे कोई रोकण टोकण वाला नहीं
ਪਰ ਨਹੀਂ ਹੁਣ ਇਸ ਤਰ੍ਹਾਂ ਨਹੀਂ ਚੱਲਣਾ। ਹਰ ਗੱਲ ਦਾ ਜਵਾਬ ਦਿਉਣਾ ਤੂੰ, ਚਾਹੇ ਮੈਂ ਆ ਚਾਹੇ ਕੋਈ ਹੋਰ ਆ, ਬਹੁਤ ਹੋ ਗਿਆ ਹੁਣ। ਜਿਵੇਂ ਪਹਿਲਾਂ ਜਿਹਨੂੰ ਚਾਰ ਬੰਦੇ ਮੱਥਾ ਟੇਕਦੇ ਉਹ ਗੁਰੂ ਬਣ ਕੇ ਬਹਿ ਜਾਂਦਾ ਸੀ, ਹੁਣ ਜਿਹਨੂੰ ਚਾਰ ਬੰਦੇ ਸੁਣਨ ਲੱਗ ਜਾਣ ਉਹ ਕਹਿੰਦਾ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ, ਮੇਰੇ ਵਰਗਾ ਰੋਸ਼ਨ ਦਿਮਾਗ ਹੀ ਕੋਈ ਨਹੀਂ, ਮੈਂ ਜੋ ਮਰਜ਼ੀ ਕਹਿ ਦਿਆਂ ਬਸ ਇਹੀ ਚੱਲ ਜਾਣ। ਪਰ ਨਹੀਂ, ਇਹ ਕੁਝ ਨਹੀਂ ਚੱਲਣਾ ਹੁਣ, ਬਹੁਤ ਹੋ ਗਿਆ। ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਨਹੀਂ ਨਿਭਾਈ ਉਹਨਾਂ ਨੇ, ਪਰ ਹੁਣ ਨਿਭਾਈ ਜਾਊਗੀ। ਜੋ ਤੁਸੀਂ ਤਾਕਤ ਦਿੱਤੀ ਆ ਪੰਥ ਨੇ ਉਸ ਤਾਕਤ ਨੂੰ ਨਿਭਾਈ ਜਾਊਗੀ, ਤੇ ਬਖਸ਼ਿਆ ਕੋਈ ਨੀ, ਮਤ ਸਾਡਾ ਪੱਖਪਾਤ ਕਿਸੇ ਨਾਲ ਨਹੀਂ ਆ। ਆ ਦੇਖ ਲਓ ਤੁਹਾਡੇ ਸਾਹਮਣੇ ਆ KPS ਗਿੱਲ ਤੇ ਜਨਰਲ ਬਰਾੜ ਜਿਹਨੂੰ ਅੱਜ ਤੱਕ ਪੰਥ ਚੋਂ ਨਹੀਂ ਕੱਢਿਆ ਸੀ, ਸੇਵਾ ਸੰਭਾਲਦਿਆਂ ਉਹਨਾਂ ਨੂੰ ਪੰਥ ਚੋਂ ਕੱਢ ਕੇ ਬਾਹਰ ਮਾਰਿਆ ਇਹਨਾਂ ਨਾਲ। ਪੰਥ ਦਾ ਕੋਈ ਵਾਹ ਵਾਸਤਾ ਨਹੀਂ, ਕੋਈ ਰੋਟੀ ਬੇਟੀ ਦੀ ਸਾਂਝ ਨਹੀਂ, ਬਾਈ ਕਾਟ। ਅਰਦਾਸ ਬਦਲੀ ਭਾਵੇਂ ਸਰਕਾਰ ਦਾ ਮੰਤਰੀ ਸੀ ਮਲੂਕਾ, ਪੰਥ ਚੋਂ ਬਾਹਰ ਕਰਦਾ ਆਖਿਆ ਨਹੀਂ, ਇਹਦੇ ਇਹਦੀ ਹਾਜ਼ਰੀ ਚ ਅਰਦਾਸ ਬਦਲੀ ਗਈ। ਦੋ ਸ਼੍ਰੋਮਣੀ ਕਮੇਟੀ ਮੈਂਬਰ ਇੱਕ ਸਾਲ ਤੱਕ ਮੌਜੂਦਾ, ਪੰਥ ਚੋਂ ਬਾਹਰ। ਜਾਂ ਜਵਾਬ ਦੇ ਹੋਵੋ ਆ ਕੇ ਵੀ ਕਿਉਂ ਗਲਤੀ ਹੋਈ, ਨਹੀਂ ਜਵਾਬ ਦੇਣਾ, ਪੰਥ ਨਾਲ ਕੋਈ ਵਾਸਤਾ ਨਹੀਂ। ਜੇ ਇੱਕ ਗੁਰਮੁਖ ਪਿਆਰੇ ਨੀਲਧਾਰੀ ਸੰਪਰਦਾ ਦੇ ਸਤਨਾਮ ਸਿੰਘ ਪਿੱਪਲੀ ਵਾਲੇ, ਉਹਨਾਂ ਕਿਹਾ ਅਖੇ ਗੁਰੂ ਗੋਬਿੰਦ ਸਿੰਘ ਨੇ ਮਾਤਾ ਗੁਜਰੀ ਨੂੰ ਸ਼ਰਾਪ ਦਿੱਤਾ। ਹੁਣ ਮੇਰੇ ਕੋਲ ਤੇ ਉਹ ਲਫ਼ਜ਼ ਸਰਦੇ ਨਹੀਂ, ਮੈਂ ਤੁਹਾਡੇ ਸਾਹਮਣੇ ਉਹ ਕਹਿ ਦਿਆਂ ਜਿਹੜੇ ਉਹਨਾਂ ਵਰਤੇ, ਤੁਸੀਂ ਪੜ੍ਹੇ ਸੁਣੇ ਆ। ਬੁਲਾਇਆ ਨਹੀਂ ਗਾਏ, ਗੁਰਮੁਖ ਪਿਆਰੇ ਨਹੀਂ ਦਿੱਤਾ, ਆਪਣਾ ਪੱਖ ਨਹੀਂ ਪੇਸ਼ ਕੀਤਾ, ਤੇ ਕਾਰਵਾਈ ਨਿਰਪੱਖ ਹੋਈ ਆ, ਕੋਈ ਪੱਖਪਾਤ ਨਹੀਂ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿੱਤੀ, ਜਾਂਚ ਕਮੇਟੀ ਬਣਾਈ ਜਿਹੜੀ ਉਹਨਾਂ ਰਿਪੋਰਟ ਦਿੱਤੀ ਸਾਨੂੰ। ਅਸੀਂ ਆ 30 ਤਰੀਕ ਨੂੰ ਤਲਬ ਕੀਤੇ, ਦੋ ਚਾਰ ਦਿਨ ਰਹਿੰਦੇ ਆ, 30 ਦੇ ਕਰੀਬ ਅਕਾਲੀ ਆ, ਉਹਦੇ ਚ 9 ਦੇ ਕਰੀਬ ਕਾਂਗਰਸੀ ਆ, ਤੇ ਇੱਕ ਝਾੜੂ ਵਾਲਿਆਂ ਦਾ ਜਿਹੜੇ ਸੌਦਾ ਸਾਧ ਕੋਲੇ ਹੁਕਮਨਾਮਾ ਸਾਹਿਬ ਨੂੰ ਪਿੱਠ ਦੇ ਕੇ ਗਏ। ਸਾਰਿਆਂ ਨੂੰ ਬਰਾਬਰ ਇੱਕੋ ਰਸੇ ਰੱਖਿਆ, ਕੋਈ ਪੱਖਪਾਤ ਨਹੀਂ ਆ, ਇਨਸਾਫ਼ ਤੇ ਉਹੀ ਆ ਨਾ। ਅੱਜ ਅਦਾਲਤਾਂ ਚ ਇਨਸਾਫ਼ ਨਹੀਂ ਹੁੰਦਾ, ਆ ਡਿਸਟ੍ਰਿਕਟ ਲੈਵਲ ਤੇ, ਅਜੇ ਹਾਈ ਕੋਰਟ ਸੁਪਰੀਮ ਕੋਰਟ ਜਾ ਕੇ ਮਾੜਾ ਮੋਟਾ ਮਿਲ ਜੇ ਗੱਲ ਵੱਖਰੀ, ਪਰ ਬਹੁਤੇ ਮੁੱਦਿਆਂ ਚ ਸਾਨੂੰ ਤੇ ਉੱਥੇ ਵੀ ਇਨਸਾਫ਼ ਨਹੀਂ ਮਿਲਿਆ। ਮੈਂ ਤੇ ਅਕਸਰ ਕਹਿੰਦਾ ਹੁੰਦਾ ਜਿਹੜੀਆਂ ਡਿਸਟ੍ਰਿਕਟ ਅਦਾਲਤਾਂ ਨੇ ਤਾਂ ਢਾਕ ਸੁਹਾਗਾ ਫਿਰ ਕੇ ਝੋਨਾ ਹੀ ਲਾ ਦੇਣਾ ਚਾਹੀਦਾ, ਕਿਉਂਕਿ ਇਹਨਾਂ ਕਿਹੜਾ ਕਿਸੇ ਨੂੰ ਇਨਸਾਫ਼ ਦੇਣਾ। ਜਿਹਦੀ ਸਰਕਾਰ ਆ, ਜਿਹਦੀ ਪੁਲਿਸ ਆ, ਬਸ ਜੋ ਕਹਿ ਦਿੰਦੇ ਉਸੇ ਤਰ੍ਹਾਂ ਜੱਜ ਕਹਿ ਦਿੰਦੇ ਡਿਸਟ੍ਰਿਕਟ ਲੈਵਲ ਤੇ। ਕਿਉਂ? ਕਿਉਂਕਿ ਉਹਨਾਂ ਨੇ ਗਨਮੈਨ ਲੈਣੇ ਹੁੰਦੇ, ਇਹਨਾਂ ਨੂੰ ਵਗਾਰਾਂ ਪਾਉਣੀਆਂ ਹੁੰਦੀਆਂ, ਸਾਡਾ ਸਾਜੋ ਸਮਾਨ ਇੱਧਰੋਂ ਇੱਧਰ ਛੱਡ ਆਓ SSP ਨੂੰ, DSP ਨੂੰ, ਤੇ ਫਿਰ ਲੋਕ ਇਨਸਾਫ਼ ਕਿੱਥੋਂ ਲੈਣ? ਸਰਕਾਰ ਦਾ ਪੁਲਿਸ ਦਾ ਸਤਾਇਆ ਬੰਦਾ ਕੋਰਟ 'ਚ ਜਾਂਦਾ ਇਨਸਾਫ਼ ਲੈਣ, ਤੇ ਅੱਗੇ ਕੋਰਟ ਵੀ ਸਰਕਾਰ ਦੇ ਸਾਰੇ ਤੇ ਚੱਲੇ ਜਿਨ੍ਹਾਂ ਦਾ ਰਾਜ ਆ, ਜਾਂ ਪੁਲਿਸ ਦੇ ਸਾਰੇ ਤੇ ਚੱਲੇ, ਬੰਦਾ ਇਨਸਾਫ਼ ਕਿੱਥੋਂ ਲਊਗਾ? ਤੇ ਫਿਰ ਜਦੋਂ ਇਨਸਾਫ਼ ਨਹੀਂ ਮਿਲਦੇ ਫਿਰ ਇਨਕਲਾਬ ਵੀ ਆਉਂਦੇ ਆ, ਜਦੋਂ ਇਨਸਾਫ਼ ਨਹੀਂ ਮਿਲਦਾ ਫਿਰ ਖਾੜਕੂਵਾਦ ਦਾ ਵਰਤਾਰਾ ਵਰਤਿਆ ਤੁਹਾਡੇ ਸਾਹਮਣੇ। ਕੋਈ ਸੁੱਖ ਨਾਲ ਥੋੜੀ ਗੁਰਮੁਖ ਪਿਆਰੇ ਸੁੱਖੀ ਸਾਂਦੀ ਘਰ ਬਾਰ ਵੱਸਦੇ, ਕਿਹੜਾ ਬੰਦਾ ਚਾਹੁੰਦਾ ਵੀ ਉਹ ਕਮਾਦਾਂ ਵਿੱਚ ਸੱਪਾਂ ਦੀਆਂ ਸਰੀਆਂ ਵਿੱਧਦਾ ਫਿਰੇ? ਕੌਣ ਚਾਹੁੰਦਾ? ਘਰੋਂ ਬੇਘਰ ਹੋਣਾ ਕੌਣ? ਮੋਟਰਾਂ ਤੇ ਕਮਾਦਾਂ ਚ ਸੋਣਾ? ਗੁਰਮੁਖ ਪਿਆਰੇ ਇਹੋ ਜਿਹੇ ਇਨਕਲਾਬ, ਇਹ ਲਹਿਰਾਂ ਤਾਂ ਚੱਲਦੀਆਂ ਨੇ ਜਦੋਂ ਇਨਸਾਫ਼ ਨਹੀਂ ਮਿਲਦਾ। ਸਾਡੀ ਕੌਮ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ 1947 ਤੋਂ ਬਾਅਦ। ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ, ਪਰ ਸਾਨੂੰ ਭਾਰਤ ਦਾ ਸੰਵਿਧਾਨ ਵੱਖਰੇ ਧਰਮ ਹੋਣ ਦਾ ਸਾਡਾ ਹੱਕ ਨਹੀਂ ਦਿੰਦਾ। ਸਾਡੇ ਲੀਡਰ ਲੈਂਦੇ ਨਹੀਂ ਆ, ਜਿਹੜਾ ਕੁਰਸੀ ਤੇ ਬਹਿ ਜਾਂਦਾ ਬਸ ਉਹੀ, ਬਸ ਉਹਨੂੰ ਉਹੀ ਸਾਰਾ ਕੁਝ ਲੱਗਦਾ ਵੀ ਆਪਣੇ ਕੋਲੇ ਸੁੱਖ ਆਪਾਂ ਕੀ ਲੈਣਾ। ਜਿਹੜੇ ਪੰਥ ਦੇ ਨਾਂ ਤੇ ਡੀਂਗਾ ਮਾਰਦੇ ਉਹ ਵੀ ਜਦੋਂ ਰਾਜ ਭਾਗ ਆ ਜਾਂਦਾ ਪੰਥ ਦੇ ਮਸਲੇ ਸਾਰੇ ਇਕੱਠੇ ਕਰਕੇ ਝੋਲੀ ਚ ਪਾ ਲੈਂਦੇ, 5-10 ਸਾਲ ਹਵਾ ਹੀ ਨਹੀਂ ਲਵਾਉਂਦੇ। ਆ ਹੁਣ ਰਾਜ ਭਾਗ ਚਲੇ ਗਿਆ, ਆ ਦੇਖ ਲਿਓ ਥੋੜਾ ਹੀ ਦੇਣਿਆ, ਆ ਦੇਖਿਓ ਹੁਣੇ ਰੌਲਾ ਪੈਣ ਲੱਗ ਜਾਣਾ, ਪੰਥ ਨੂੰ ਖਤਰਾ, ਪੰਥ ਨੂੰ ਖਤਰਾ, ਪੰਥ ਨੂੰ ਖਤਰਾ। ਬਸ ਸਾਨੂੰ ਫਿਰ ਤਿਆਰ ਕਰ ਲੈਣਗੇ, ਚੱਪੋ ਕਸਹਿਰੇ ਪਰਨੇ, ਚਲੋ ਜੇਲ੍ਹਾਂ ਚ ਲਾਓ ਮੋਰਚੇ, ਪੰਥ ਨੂੰ ਖਤਰਾ, ਕੋਈ ਨਾ ਕੋਈ ਮਸਲਾ ਚੱਕ ਲੈਣ। ਇਨਸਾਫ਼ ਨਹੀਂ ਮਿਲਿਆ ਨਾ ਸਾਡੇ ਲੀਡਰਾਂ ਨੇ, ਗੁਰਮੁਖ ਪਿਆਰੇ ਜਿਹੜੇ ਕੌਮ ਚਾਕੂ ਸਨ, ਜਾਂ ਉਹਨਾਂ ਨੇ ਇਮਾਨਦਾਰੀ ਨਹੀਂ ਕੀਤੀ ਨਾ ਚ ਨਾ ਸਰਕਾਰਾਂ ਨੇ। ਜਦੋਂ ਸਤਿਗੁਰ ਨੇ ਸਾਨੂੰ ਵੱਖਰਾ ਸਰੂਪ, ਨਾਲੇ ਸਾਡਾ ਰਾਜ ਭਾਗ ਇੱਥੇ ਰਿਹਾ, ਆਜ਼ਾਦ ਸਿੱਖ ਰਾਜ, ਸਾਡਾ ਸਿੱਖ ਰਾਜ ਅੰਗਰੇਜ਼ਾਂ ਨੇ ਕਬਜ਼ਾ ਕਰਕੇ ਡਿਸਮਿਸ ਕੀਤਾ, ਉਹ ਸਾਨੂੰ ਵਾਪਸ ਚਾਹੀਦਾ, ਸਾਨੂੰ ਆਪਣਾ ਰਾਜ ਪਾਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਦਾ ਝੰਡਾ ਕੱਢਿਆ, ਸਿੱਖ ਕੌਮ ਕਿਉਂ ਕਿਸੇ ਦੀ ਗੁਲਾਮ ਰਹੇ? ਬਈ ਗੁਰੂ ਨੇ ਸਾਨੂੰ ਯਾਦ ਬਣਾਇਆ, ਝੁਕਣ ਲਈ ਨਹੀਂ ਅੱਖਾਂ ਸਿੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ, ਦੋ ਗੱਲਾਂ ਲਈ, ਸਿੱਖ ਦਾ ਸੀਸ ਬਣਿਆ ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ। ਰਾਜ ਕਰੇਗਾ ਖਾਲਸਾ ਕੀ ਰਹੇ ਨਾ, ਕੋਈ ਖੁਆਰ ਹੋਏ ਸਮਝਾਂਗੇ, ਬਚੇ ਸ਼ਰਨ ਜੋਏ, ਪਰ ਸਾਨੂੰ ਇਨਸਾਫ਼ ਨਹੀਂ ਮਿਲਿਆ।
ਦਿੱਤਾ ਹੀ ਨਹੀਂ ਸਾਨੂੰ, ਕੋਟਾਂ ਤੋਂ ਵੀ ਇਨਸਾਫ ਨਹੀਂ। ਆ ਸਾਰਾ ਕੁਝ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਰਾਜ ਭਾਗ ਆਉਂਦੇ ਆ, ਪਾਰਟੀਆਂ ਬਦਲ ਜਾਂਦੀਆਂ, ਲੀਡਰ ਬਦਲ ਜਾਂਦੇ, ਪੱਗਾਂ ਦੇ ਰੰਗ ਬਦਲ ਜਾਂਦੇ, ਚਿਹਰੇ ਮੋਹਰੇ ਬਦਲ ਜਾਂਦੇ, ਸਿਸਟਮ ਉਹੀ ਰਹਿੰਦਾ, ਕੋਈ ਫਰਕ ਨਹੀਂ ਪੈਂਦਾ। ਇੱਥੇ ਜਿਹਨੂੰ ਮਰਜ਼ੀ ਕੱਢ ਦਿਓ, ਜਿਹਨੂੰ ਮਰਜ਼ੀ ਲੈ ਜਾਓ, ਕੋਈ ਇਨਸਾਫ ਦਊਗਾ ਆਪਾਂ ਕਹਿ ਦਿਆਂਗੇ ਵੀ ਹਾਂ ਇਹਨੇ ਇਨਸਾਫ ਕੀਤਾ, ਇਹਨੇ ਚੰਗਾ ਰਾਜ ਕੀਤਾ। ਨਹੀਂ ਤੇ ਜੋ ਕੁਝ ਆ ਤੁਹਾਡੇ ਸਾਹਮਣੇ ਗੁਰਮੁਖ ਪਿਆਰਿਓ, ਜਿੰਨੀਆਂ ਮਰਜ਼ੀ ਸੜਕਾਂ ਬਣਾਈ ਜਾਓ, ਜਿੰਨੀਆਂ ਮਰਜ਼ੀ ਬਿਲਡਿੰਗਾਂ ਉਸਾਰੀ ਜਾਓ, ਪਰ ਜੇ ਗੁਰੂ ਗ੍ਰੰਥ ਸਾਹਿਬ ਦੇ ਗਲੀਆਂ ਚ ਖਿਲਰੇ ਪੱਧਰਿਆਂ ਦਾ ਤੁਸੀਂ ਇਨਸਾਫ ਨਹੀਂ ਕਰ ਸਕਦੇ, ਅਸੀਂ ਤੁਹਾਡੀਆਂ ਸੜਕਾਂ ਤੋਂ ਕੁਝ ਨਹੀਂ ਲੈਣਾ, ਤੁਹਾਡੀਆਂ ਬਿਲਡਿੰਗਾਂ ਤੋਂ ਕੁਝ ਨਹੀਂ ਲੈਣਾ, ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਲੱਭ ਸਕਦੇ ਸਾਨੂੰ ਹੋਰ ਕੁਝ ਨਹੀਂ। ਸਾਨੂੰ ਗੁਰੂ ਗ੍ਰੰਥ ਪੰਥ ਦਾ ਮਾਣ ਸਨਮਾਨ, ਕਿਸੇ ਧਰਮ ਦਾ ਗ੍ਰੰਥ ਹੈ, ਚਾਹੇ ਉਹ ਗੀਤਾ ਹੈ, ਚਾਹੇ ਉਹ ਕੁਰਾਨ ਹੈ, ਚਾਹੇ ਉਹ ਬਾਈਬਲ ਹੈ, ਸਾਰਿਆਂ ਦਾ ਸਨਮਾਨ ਬਹਾਲ ਹੋਣਾ ਚਾਹੀਦਾ। ਸਰਬੱਤ ਦਾ ਭਲਾ, ਹਿੰਦੂਆਂ ਨੂੰ ਹਿੰਦੂਆਂ ਦਾ ਹੱਕ, ਮੁਸਲਮਾਨਾਂ ਨੂੰ ਮੁਸਲਮਾਨਾਂ ਦਾ, ਈਸਾਈਆਂ ਨੂੰ ਈਸਾਈਆਂ ਦਾ, ਤੇ ਜਿਹੜਾ ਸਾਡਾ ਸਿੱਖਾਂ ਦਾ ਹੱਕ ਬਣਦਾ ਉਹ ਸਾਨੂੰ ਮਿਲਣਾ ਚਾਹੀਦਾ। ਪਰ ਸਾਨੂੰ ਸੰਵਿਧਾਨ ਹੀ ਹੱਕ ਨਹੀਂ ਦਿੰਦਾ, ਸਿੱਖ ਇੱਕ ਵੱਖਰੀ ਕੌਮ ਵੱਖਰੇ ਧਰਮ ਦਾ, ਆਰਟੀਕਲ 25 ਵੀ ਧਾਰਾ 25 ਜਿਹੜੀ ਆ ਸੰਵਿਧਾਨ ਦੀ, ਉਹ ਸਾਨੂੰ ਵੱਖਰਾ ਧਰਮ ਹੀ ਨਹੀਂ ਮੰਨਦੀ। ਆ ਸਾਡਾ ਆਨੰਦ ਮੈਰਿਜ ਐਕਟ ਹੀ ਨਹੀਂ, ਆ ਹੁਣ ਕਹਿ ਦਿੰਦਾ ਸਿਰਫ ਉੱਤੇ ਹੀ ਹਿੰਦੂ ਮੈਰਿਜ ਦੀ ਜਗ੍ਹਾ ਸਿੱਖ ਮੈਰਿਜ ਐਕਟ ਲਾ ਦਿੱਤਾ, ਵਿੱਚ ਸਾਰਾ ਕੁਝ ਹੀ ਉਹੀ ਹੈ, ਗੁਲਾਮ ਬ੍ਰਾਹਮਣਵਾਦ ਦੇ ਹੀ ਰੱਖਿਆ, ਅੱਖਾਂ ਚ ਘੱਟਾ ਹੀ ਪਾਇਆ, ਹੋਰ ਕੁਝ ਨਹੀਂ ਹੈ। ਪਾਕਿਸਤਾਨ ਵਰਗੇ ਕੱਟੜ ਹਕੂਮਤ ਇਸਲਾਮਿਕ ਦੇਸ਼, ਉਹਨਾਂ ਨੇ ਸਿੱਖਾਂ ਨੂੰ ਆਨੰਦ ਦਾ ਮੈਰਿਜ ਐਕਟ ਦੇ ਦਿੱਤਾ ਸਿੱਖਾਂ ਦਾ ਵੱਖਰਾ, ਤੇ ਹੁਣ ਉਹਨਾਂ ਨੇ ਜਨਗਣਨਾ ਹੋਣੀ ਆ ਪਾਕਿਸਤਾਨ ਚ ਸਿੱਖਾਂ ਦੀ। ਗੁਰਮੁਖ ਪਿਆਰੇ ਕਾਲਮ ਪਾ ਦਿੱਤਾ ਵੀ ਉਹ ਲਿਖ ਸਕਣ ਅਸੀਂ ਸਿੱਖ ਆ, ਸਾਡਾ ਵੱਖਰਾ ਧਰਮ ਵੱਖਰੀ ਕੌਮ ਆ। ਆ ਜਨਗਣਨਾ ਮਰਦਮਸ਼ੁਮਾਰੀ ਹੋਣੀ ਪਾਕਿਸਤਾਨ ਚ, ਉਹਨਾਂ ਨੂੰ ਹੱਕ ਦੇ ਦਿੱਤਾ ਸਿੱਖਾਂ ਨੂੰ, ਸਾਨੂੰ ਸਾਡਾ ਹੱਕ ਦਿੰਦੇ ਹੀ ਨਹੀਂ। ਇੱਥੇ ਕਦੇ ਅਕਾਲੀ ਆ ਜਾਂਦੇ, ਕਦੇ ਕਾਂਗਰਸੀ, ਕਦੇ ਆਹ ਸਰਕਾਰ ਚਲੇਗੀ, ਕਦੇ ਉਹ, ਗੁਰਮੁਖ ਪਿਆਰੇ ਲੀਡਰ ਕਦੇ ਆ ਗਿਆ, ਕਦੇ ਉਹ, ਇਨਸਾਫ ਹੈ ਹੀ ਨਹੀਂ। ਜਿਹੜਾ ਦਊਗਾ ਅਸੀਂ ਕਹਿ ਦਿਆਂਗੇ, ਤੇ ਕੋਰਟਾਂ ਦੇ ਵਿੱਚ ਰਹੋ ਵਿਚਾਰ। ਪਰ ਮੈਂ ਬੇਨਤੀ ਕਰ ਰਿਹਾ ਭਾਈਚਾਰਾ ਬਣਾਈਏ ਆਪਸ ਵਿੱਚ, ਭਾਈਚਾਰਾ ਪਿਆਰ ਇਤਫਾਕ, ਅਸੀਂ ਇਹ ਤਾਂ ਹੀ ਬਣੂਗਾ ਜੇਕਰ ਅਸੀਂ ਗੁਰਮੁਖ ਪਿਆਰਿਓ ਗੁਰਬਾਣੀ ਤੋਂ ਸੋਝੀ ਲਾਂਗੇ, ਗੁਰੂ ਦੇ ਸਿਧਾਂਤ ਦੇ ਬਚਨ ਹਿਰਦੇ ਚ ਵਸਾਵਾਂਗੇ। ਜਦੋਂ ਸਤਿਗੁਰ ਕਹਿੰਦੇ ਇੱਕੋ ਜਾਪ ਇੱਕੋ ਸਲਾਹ, ਏਕ ਸਿਮਰ ਇੱਕੋ ਮਨਿਆਹ, ਏਕ ਏਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਣਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪ੍ਰਾਸ਼ਤ ਕਹੇ। ਜਦੋਂ ਅਸੀਂ ਇਹ ਹਿਰਦੇ ਚ ਵਸਾਵਾਂਗੇ, ਹਰ ਇੱਕੋ ਦਾਤਾ ਸੇਵੀਆ, ਹਰ ਇੱਕ ਧਿਆਈਆ, ਹਰ ਇੱਕੋ ਦਾਤਾ ਮੰਗੀਏ, ਮਣ ਚਿੰਦਿਆ ਪਾਈਏ, ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ, ਗੁਰੂ ਦੇ ਨਾਲ ਸਿਧਾਂਤਾਂ ਨੂੰ ਮੰਨਾਂਗੇ ਤਾਂ ਹੀ ਸਾਡੀ ਏਕਤਾ ਇਤਫਾਕ ਹੋ ਸਕਦਾ, ਤਾਂ ਸਾਡੀ ਗੁਰਮੁਖ ਪਿਆਰੇ ਏਕਤਾ ਖਰਬੂਜੇ ਵਾਲੀ ਏਕਤਾ, ਉੱਤੋਂ ਵੇਖਣ ਨੂੰ ਫਾੜੀਆਂ ਲੱਗਦੀਆਂ ਪਰ ਅੰਦਰੋਂ ਇੱਕੋ ਹੀ ਆ। ਅੱਜ ਸਾਡੀ ਕਈ ਵਾਰੀ ਏਕਤਾ ਹੋ ਜਾਂਦੀ ਉੱਤੋਂ ਸੰਤਰੇ ਵਾਂਗੂ, ਵਿੱਚ ਫਾੜੀਆਂ ਵੱਖੋ ਵੱਖਰੀਆਂ, ਸੰਤਰੇ ਵਾਲੀ ਏਕਤਾ ਹੁੰਦੀ ਉੱਤੋਂ ਇੱਕ ਲੱਗਦਾ, ਵਿੱਚ ਵੱਖੋ ਵੱਖਰੀਆਂ ਫਾੜੀਆਂ, ਖਰਬੂਜਾ ਉੱਤੋਂ ਵੱਖੋ ਵੱਖਰਾ ਲੱਗਦਾ ਪਰ ਵਿੱਚੋਂ ਇੱਕ ਆ। ਖਰਬੂਜੇ ਵਾਲੀ ਏਕਤਾ ਚਾਹੀਦੀ ਹੈ, ਸੰਤਰੇ ਵਾਲੀ ਨਹੀਂ, ਪਰ ਇਹ ਤਾਂ ਹੀ ਹੋਊਗੀ ਸਾਰੀ ਮਨੁੱਖਤਾ ਦੀ, ਇਕੱਲੇ ਸਾਡੇ ਭਾਈਚਾਰੇ, ਸਾਰੇ ਧਰਮਾਂ ਦੀ। ਆਪੋ ਆਪਣੇ ਧਰਮ ਦੀਆਂ ਮਰਿਆਦਾਵਾਂ ਨੂੰ ਪਾਲਣ ਕਰੋ, ਦੂਜੇ ਧਰਮਾਂ ਦਾ ਸਤਿਕਾਰ, ਆਪਣੇ ਧਰਮ ਦੀ ਮਰਿਆਦਾ ਨੂੰ ਫਾਲੋ ਕਰਨਾ, ਦੂਜੇ ਧਰਮਾਂ ਦਾ ਸਤਿਕਾਰ। ਸਾਰੇ ਅਸੀਂ ਪਰਮਾਤਮਾ ਦਾ ਨੂਰ ਹੈ, ਚਾਹੇ ਕੋਈ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਤਿਗੁਰਾਂ ਦੇ ਕਹਿ ਦਿੱਤਾ ਆਪਣੇ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਨਦੇ, ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਕਹਿ ਦਿੱਤਾ। ਗੁਰਮੁਖ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਮਹਾਰਾਜ ਕੀ ਕਹਿੰਦੇ, ਉਹ ਮੰਦਾ ਨਾ ਜਹਾਨ ਉੱਤੇ ਕੋਈ, ਸਭ ਨਾਚ ਜੋਤ ਰੱਬ ਦੀ, ਮੰਦਾ ਨਾ ਜਹਾਨ ਉੱਤੇ ਕੋਈ, ਹਾਂ ਸਭ ਨਾਚ ਜੋਤ ਰੱਬ ਦੀ, ਸਭ ਨਾਚ ਜੋਤ ਰੱਬ ਦੀ, ਸਭ ਨਾਚ ਜੋਤ ਰੱਬ ਦੀ, ਪਿਆਰੇ ਜੀਓ ਸਭ ਨਾਚ ਜੋਤ ਰੱਬ ਦੀ, ਪਿਆਰੇ ਸਭ ਨਾਚ ਜੋਤ ਰੱਬ ਦੀ, ਸਭ ਨਾਚ ਜੋਤ ਰੱਬ ਦੀ।
ਦੀ ਹਰਦੀ ਸਭ ਲੱਜ ਜੋ ਰੱਬ ਦੀ ਸਭ ਲੱਜ ਜੋ ਰੱਬ ਹਾਂ ਸਭ ਨਾਚ ਜੋ ਰੱਬ ਦੀ ਸਭ ਨਾਚ ਜੋ ਰੱਬ ਦੀ ਸਭ ਨਾਚ ਜੀ 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 ਜੋ ਰੱਬ ਦੀ ਮਨਾ ਮੰਦਾ ਨਾ ਜਹਾਨ ਉੱਤੇ ਕੋਈ ਮੰਦਾ ਨਾ ਜਹਾਨ ਉੱਤੇ ਕੋਈ ਮੰਦਾ ਨਾ ਜਹਾਨ ਉੱਤੇ ਕੋਈ ਸਭ ਨਾਮ ਜੋਤ ਰੱਬ ਦੀ ਅਗਲੇ ਲਹਾ ਨੂਰ ਪਾਇਆ ਐਸਾ ਉਪਦੇਸ਼ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਸਾਂਝਾ ਉਪਦੇਸ਼ ਸਾਰੇ ਸੰਸਾਰ ਨੂੰ ਆਓ ਆਪਸੀ ਭਾਈਚਾਰਾ ਪਿਆਰ ਇਤਫਾਕ ਕਾਇਮ ਕਰੀਏ ਜਾਤਾਂ ਗੋਤਾਂ ਮਜ਼ਬਾਂ ਧਰਮਾਂ ਦੇ ਨਾਂ ਤੇ ਨਹੀਂ ਵੰਡੇ ਜਾਣਾ ਤੇ ਆਪਸ ਵਿੱਚ ਅੱਜ ਤੇ ਮਾਫ ਕਰਿਓ ਬੜੇ ਬਖੇੜੇ ਆਪਸ ਵਿੱਚ ਖੜੇ ਹੋ ਰਹੇ ਆ ਮੈਂ ਬੇਨਤੀ ਕਰੂੰ ਕੋਈ ਰਾਗੀ ਢਾਡੀ ਕਥਾ ਕੀਰਤਨੀਆਂ ਪ੍ਰਚਾਰਕ ਆ ਜੋੜਨ ਵਾਲੀ ਗੱਲ ਕਰੋ ਤੋੜਨ ਵਾਲੀ ਨਹੀਂ ਟੁੱਟੇ ਤੇ ਪਹਿਲਾਂ ਹੀ ਬਹੁਤ ਪਏ ਆ ਕੋਈ ਜੋੜੀਏ ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਵਾਲੇ ਪਾਸੇ ਸਾਰੇ ਸਿਰ ਜੋੜ ਕੇ ਤੁਰੀਏ ਪੰਥ ਦੇ ਗਲੋਂ ਕੌਮ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਵਾਲੇ ਪਾਸੇ ਤੁਰੀਏ ਕਿਉਂ ਬਥੇੜੇ ਖੜੇ ਕਰਦੇ ਦਿਨੋ ਦਿਨ ਆਏ ਦਿਨ ਕੋਈ ਨਾ ਕੋਈ ਨਵਾਂ ਬਥੇੜਾ ਪੰਥ ਅੰਦਰ ਵੰਡੀਆਂ ਮੈਂ ਬੇਨਤੀ ਕਰੂੰ ਗੁਰਮੁਖ ਪਿਆਰੇ ਨਾ ਵੰਡੀਆਂ ਨੂੰ ਦੂਰ ਕਰੀਏ ਸਾਰੇ ਮਸਲੇ ਹੱਲ ਹੋ ਜਾਣਗੇ ਸਾਡੇ ਆਪਸੀ ਦੇ ਗਲੋਂ ਗੁਲਾਮੀ ਲਾ ਕੇ ਪੂਰਨ ਆਜ਼ਾਦੀ ਲੈ ਲਈ ਨਾ ਇਹ ਗੁਲਾਮਾਂ ਦੇ ਝਗੜੇ ਆ ਜਦੋਂ ਕੌਮ ਆਜ਼ਾਦ ਹੋ ਗਈ ਸੂਲ ਤੇ ਸਿਧਾਂਤ ਬਣ ਜਾਣਗੇ ਸਥਾਪਿਤ ਹੋ ਜਾਣਗੇ ਐਵੇਂ ਬਖੇੜੇ ਨਾ ਖੜੇ ਕਰੀਏ ਆਏ ਦਿਨ ਕੋਈ ਨਾ ਕੋਈ ਝਗੜਾ ਸਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਨਿਮਰਤਾ ਦੇ ਨਾਲ ਗੁਰਸਿੱਖਾਂ ਕੀ ਹਰ ਧੂਰ ਦੇ ਹਮ ਪਾਪੀ ਭੀ ਗੱਤ ਪਾਏ ਜੇ ਅਸੀਂ ਕਹੀਏ ਮੈਂ ਹੀ ਵੱਡਾ ਜਾਂ ਮੈਂ ਵੱਡਾ ਵਿਦਵਾਨ ਮੈਂ ਵੱਡਾ ਕੀਰਤਨੀਆ ਮੈਂ ਵੱਡਾ ਕਥਾ ਵਾਚਕ ਪ੍ਰਚਾਰ ਮੈਂ ਦੂਜੇ ਦੀ ਗੱਲ ਸੁਣਨੀ ਨਹੀਂ ਜੋ ਮੈਂ ਕਹਿਤਾ ਇਹੀ ਆਖਰੀ ਸੱਚ ਆ ਫਿਰ ਤੇ ਬਖੇੜੇ ਖੜੇ ਹੁੰਦੇ ਆ ਮਨੁੱਖ ਸਾਰੀ ਜ਼ਿੰਦਗੀ ਸਿੱਖ ਦਾ ਰਹਿੰਦਾ ਪੂਰਨ ਕੋਈ ਨਹੀਂ ਸਿੱਖ ਦੇ ਰਹੀਏ ਗੁਰੂ ਦੇ ਚਰਨਾਂ ਤੋਂ ਤੇ ਜੋੜਨ ਵਾਲੀ ਗੱਲ ਕਰੀਏ ਕਿਉਂਕਿ ਜੋੜਨ ਹਾਰੋ ਸੰਤ ਰੱਬ ਦੇ ਪਿਆਰੇ ਗੁਰਸਿੱਖ ਭਾਈ ਸੰਤ ਜੋੜਨ ਵਾਲੇ ਹੁੰਦੇ ਆ ਜੋੜਦੇ ਆ ਤੋੜਦੇ ਨਹੀਂ ਆ ਟੁੱਟੇ ਤੇ ਪਹਿਲਾਂ ਹੀ ਬਹੁਤ ਆ ਬਖੇੜੇ ਤੇ ਪਹਿਲਾਂ ਹੀ ਬਹੁਤ ਆ ਭਾਈਚਾਰਾ ਪਿਆਰ ਇਤਫਾਕ ਕਾਇਮ ਕਰੀਏ ਆਪਸ ਵਿੱਚ ਆਵੋ ਭੈਣੇ ਗਲ ਮਿਲੇ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੰਥ ਕੰਧ ਕੀਆਂ ਗੁਰਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਆਪਸ ਵਿੱਚ ਪਿਆਰ ਇਤਫਾਕ ਰਹੋ ਵਿਚਾਰ ਆਓ ਮੈਂ ਸਮਾਪਤੀ ਵੱਲ ਵਧਾਂ ਸਮਾਂ ਯਾਦ ਨਹੀਂ ਦਿੰਦਾ ਜੇ ਕੋਈ ਬਚਨ ਮੰਨ ਲਵੇ ਸਤਿਗੁਰ ਦਾ ਪਾਰ ਉਤਾਰਾ ਹੈ ਬਈ ਭੂਮੀਏ ਚੋਰ ਨੇ ਸੱਤ ਬਚਨ ਕਹਿ ਦਿੱਤਾ ਆਖਿਆ ਸੱਚੇ ਪਾਤਸ਼ਾਹ ਸੱਤ ਬਚਨ ਆਹ ਬਚਨ ਮੈਂ ਮੰਨ ਲਊਂਗਾ ਸਦਾ ਸੱਚ ਬੋਲਣਾ ਗਰੀਬ ਮਾਰ ਨਹੀਂ ਕਰਨੀ ਲੂਣ ਹਰਾਮ ਨਹੀਂ ਕਰਨਾ ਸਤਿਗੁਰ ਕਹਿੰਦੇ ਮੰਨ ਲੈ ਇਹਦੇ ਨਾਲ ਭਲਾ ਹੋ ਜੂ ਤੇਰਾ ਚਲੇ ਗਿਆ ਘਰ ਗੁਰਮੁਖ ਪਿਆਰਿਓ ਅੱਜ ਮਨ ਚ ਖਿਆਲ ਆਇਆ ਕਹਿੰਦਾ ਹੁਣ ਚੋਰੀ ਬਿਨਾ ਗੁਜ਼ਾਰਾ ਨੀ ਚੋਰੀ ਕਰਨੀ ਆ ਪਰ ਮਹਾਰਾਜ ਨੇ ਕਿਹਾ ਗਰੀਬ ਮਾਰ ਨੀ ਕਰਨੀ ਕਹਿੰਦਾ ਹੁਣ ਰਾਜੇ ਦੇ ਡਾਕਾ ਮਾਰਦੇ ਆ ਰਾਜੇ ਦੇ ਮਹਿਲਾਂ ਚ ਰਾਜਿਆਂ ਵਰਗਾ ਲਿਬਾਸ ਭੇਖ ਬਣਾ ਲਿਆ ਅੱਧੀ ਰਾਤ ਨੂੰ ਜਾ ਖੜਾ ਹੋਇਆ ਦਰਵਾਜੇ ਤੇ ਪਹਿਰੇਦਾਰ ਨੇ ਰੋਕ ਲਿਆ ਕਹਿੰਦਾ ਕੌਣ ਆ ਤੂੰ ਹੁਣ ਗੁਰੂ ਦਾ ਬਚਨ ਯਾਦ ਆਇਆ ਕਹਿੰਦਾ ਸੱਚ ਬੋਲਣਾ ਝੂਠ ਨੀ ਬੋਲਣਾ ਬਚਨ ਹੋਇਆ ਸੀਗਾ ਹੁਣ ਰਿਬਾਸ ਭਾਵੇਂ ਰਾਜੇ ਵਰਗਾ ਬਣਾਇਆ ਸੀ ਪਰ ਕਹਿ ਨਾ ਸਕਿਆ ਮੈਂ ਰਾਜਾ ਕਹਿੰਦਾ ਹੋਰ ਕੌਣ ਇਸ ਵੇਲੇ ਕੌਣ ਚੋਰੀ ਹੋ ਸਕਦਾ ਕਹਿੰਦਾ ਚੋਰ ਆ ਮੈਂ ਪਹਿਰੇਦਾਰ ਖੜਾ ਕੰਬ ਗਿਆ ਵੀ ਕਦੇ ਚੋਰ ਵੀ ਆਪਣੇ ਆਪ ਨੂੰ ਚੋਰ ਕਹਿੰਦਾ ਇਹਦਾ ਕੋਈ ਰਾਜੇ ਦਾ ਮਿੱਤਰ ਲੱਗਦਾ ਮਿਲਣ ਆਇਆ ਹਨੇਰਾ ਹੋ ਗਿਆ
ਰਾਜੇ ਨੂੰ ਪਤਾ ਲੱਗਿਆ ਵੀ ਅਸੀਂ ਰੋਕ ਲਿਆ ਤੇ ਐਵੇਂ ਸਵੇਰ ਨੂੰ ਕੋਈ ਸਜ਼ਾ ਨਾ ਮਿਲੇ ਜਾਣ ਦੀਏ। ਕਹਿੰਦਾ ਜੀ ਜਾਓ ਮਹਾਰਾਜ, ਭੁੱਲ ਹੋ ਗਈ ਸਾਡੇ ਤੋਂ, ਤੁਹਾਨੂੰ ਪੁੱਛ ਲਿਆ। ਕਹਿੰਦਾ ਕਮਾਲ ਦਾ ਸੱਚ ਦੱਸਿਆ, ਗੁਰੂ ਦਾ ਬਚਨ ਮੰਨਿਆ, ਸੱਚ ਬੋਲਿਆ, ਲੰਘ ਗਿਆ ਗਾ ਰੋਲ ਮਾਰੀਆਂ ਸਾਰੀਆਂ ਤਜੋਰੀਆਂ, ਸੋਨਾ ਚਾਂਦੀ ਹੀਰੇ ਮੋਤੀ ਕਰ ਲੈ ਇਕੱਠੇ, ਬੰਨ ਲੀਆਂ ਗਠੜੀਆਂ ਤੇ ਅਗਾਂਹ ਗੁਰਮੁਖ ਪਿਆਰੇ ਵਧਿਆ। ਰਾਜੇ ਦੀ ਪਾਕਸ਼ਾਲ ਵੱਲ ਰਸੋਈ ਵੱਲ ਬੜੇ ਪਦਾਰਥ ਪਏ ਆ ਖਾਧੇ, ਇੱਕ ਡੱਬਾ ਜਿਹਾ ਗੁਰਮੁਖ ਪਿਆਰੇ ਉਹਦੇ ਚ ਵੇਖਦਾ, ਕਹਿੰਦਾ ਉਹਦੇ ਕੋਲ ਬੜੀ ਵਧੀਆ ਚੀਜ਼ ਚਮਕਦੀ ਪਈ। ਰਾਤ ਦਾ ਹਨੇਰਾ ਸੀ, ਜਦੋਂ ਉਂਗਲ ਲਾ ਕੇ ਮੂੰਹ ਨੂੰ ਲਾਈ ਤੇ ਸੀ ਲੂਣ, ਗੁਰੂ ਦਾ ਬਚਨ ਯਾਦ ਆ ਗਿਆ ਵੀ ਲੂਣ ਖਾ ਕੇ ਹੈਰਾਨ ਨਹੀਂ ਕਰਨਾ, ਬੰਨਿਆ ਸਾਰਾ ਕੁਝ ਉੱਥੇ ਹੀ ਰੱਖਦਾ। ਤੁਰ ਪਿਆ ਵਾਪਸ ਆ ਗਿਆ ਬਾਹਰ, ਪਹਿਰੇਦਾਰ ਨੇ ਨਾ ਰੋਕਿਆ, ਖਾਲੀ ਹੱਥ ਚਲਿਆ ਗਿਆ ਵਾਪਸ। ਧਰਮੀ ਸੀ, ਚੋਰ ਵੀ ਧਰਮੀ ਹੁੰਦੇ ਗਏ, ਮਾਫ ਕਰਿਓ ਜਿਹੜਾ ਬਚਨ ਕਹਿ ਦੇ ਮੰਨ ਲੈਂਦੇ ਆ। ਇੱਥੇ ਕੋਈ ਧਰਮੀ ਧਰਮੀ ਨਹੀਂ, ਲਿਬਾਸ ਧਰਮ ਦਾ, ਦਿਖਾਵਾ ਧਰਮ ਦਾ, ਟਿਕਾਣਾ ਧਰਮ ਦੀ ਥਾਂ ਤੇ, ਪਰ ਧਰਮ ਪੱਲੇ ਨਹੀਂ। ਪਰ ਦੇਖੋ ਚੋਰ ਨੇ ਵਚਨ ਮੰਨ ਲਿਆ ਸੀ, ਪੜ੍ਹਦੇ ਸੁਣਦੇ ਵਿਰਲੇ ਆਪਾਂ ਮੰਨਦੇ, ਜਿਹੜੇ ਤੁਸੀਂ ਮੰਨਦੇ ਹੋ ਮੈਂ ਸਿਜਦਾ ਕਰਦਾ ਉਹਨਾਂ ਦੇ ਚਰਨਾਂ ਚ ਨਮਸਕਾਰ, ਪਰ ਥੋੜੇ ਆਪਾਂ ਜਿਹੜੇ ਗੁਰੂ ਦੇ ਵਚਨ ਮੰਨਦੇ ਆ, ਜਿਹੜੇ ਮੰਨਦੇ ਭਲਾ ਵੀ ਉਹਨਾਂ ਦਾ, ਦੇਖੋ ਵਚਨ ਕਮਾਵੇ ਸੰਤਨ ਘਰ ਸੋ ਗੁਰ ਪ੍ਰਸਾਦੀ ਧਰੀ, ਜਿਹੜੇ ਮੰਨ ਲੈਂਦੇ ਪਰ ਮਿਰਲੇ ਮੰਨਦੇ ਆ। ਇੱਥੇ ਚੋਰ ਨੇ ਵਚਨ ਮੰਨ ਲਿਆ ਸਤਿਗੁਰ ਦਾ, ਘੁੰਮੀਆਂ ਚੋਰ ਨਿਕਲ ਗਿਆ ਮਹਿਲਾਂ ਚੋਂ, ਸਵੇਰਾ ਹੋਇਆ ਸਪਾਹੀਆਂ ਵੇਖਿਆ ਸਾਰਾ ਕੁਝ ਖਿਲਰਿਆ ਪਿਆ, ਸੋਨਾ ਚਾਂਦੀ ਤਜੋਰੀਆਂ ਖੁੱਲੀਆਂ ਤੇ ਗਠੜੀ ਬੰਨੀ ਖੋਲੀ, ਵੇਖਿਆ ਸਾਰਾ ਕੁਝ, ਕੌਣ ਆਇਆ ਬਈ ਰਾਤ ਨੂੰ? ਪਹਿਰੇਦਾਰਾਂ ਨੂੰ ਪੁੱਛਿਆ, ਪਹਿਰੇਦਾਰ ਕਹਿੰਦੇ ਕਿ ਰਾਜਾ ਆਇਆ ਸੀਗਾ, ਰਾਜੇ ਦਾ ਲਿਬਾਸ। ਕਹਿੰਦੇ ਜਦੋਂ ਅਸੀਂ ਪੁੱਛਿਆ ਕੌਣ ਆ, ਕਹਿੰਦਾ ਮੈਂ ਚੋਰ ਆ, ਅਸੀਂ ਕਿਹਾ ਮਜ਼ਾਕ ਕਰਦਾ ਸੀ, ਤੁਹਾਡੀ ਸਜ਼ਾ ਤੋਂ ਡਰਦਿਆਂ ਨੂੰ ਅੰਦਰ ਆਉਣ ਦਿੱਤਾ। ਕਹਿੰਦੇ ਲੱਭੋ ਕੌਣ ਆ, ਪਰ ਸਾਰਾ ਕੁਝ ਬੰਨਿਆ ਵੀ ਤੇ ਛੱਡ ਵੀ ਗਿਆ। ਹੁਣ ਰਾਜ ਦੇ ਵਿੱਚ ਫੈਲ ਗਏ ਸਿਪਾਹੀ, ਜਿਹੜਾ ਮਿਲ ਗਿਆ ਦੇ ਡਾਂਗ ਤੇ ਡਾਂਗ, ਜਦੋਂ ਨਹੀਂ ਕੋਈ ਲੱਭਦਾ ਫਿਰ ਬੇਕਸੂਰੀ ਕੁੱਟੇ ਜਾਂਦੇ ਆ। ਜਿਵੇਂ ਸਰਕਾਰਾਂ ਨੇ ਜਿਹਨੇ ਗੁਨਾਹ ਕੀਤਾ ਉਹਨਾਂ ਲੱਭਿਆ ਤੇ ਘਰ ਵਾਲਿਆਂ ਨੂੰ ਕੁੱਟ ਛੱਡਦੇ, ਕਹਿੰਦੇ ਇਹਨਾਂ ਨੂੰ ਲੈ ਚਲੋ ਥਾਣੇ, ਆਪੇ ਜਦੋਂ ਇਹਨਾਂ ਨੂੰ ਭਾਵਾਂਗੇ ਆਪੇ ਆਜੂਗਾ। ਤਸੀਹੇ ਦਿੰਦੇ ਆ ਜਦੋਂ, ਹੁਣ ਸਾਰੇ ਰਾਜ ਲਾਲਾ ਕਾਲਾ ਹਾਹਾਕਾਰ ਮੱਚ ਗਈ ਵੀ ਲੱਭੋ ਚੋਰ ਕਿਹੜਾ, ਜਿਹਨੇ ਰਾਜੇ ਦੇ ਮਹਿਲਾਂ 'ਚ ਚੋਰੀ ਕਰਨ ਦਾ ਹੀਆ ਕੀਤਾ, ਨਹੀਂ ਲੱਭਦਾ ਕੋਈ ਨੀ ਲੱਭਦਾ ਗੁਰਮੁਖ ਪਿਆਰਿਓ। ਜੋ ਗਰੀਬ ਕੁੱਟੇ ਜਾਣ ਲੱਗੇ ਨਾ ਤੇ ਫਿਰ ਉਹਨੂੰ ਪਤਾ ਲੱਗਿਆ, ਜਦੋਂ ਭੂਮੀਏ ਨੂੰ ਕਹਿੰਦਾ ਉਹ ਭਲਿਆ ਕੰਮ ਤੇਰਾ, ਕੁੱਟੇ ਲੋਕ ਜਾ ਰਹੇ, ਗੁਰੂ ਦਾ ਬਚਨ ਯਾਦ ਕਰ, ਗਰੀਬ ਮਾਰ ਨਹੀਂ ਕਰਨੀ, ਤੂੰ ਤੇ ਗਰੀਬ ਮਾਰ ਕਰਤੀ, ਇਹ ਤਾਂ ਗਰੀਬ ਮਾਰ ਹੋ ਗਈ, ਕਰਨਾ ਕੀ? ਫਿਰ ਜਾ ਪਹੁੰਚਾ ਰਾਜੇ ਦੇ ਦਰਬਾਰ, ਆ ਵੀ ਜਾ ਖੜਾ ਹੋਇਆ, ਕਹਿੰਦਾ ਜੀ ਆਹ ਬੰਦ ਕਰੋ ਸਾਰਾ ਕੰਮ, ਮੈਂ ਹੀ ਆ ਚੋਰ, ਮੈਂ ਕੀਤੀ ਚੋਰੀ। ਉਹ ਕਹਿੰਦੇ ਕਿਵੇਂ ਮੰਨ ਲਈਏ? ਕਹਿੰਦਾ ਤੁਹਾਡੀ ਰਸੋਈ ਚ ਪਿਆ ਨਾ ਲੂਣ, ਕਹਿੰਦਾ ਉਹ ਮੇਰੇ ਮੂੰਹ ਨੂੰ ਲੱਗ ਗਿਆ ਤਾਂ ਸਾਰਾ ਕੁਝ ਮੈਂ ਛੱਡ ਗਿਆ, ਸਾਰੀ ਗੱਲ ਦੱਸਦੀ। ਕਹਿੰਦਾ ਇੱਕ ਗੁਰੂ ਦਾ ਮਿਲਾਪ ਹੋਇਆ ਗੁਰੂ ਨਾਨਕ ਸਾਹਿਬ ਦਾ, ਤੇ ਉਹਨਾਂ ਨੇ ਮੈਨੂੰ ਬਚਨ ਦਿੱਤੇ ਸੀ ਸੱਚ ਬੋਲਣਾ, ਮੈਂ ਸੱਚ ਬੋਲਿਆ ਪਹਿਰੇਦਾਰ ਕੋਲੇ। ਉਹ ਕਹਿੰਦੇ ਹਾਂ ਜੀ ਆਹੀ ਆਖਿਆ ਸੀ ਇਹਨੇ। ਕਹਿੰਦੇ ਬੰਦਾ ਤੇ ਇਹੀ ਆ, ਸਾਗੀ ਆ ਬੰਦਾ ਤੇ ਉਹੀ ਆ। ਕਹਿੰਦਾ ਫਿਰ ਲੂਣ ਚੱਖ ਲਿਆ ਤੇ ਗੁਰੂ ਨੇ ਆਖਿਆ ਲੂਣ ਖਾ ਕੇ ਆਰਾਮ ਨਹੀਂ ਕਰਨਾ, ਮੈਂ ਤਾਂ ਕਰਕੇ ਸਾਰਾ ਕੁਝ ਬੰਨਿਆ ਬਣਾਇਆ ਛੱਡ ਗਿਆ। ਕਹਿੰਦੇ ਫਿਰ ਹੁਣ ਕਿਉਂ ਆਇਆ? ਕਹਿੰਦੇ ਤੁਸੀਂ ਗਰੀਬਾਂ ਨੂੰ ਕੁੱਟ ਰਹੇ ਸੀ ਤੇ ਗੁਰੂ ਨੇ ਵੀ ਆਖਿਆ ਸੀ ਗਰੀਬ ਮਾਰਨੀ ਹੋਣ ਦੇਣੀ ਤੇ ਗਰੀਬ ਮਾਰਨੀ ਕਰਨੀ, ਤੇ ਮੈਂ ਤਾਂ ਆਪਣੇ ਆਪ ਨੂੰ ਪੇਸ਼ ਕਰ ਦਿੱਤਾ, ਮੈਂ ਗੁਰੂ ਦੇ ਵਚਨ ਮੰਨ ਲਏ, ਮੈਂ ਵਚਨ ਕੀਤਾ ਸੀ। ਰਾਜੇ ਨੇ ਵੇਖਿਆ ਉਹ ਏਡਾ ਧਰਮੀ ਬੰਦਾ ਚੋਰ ਹੋ ਕੇ ਗੁਰੂ ਦੇ ਵਚਨ ਮੰਨ ਲਿਆ, ਉਹਨੇ ਸਜ਼ਾ ਵੀ ਮੁਆਫ ਕਰਤੀ ਤੇ ਨਾਲ ਹੀ ਕਹਿੰਦਾ ਤੂੰ ਚੋਰੀਆਂ ਤਾਂ ਹੀ ਕਰਦਾ, ਤੇਰਾ ਕੋਈ ਉਪਜੀਵਕਾ ਨਹੀਂ, ਚੱਲ ਰਾਜ ਦਰਬਾਰ ਦੇ ਵਿੱਚ ਹੀ ਤੈਨੂੰ
ਰਾਜ ਦਰਬਾਰ ਦੇ ਵਿੱਚ ਨੌਕਰੀ ਦੇ ਦਿੱਤੀ ਭੂਮੀਏ ਚੋਰ ਨੂੰ ਸਾਰਾ ਕੁਝ ਮਾਫ ਕਰਕੇ ਤੇ ਭੂਮੀਆ ਚੋਰ ਕਹਿੰਦਾ ਰਾਜਨ ਚੱਲ ਚੱਲੀਏ ਗੁਰੂ ਨਾਨਕ ਦੇ ਕੋਲ ਜਿਹੜੀ ਬਖਸ਼ ਜਿਹਦਾ ਮੈਂ ਬਚਨ ਮੰਨਿਆ ਤੇ ਮੈਨੂੰ ਰਾਜ ਦਰਬਾਰ ਚ ਨੌਕਰੀ ਮੈਨੂੰ ਕੋਈ ਰਾਜ ਦਰਬਾਰ ਦੀਆਂ ਪੌੜੀਆਂ ਨਾ ਚੜ੍ਹਨ ਦੇ ਤੇ ਮੈਨੂੰ ਰਾਜ ਦਰਬਾਰ ਦੀ ਨੌਕਰੀ ਮਿਲ ਗਈ ਚੱਲ ਚੱਲੀਏ ਗੁਰੂ ਨਾਨਕ ਦੇ ਕੋਲ ਰਾਜੇ ਨੂੰ ਵੀ ਨਾਲ ਲੈ ਕੇ ਆਇਆ ਢਾਕੇ ਬਗਾਲੇ ਦਾ ਰਾਜਾ ਉਹ ਵੀ ਗੁਰੂ ਦੇ ਚਰਨਾਂ ਚ ਆਇਆ ਤੇ ਸਤਿਗੁਰ ਦਾ ਸ਼ੁਕਰ ਸਾਰੀ ਵਾਰਤਾ ਦੱਸੀ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ ਦੇਖੋ ਇੱਕ ਭੂਮੀਆਂ ਚੋਰ ਗੁਰੂ ਦਾ ਬਚਨ ਮੰਨ ਕੇ ਗੁਰਮੁਖ ਪਿਆਰਿਓ ਸੰਤ ਭੂਮੀਆਂ ਬਣ ਗਿਆ ਗੁਰੂ ਦੇ ਬਚਨ ਨੂੰ ਕਮਾਇਆ ਸੱਚ ਬੋਲਣਾ ਗਰੀਬ ਮਾਰ ਨਹੀਂ ਕਰਨੀ ਲੂਣ ਹਰਾਮ ਨਹੀਂ ਕਰਨਾ ਗੁਰੂ ਦਾ ਬਚਨ ਕਮਾ ਲਿਆ ਤੇ ਜੇ ਆਪਾਂ ਬਚਨ ਕਮਾਵਾਂਗੇ ਤੇ ਭੂਮੀਏ ਚੋਰ ਵਰਗੇ ਸੱਜਣ ਠੱਗ ਵਰਗੇ ਤਰ ਗਏ ਤੇ ਗੁਰਮੁਖ ਪਿਆਰਿਓ ਜੇ ਆਪਾਂ ਗੁਰੂ ਦਾ ਬਚਨ ਕਮਾਵਾਂਗੇ ਤੇ ਆਪਣਾ ਭਲਾ ਕਿਉਂ ਨਹੀਂ ਹੋਊ ਗੁਰੂ ਦੇ ਚਰਨਾਂ ਚ ਆਉਣਾ ਗੁਰੂ ਦੇ ਬਚਨ ਕਮਾਉਣੇ ਆ ਗੁਰੂ ਦਾ ਸ਼ਬਦ ਹਿਰਦੇ ਚ ਵਸਾਉਣਾ ਤੇ ਜੋ ਪਾਵਨ ਸ਼ਬਦ ਅਸੀਂ ਸੁਣਿਆ ਕਰਮ ਧਰਮ ਪਾਖੰਡ ਜੋ ਦੀਸੈ ਜੋ ਅਸੀਂ ਵਿਚਾਰਿਆ ਤਿੰਨ ਜਮ ਜਾ ਗਾਟੀ ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤ ਹੋ ਸਾਗਰ ਪਾਰ ਕਰੀਐ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਆਓ ਪੜਿਓ ਰਮਦਾ ਦੀ ਧਾਰਨਾ ਪਿਆਰ ਦੇ ਨਾਲ ਭੂਮੀਏ ਚੋਰ ਦਾ ਪਾਰ ਉਤਾਰਾ ਹੋ ਗਿਆ ਗੁਰੂ ਦਾ ਬਚਨ ਮੰਨ ਕੇ ਤਾਰ ਸਨ ਬਚਨ ਤਾਰ ਸਨ ਬਚਨ ਤਾਰ ਪਿਆਰਿਓ ਸਤਿਗੁਰ ਦੇ ਬਚਨਾਂ ਨੂੰ ਹਿਰਦੇ ਚ ਵਸਾਈਏ ਸਾਡਾ ਭਲਾ ਹੋਵੇ ਲੋਕ ਸੁਖੀਆ ਪਰ ਲੋਕ ਸੁਹੇਲਾ ਹੋਵੇ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਣਾਵੇ ਭੂਮੀਏ ਚੋਰ ਦਾ ਭਲਾ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕਰਤੀ ਸਤਿਗੁਰ ਦਾ ਬਚਨ ਕਮਾ ਲਿਆ ਅਸੀਂ ਵੀ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਮੰਨੀਏ ਗੁਰੂ ਦੇ ਬਚਨਾਂ ਨੂੰ ਕਮਾਈਏ ਸਾਖੀਆਂ ਸਾਨੂੰ ਸਿੱਖਿਆ ਦਿੰਦੀਆਂ ਹੋ ਮੂਰਖ ਨੀਚ ਅਜਾਣ ਸਮਝਾਂ ਸਾਖੀਏ ਸਾਖੀਆਂ ਸਾਨੂੰ ਸਮਝਾਉਂਦੀਆਂ
ਇਹਨਾਂ ਨੂੰ ਪੜ੍ਹੀਏ ਸੁਣੀਏ, ਆਪਣੇ ਬੱਚੇ ਬੱਚਿਆਂ ਨੂੰ ਪੜ੍ਹਾਈਏ, ਆਪ ਗੁਰਮਤ ਨਾਲ ਗੁਰੂ ਘਰ ਨਾਲ ਸੇਵਾ ਸਿਮਰਨ ਨਾਲ ਜੁੜੀਏ, ਬੱਚੇ ਬੱਚਿਆਂ ਪਰਿਵਾਰਾਂ ਨੂੰ ਜੋੜੀਏ, ਫਿਰ ਸਤਿਗੁਰੂ ਦੀ ਰਹਿਮਤ ਹੋਵੇ, ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ।